ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਪ੍ਰੋਗਰਾਮ ਅੱਜ ਦੇ ਮਹਿਮਾਨ ਦੇ ਨਾਲ ਮੈਂ ਹਾਂ ਤੁਹਾਡੀ ਹੋਸਟ ਹੁਮੈਰਾ ਅਰਸ਼ਦ ਤੁਸੀਂ ਸਾਰੇ ਲੋਕ ਜਾਣਦੇ ਹੋ ਕਿ ਹਮੇਸ਼ਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲੇ ਇੱਕ ਛੋਟੀ ਜਿਹੀ ਗੱਲ ਇੱਕ ਛੋਟਾ ਜਿੰਨਾ ਮੈਸੇਜ ਮੈਂ ਆਪਣੇ ਨਾਜ਼ਰੀਨ ਨੂੰ ਦਿੰਦੀ ਹਾਂ ਐਤਕੀ ਦਾ ਵੀ ਜਿਹੜਾ ਸਾਡਾ ਮੈਸੇਜ ਹੈ ਇਹ ਬਹੁਤ ਇੰਪੋਰਟੈਂਟ ਮੈਸੇਜ ਹੈ ਮੈਂ ਚਾਹਾਂਗੀ ਕਿ ਜਲਦੀ ਜਲਦੀ ਆਪਣੇ ਨਾਜ਼ਰੀਨ ਨੂੰ ਇਹ ਮੈਸੇਜ ਦੇਵਾਂ ਕਿਉਂਕਿ ਇਹ ਬੜਾ ਖੂਬਸੂਰਤ ਮੈਸੇਜ ਹੈ ਮੈਸੇਜ ਇਵੇਂ ਕਿ ਜ਼ਮੀਨ ਅੱਲਾਹ ਤਾਲਾ ਦੀ ਬਹੁਤ ਵੱਡੀ ਨਿਮਤ ਹੈ ਜਿਹੜੀ ਅੱਲਾਹ ਨੇ ਸਾਨੂੰ ਅਤਾ ਕੀਤੀ ਹੈ ਸਾਨੂੰ ਹਰ ਨਿਮਤ ਜਿਹੜੀ ਹੈ ਜ਼ਮੀਨ 'ਚੋਂ ਖੁਦਾ ਦੀ ਜ਼ਾਤ ਜਿਹੜੀ ਹੈ ਅਤਾ ਕਰਦੀ ਹੈ ਅਤੇ ਅਸੀਂ ਜ਼ਮੀਨ ਦੇ ਉੱਤੇ ਦੇਖਦੇ ਹਾਂ ਕਿ ਐਜ਼ ਇਨਸਾਨ ਇਹਦੇ ਨਾਲ ਨਾਲ ਸਾਨੂੰ ਦੂਸਰੀਆਂ ਵੀ ਬਹੁਤ ਸਾਰੀਆਂ ਮਖਲੂਕਾਤ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਜਿਹਨੂੰ ਅੱਲਾਹ ਨੇ ਤਖਲੀਕ ਕੀਤਾ ਅਤੇ ਸਾਨੂੰ ਜਿਹੜਾ ਹੈ ਅੱਲਾਹ ਨੇ ਅਸ਼ਰਫੁਲ ਮਖਲੂਕਾਤ ਬਣਾਇਆ ਅਤੇ ਅਸ਼ਰਫੁਲ ਮਖਲੂਕਾਤ ਹੋਣ ਦੇ ਵਜ੍ਹਾ ਤੋਂ ਸਾਨੂੰ ਚਾਹੀਦਾ ਕਿ ਜਿਹੜੀਆਂ ਬਾਕੀ ਮਖਲੂਕਾਂ ਨੇ ਉਹਨਾਂ ਦਾ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਕਿ ਪਰਿੰਦਿਆਂ ਵਾਸਤੇ ਦਾਣੇ ਔਰ ਪਾਣੀ ਦਾ ਇੰਤਜ਼ਾਮ ਕਰਨਾ ਚਾਹੀਦਾ ਜਾਨਵਰਾਂ 'ਤੇ ਰਹਿਮ ਕਰਨਾ ਚਾਹੀਦਾ ਔਰ ਸਾਡੇ ਜਿਹੜੇ ਦੂਸਰੇ ਭੈਣ ਭਰਾ ਨੇ ਜਿਹੜੇ ਦੂਸਰੇ ਲੋਕ ਨੇ ਉਹਨਾਂ ਦੇ ਹਕੂਕ ਦਾ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਮੈਂ ਚਾਹਾਂਗੀ ਕਿ ਤੁਸੀਂ ਸਾਰੇ ਲੋਕ ਜਿਹੜੇ ਨੇ ਇਸ ਮੈਸੇਜ ਦੇ ਉੱਤੇ ਬਹੁਤ ਜ਼ਿਆਦਾ ਅਮਲ ਕਰੋ ਤੁਹਾਨੂੰ ਅੱਛਾ ਲੱਗੇ ਅਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦਾ ਬਾਕਾਇਦਾ ਆਗਾਜ਼ ਕਰਨੇ ਹਾਂ ਸਾਡੇ ਆਗਾਜ਼ 'ਚ ਸਾਡੀ ਜਿਹੜੀ ਪਹਿਲੀ ਮਹਿਮਾਨ ਨੇ ਅੱਲਾਹ ਤਾਲਾ ਨੇ ਉਹਨਾਂ ਨੂੰ ਬਹੁਤ ਅੱਛੀ ਆਵਾਜ਼ ਦਿੱਤੀ ਹੈ ਉਹ ਬਹੁਤ ਸੁਰੀਲੇ ਸੁਰੀਲੇ ਗਾਣੇ ਵੀ ਗਾਉਂਦੀਆਂ ਨੇ ਖੁਦ ਵੀ ਮਾਸ਼ਾਅੱਲਾ ਬਹੁਤ ਪਿਆਰੀਆਂ ਨੇ ਮੈਨੂੰ ਉਹਨਾਂ ਨੂੰ ਆਪਣੇ ਪ੍ਰੋਗਰਾਮ 'ਚ ਬੁਲਾ ਕੇ ਬਹੁਤ ਅੱਛਾ ਲੱਗ ਰਿਹਾ ਤੁਹਾਡੀਆਂ ਬਹੁਤ ਸਾਰੀਆਂ ਤਾਲੀਆਂ 'ਚ ਇਨਵਾਈਟ ਕਰਨੇ ਹਾਂ ਜ਼ਿਲ੍ਹੇ ਹੁਮਾ ਸਾਡੇ ਪ੍ਰੋਗਰਾਮ ਦੇ ਜਿਹੜੇ ਦੂਸਰੇ ਮਹਿਮਾਨ ਨੇ ਉਹ ਵੀ ਬਹੁਤ ਅੱਛੇ ਮਹਿਮਾਨ ਨੇ ਕਿਉਂਕਿ ਉਹਨਾਂ ਦਾ ਤਾਲੁਕ ਜਿਹੜਾ ਹੈ ਉਹ ਕਾਮੇਡੀ ਦੇ ਨਾਲ ਹੈ ਅਤੇ ਲੋਕਾਂ ਦੇ ਚਿਹਰੇ 'ਤੇ ਮੁਸਕਰਾਹਟ ਉਹ ਬਖੇਰਦੇ ਨੇ ਪਾਕਿਸਤਾਨ ਦੇ ਅੰਦਰ ਪਾਕਿਸਤਾਨ ਦੇ ਬਾਹਰ ਉਹ ਬਹੁਤ ਜ਼ਿਆਦਾ ਬਿਜ਼ੀ ਨੇ ਫਿਲਮਾਂ ਦੇ ਵਿੱਚ ਡਰਾਮਿਆਂ ਦੇ ਵਿੱਚ ਸਟੇਜ ਦੇ ਵਿੱਚ ਤੁਸੀਂ ਉਹਨਾਂ ਨੂੰ ਦੇਖਿਆ ਹੋਏਗਾ ਬਹੁਤ ਹੀ ਜ਼ਬਰਦਸਤ ਸਾਡੇ ਜਿਹੜੇ ਮਹਿਮਾਨ ਨੇ ਤੁਹਾਡੀਆਂ ਬਹੁਤ ਸਾਰੀਆਂ ਤਾਲੀਆਂ 'ਚ ਅਸੀਂ ਇਨਵਾਈਟ ਕਰਨੇ ਹਾਂ ਨਈਮ ਸ਼ੌਕੀ ਸਾਹਿਬ ਅਸਲਾਮ ਅਲੈਕੁਮ ਅੱਛਾ ਜੀ ਨਈਮ ਸ਼ੌਕੀ ਸਾਹਿਬ ਕੈਸੇ ਹੋ ਤੁਸੀਂ ਜੀ ਬਹੁਤ ਵਧੀਆ ਅੱਲਾਹ ਦਾ ਬਹੁਤ ਸ਼ੁਕਰ ਆ ਪਹਿਲੇ ਤਾਂ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਾਡੇ ਪ੍ਰੋਗਰਾਮ 'ਚ ਆਏ ਹੋ ਤੁਹਾਨੂੰ ਕੈਸਾ ਲੱਗ ਰਿਹਾ ਸਾਡੇ ਪ੍ਰੋਗਰਾਮ 'ਚ ਆ ਕੇ ਹਾਂ ਜੀ ਸ਼ੁਕਰੀਆ ਪੀ ਟੀ ਵੀ ਦਾ ਪੀ ਟੀ ਵੀ ਉਸਤਾਦ ਚੈਨਲ ਬਹੁਤ ਖੁਸ਼ੀ ਹੁੰਦੀ ਇੱਥੇ ਆ ਕੇ ਅਤੇ ਸਭ ਤੋਂ ਜਿਹੜਾ ਵੱਡਾ ਸਰਪ੍ਰਾਈਜ਼ ਨਾ ਤੁਹਾਨੂੰ ਮਿਲਣ ਦਾ ਤੁਹਾਡੇ ਅਸੀਂ ਆਪ ਬਹੁਤ ਵੱਡੇ ਫੈਨ ਬਹੁਤ ਸ਼ੁਕਰੀਆ ਜੀ ਬੜੀ ਮਿਹਰਬਾਨੀ ਮੈਨੂੰ ਵੀ ਬੜਾ ਅੱਛਾ ਲੱਗਦਾ ਜਦੋਂ ਮੇਰੇ ਆਪਣੀ ਜਿਹੜੀ ਜਿਵੇਂ ਫੈਮਿਲੀ ਦੇ ਲੋਕ ਆਉਂਦੇ ਨੇ ਤਾਂ ਮੈਨੂੰ ਬੜਾ ਚੰਗਾ ਲੱਗਦਾ ਸਾਰਿਆਂ ਨੂੰ ਦੇਖੇ ਚਾਹੇ ਉਹ ਕਾਮੇਡੀਅਨ ਨੇ ਚਾਹੇ ਉਹ ਸਿੰਗਰ ਨੇ ਚਾਹੇ ਉਹ ਐਕਟਰ ਨੇ ਮੈਨੂੰ ਬੜੀ ਖੁਸ਼ੀ ਹੁੰਦੀ ਉਹਨਾਂ ਦੇ ਨਾਲ ਆਪ ਮਿਲ ਕੇ ਕਿਉਂਕਿ ਅਸੀਂ ਵੈਸੇ ਤਾਂ ਐਜ਼ ਦੋਸਤ ਮਿਲਦੇ ਰਹਿੰਦੇ ਹਾਂ ਲੇਕਿਨ ਜਦੋਂ ਕਦੀ ਇਸ ਤਰ੍ਹਾਂ ਦੇ ਪ੍ਰੋਗਰਾਮ ਚਾਹੀਏ ਕਿ ਮੈਂ ਹੋਸਟ ਕਰ ਰਹੀ ਹੋਵਾਂ ਔਰ ਉਹ ਮਹਿਮਾਨ ਹੋਣ ਤਾਂ ਫਿਰ ਤਾਂ ਬਹੁਤ ਹੀ ਚੰਗਾ ਲੱਗਦਾ ਜੀ ਜ਼ਿਲ੍ਹੇ ਹੋਮਾ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਪ੍ਰੋਗਰਾਮ 'ਚ ਆਏ ਆਪਣਾ ਵਕਤ ਕੱਢਿਆ ਤੁਹਾਡਾ ਬਹੁਤ ਸ਼ੁਕਰੀਆ ਪੀ ਟੀ ਵੀ ਦਾ ਬਹੁਤ ਸ਼ੁਕਰੀਆ ਪੀ ਟੀ ਵੀ ਨੇ ਜਦ ਵੀ ਬੁਲਾਇਆ ਅਤੇ ਅਸੀਂ ਆਪਣੇ ਸਾਰੇ ਕੰਮ ਛੱਡ ਕੇ ਅਤੇ ਪੀ ਟੀ ਵੀ ਨੇ ਜੁਆਇਨ ਕੀਤਾ ਕਿ ਪੀ ਟੀ ਵੀ ਲੱਗਦਾ ਹੈ ਕਿ ਮਤਲਬ ਕੁਛ ਲਾਈਕ ਆਵਰ ਹੋਮ ਕਿ ਜਦੋਂ ਵੀ ਪੀ ਟੀ ਵੀ ਬੁਲਾਉਂਦਾ ਤਾਂ ਸਾਰੀ ਮਸਰੂਫੀਅਤ ਤਰ ਕਰਕੇ ਪੀ ਟੀ ਵੀ ਨੂੰ ਪ੍ਰਿਓਰਿਟੀ ਦੇ ਦੀ ਕਿ ਪੀ ਟੀ ਵੀ ਜ਼ਰੂਰ ਕਰਨਾ ਹੈ ਜਾ ਕੇ ਕਿਉਂਕਿ ਇੱਥੋਂ ਇੰਨਾ ਪਿਆਰ ਮਿਲਦਾ ਅਤੇ ਇੰਨੀ ਇੱਜ਼ਤ ਮਿਲਦੀ ਹੈ ਬਹੁਤ ਤੁਸੀਂ ਅੱਛੀ ਗੱਲ ਕੀਤੀ ਲੇਕਿਨ ਇਹ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਪੰਜਾਬੀ ਦਾ ਪ੍ਰੋਗਰਾਮ ਹੈ ਜੀ ਜੀ ਤੁਸੀਂ ਹਮੇਸ਼ਾ ਜਦੋਂ ਵੀ ਕਦੀ ਆਏ ਹੋਵੋਗੇ ਉਰਦੂ ਦੇ ਪ੍ਰੋਗਰਾਮ ਚ ਹਾਂਜੀ ਮੈਂ ਸੋਚ ਰਹੀ ਹਾਂ ਕਿ ਥੋੜਾ ਜਿਹਾ ਮੇਰੇ ਲਈ ਮੁਸ਼ਕਿਲ ਹੋਏਗੀ ਕਿ ਵਿੱਚ ਦੀ ਅਗਰ ਮੇਰੀ ਉਰਦੂ ਨਿਕਲ ਜਾਏ ਤਾਂ ਮੈਂ ਮਾਜ਼ਰਤ ਚਾਹੁੰਦੀ ਹਾਂ ਲੇਕਿਨ ਮੇਰੀ ਟਰਾਈ ਹੋਏਗੀ ਕਿ ਇਨਸ਼ਾਅੱਲਾ ਪੰਜਾਬੀ 'ਚ ਹੀ ਆਪਾਂ ਗੱਲ ਕਰਾਂਗੇ
ਤਾਂ ਕਿ ਇਸ ਪੰਜਾਬੀ ਪ੍ਰੋਗਰਾਮ ਨੂੰ ਜਿਹੜੀ ਇਹਦੀ ਪ੍ਰੋਪਰ ਰਿਕੁਆਇਰਮੈਂਟ ਹੈ ਉਹ ਮਿਲ ਸਕੇ। ਜ਼ਬਰਦਸਤ। ਅੱਛਾ ਜੀ, ਮੈਂ ਸ਼ੌਕੀ ਸਾਹਿਬ ਨਾਲ ਗੱਲ ਕਰਨਾ ਚਾਹਾਂਗੀ। ਤੁਹਾਡਾ ਜਿਹੜਾ ਨਾਮ ਹੈ ਨਈਮ ਸ਼ੌਕੀ ਜੀ, ਅਤੇ ਇਹ ਉਹ ਸ਼ੌਕੀ ਖਾਨ ਸਾਹਿਬ ਦੇ ਨਾਲ ਤੁਹਾਡਾ ਕੋਈ ਉਸਤਾਦੀ ਸ਼ਾਗਿਰਦੀ ਵਾਲਾ ਤਾਲੁਕ ਹੈ ਜਾਂ ਤੁਸੀਂ ਉਹਨਾਂ ਦੇ ਫੈਨ ਸੀ, ਕਿਸ ਤਰ੍ਹਾਂ? ਜੀ, ਅੱਲਾ ਪਾਕ ਜੰਨਤ 'ਚ ਜਗ੍ਹਾ ਦੇਵੇ। ਸ਼ੌਕੀ ਖਾਨ ਸਾਹਿਬ, ਸ਼ੌਕੀ ਖਾਨ ਸਾਹਿਬ ਸਾਡੇ ਮੁਲਕ ਦਾ ਫਖਰ ਸਨ, ਉਹਨਾਂ ਵਾਸਤੇ ਬਹੁਤ ਸਾਰੀਆਂ ਤਾਲੀਆਂ ਆਉਂਦੀਆਂ ਚਾਹੀਦੀਆਂ। ਸ਼ੌਕੀ ਖਾਨ ਸਾਹਿਬ ਦਾ ਮੈਂ ਗੰਡਾ ਬੰਦ ਸ਼ਾਗਿਰਦ। ਅੱਛਾ, ਜਿਵੇਂ ਇੱਕ ਪੱਕਾ ਕੰਮ ਕਰਨ ਵਾਲੇ ਲੋਕ ਹੁੰਦੇ ਨੇ, ਉਹਨਾਂ ਨੂੰ ਉਸਤਾਦਾਂ ਦੀ ਬੜੀ ਸੇਵਾ ਕੀਤੀ ਹੁੰਦੀ ਜੀ। ਜਿਵੇਂ ਤੁਸੀਂ ਬਹੁਤ ਸਿੱਖੇ ਪੁੱਛੇ ਲੋਕ ਹੋ, ਤੁਸੀਂ ਜਿੱਥੇ ਵੀ ਗਾਇਆ ਤੁਸੀਂ ਬਹੁਤ ਮਜ਼ੇ ਨਾਲ ਗਾਇਆ, ਔਰ ਆਪਣਾ ਲੱਗਾ ਕਿ ਕੋਈ ਉਸਤਾਦ ਵਾਲਾ ਬੰਦਾ ਗਾ ਰਿਹਾ। ਬਿਲਕੁਲ, ਨਹੀਂ ਤਾਂ ਅੱਜ ਕੱਲ੍ਹ ਨਾ ਮੁੰਡੇ ਸ਼ਾਗਿਰਦ ਨਹੀਂ ਹੁੰਦੇ। ਅੱਜ ਕੱਲ੍ਹ ਜਿੰਨੇ ਸਿੰਗਰ ਆ ਰਹੇ ਨੇ, ਇੱਕ ਅੰਤਰ ਆਪ ਕਹਿੰਦੇ ਨੇ, ਬਾਕੀ ਪਬਲਿਕ ਵਾਲੇ ਮੈਂ ਕੀਤਾ ਹੁੰਦਾ। ਤੂੰ ਆਪ ਗਾ ਆਰਾਮ ਨਾਲ। ਅੱਜ ਕੱਲ੍ਹ ਦੇ ਮੁੰਡੇ ਜਿਹੜੇ ਆ ਰਹੇ ਨੇ, ਸਿੱਖੇ ਨਹੀਂ ਆ ਰਹੇ। ਇੱਕ ਸਿੰਗਰ ਨਾ ਆਪਣੇ ਤੌਰ 'ਤੇ ਸਿੰਗਰ ਬਣ ਗਿਆ। ਇੱਕ ਜਗ੍ਹਾ 'ਤੇ ਗਾਉਣ ਵਾਸਤੇ ਗਿਆ ਅਤੇ 3000 ਬੰਦਾ ਬੈਠਾ ਹਾਲ 'ਚ, ਉਹ ਅੱਖਾਂ ਬੰਦ ਕਰਕੇ ਗਾਉਣ ਲੱਗ ਪਿਆ। ਉਹਨੇ ਅੱਖਾਂ ਖੋਲੀਆਂ, ਅੱਗੇ ਇੱਕ ਬੰਦਾ ਬੈਠਾ, ਕਹਿੰਦਾ ਭਾਅ ਜੀ ਮਜ਼ਾ ਆ ਰਿਹਾ। ਕਹਿੰਦਾ ਸਿਰ ਤੁਸੀਂ ਜਾਣਾ ਹੈ ਅਤੇ ਅਸੀਂ ਕੁੰਡਾ ਲਾਉਣਾ ਹੈ। ਤੁਹਾਡਾ ਮੈਂ ਜ਼ਾਤੀ ਤੌਰ 'ਤੇ ਬਹੁਤ ਫੈਨ, ਬਹੁਤ ਵਧੀਆ ਗਾਉਂਦੇ ਹੋ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਜ਼ਿਲ੍ਹੇ ਉਮਾ ਨਾਲ ਗੱਲ ਕਰਨਾ ਚਾਹਾਂਗੀ। ਜ਼ਿਲ੍ਹੇ ਉਮਾ, ਤੁਹਾਡੇ ਨਾਮ ਮਾਸ਼ਾਅੱਲਾ ਬੜਾ ਪਿਆਰਾ ਹੈ। ਥੈਂਕ ਯੂ। ਅਤੇ ਇਹਦਾ ਮਤਲਬ ਕੀ ਹੈ ਪਹਿਲੇ ਤਾਂ ਸਾਡੇ ਨਾਜ਼ਰੀਨ ਨੂੰ ਦੱਸੋ, ਜਿਹੜੇ ਤੁਹਾਡੇ ਫੈਨ। ਜ਼ਿਲ੍ਹੇ ਉਮਾ ਦੇ ਬੇਸਿਕਲੀ ਦੋ ਮਤਲਬ ਨੇ, ਇੱਕ ਇਸਲਾਮਿਕਲੀ ਅਤੇ ਇੱਕ ਜ਼ਿਲ੍ਹੇ ਉਮਾ ਜਿਹੜਾ ਇੱਕ ਮੁਗਲਿਆਨਾ ਨਾਮ ਹੈ। ਮੁਗਲਿਆਨਾ ਦੌਰ ਦੇ ਵਿੱਚ ਬਾਦਸ਼ਾਹ ਦੇ ਬੇਟਿਆਂ ਤੋਂ ਜਦੋਂ ਕਿਸੇ ਨੂੰ ਬਾਦਸ਼ਾਹ ਦੇਣਾ ਹੁੰਦੀ ਸੀ ਅਤੇ ਜ਼ਿਲ੍ਹੇ ਇੱਕ ਪਰਿੰਦੇ ਦਾ ਨਾਮ ਹੈ, ਉਸ ਪਰਿੰਦੇ ਨੂੰ ਉਡਾਇਆ ਜਾਂਦਾ ਸੀ ਅਤੇ ਉਹ ਪਰਿੰਦਾ ਜਿਸ ਬੇਟੇ ਦੇ ਸਿਰ 'ਤੇ ਆ ਕੇ ਬੈਠਦਾ ਸੀ ਅਤੇ ਉਹਨੂੰ ਬਾਦਸ਼ਾਹਤ ਮਿਲਦੀ ਸੀ। ਇੱਕ ਤਾਂ ਇਹਦਾ ਮਤਲਬ ਇਹ ਹੈ। ਦੂਸਰਾ ਇਸਲਾਮਿਕਲੀ ਜ਼ਿਲ੍ਹੇ ਦਾ ਮਤਲਬ ਹੈ ਸਾਇਆ, ਅਤੇ ਹੁਮਾ ਜੰਨਤ ਵਿੱਚ ਇੱਕ ਦਰਖਤ ਦਾ ਨਾਮ ਹੈ ਅਤੇ ਉਸਦੇ ਸਾਏ ਦਾ ਨਾਮ ਵੀ, ਮਤਲਬ ਉਹਨੂੰ ਜ਼ਿਲ੍ਹੇ ਹੁਮਾ ਕਿਹਾ ਜਾ ਸਕਦਾ ਹੈ। ਵਾਹ ਜੀ ਵਾਹ, ਤਾਲੀਆਂ ਆਉਣੀਆਂ ਚਾਹੀਦੀਆਂ। ਥੈਂਕ ਯੂ। ਅੱਛਾ ਜੀ, ਜਿਹੜਾ ਤੁਸੀਂ ਪਰਿੰਦਾ ਕਹਿ ਰਹੇ ਸੋ ਜੀ ਜੀ, ਉਹ ਹੁਣ ਨਹੀਂ ਮਿਲ ਸਕਦਾ? ਨਹੀਂ, ਹੁਣ ਤਾਂ ਉਹ ਨਹੀਂ ਮਿਲ ਸਕਦਾ। ਅਗਰ ਉਹ ਇਛਰੇ ਉੱਡਦਾ ਤਾਂ ਮੈਂ ਕੱਲ੍ਹ ਸਾਰਾ ਦਿਨ ਇਛਰੇ ਫਿਰਾਂਗੇ, ਯਾਰ ਮੈਂ ਬਾਦਸ਼ਾਹ ਦੇ ਬੜਾ ਟਾਈਮ ਨਾ। ਨਹੀਂ ਤੇ ਉਸ ਤੋਂ ਬਿਹਤਰ ਹੈ ਨਾ ਤੁਸੀਂ ਮੇਰੇ ਕੋਲ ਸਿਰ ਤੇ ਪਿਆਰ ਲੈ ਦੇ ਨਾ, ਤੇ ਇਨਸ਼ਾਅੱਲਾ ਬਾਦਸ਼ਾਹ ਤੇ ਮਿਲ ਹੀ ਜਾਏਗੀ। ਮੈਂ ਤੁਹਾਡੇ ਕੋਲ ਪਿਆਰ ਲੈ ਤੇ ਲਵਾਂ, ਪਰਿੰਦੇ ਨਾਲ ਇੰਨੇ ਬੜੇ ਪੈਸੇ ਆ ਰਹੇ ਨੇ, ਤੁਹਾਡੇ ਕੋਲੋਂ ਟਕਾ ਨਹੀਂ ਮਿਲਣਾ। ਅੱਛਾ ਸ਼ੌਕੀ ਸਾਹਿਬ, ਤੁਸੀਂ ਲੋਕਾਂ ਨੂੰ ਹਸਾਉਂਦੇ ਹੋ। ਹਾਂਜੀ, ਸ਼ੁਕਰ। ਕਦੇ ਖੁਦ ਵੀ ਕਿਸੇ ਨੇ ਤੁਹਾਨੂੰ ਐਸੀ ਕਾਮੇਡੀ ਕਰਕੇ ਦਿਖਾਈ ਕਿ ਤੁਸੀਂ ਵੀ ਬੜੇ ਉਹਦੇ ਫੈਨ ਬਣ ਗਏ ਹੋ ਔਰ ਤੁਸੀਂ ਵੀ ਹੱਸਦੇ ਹੋ? ਉਹ ਨਾ ਸਾਡੇ ਇਲਾਕੇ 'ਚ ਨਾ ਅਜਾਜ਼ ਫਖਰੀ ਸਾਹਿਬ ਨੇ, ਅੱਛਾ, ਉਹ ਆਪਣੀ ਬੀਵੀ ਨਾਲ ਨਾ ਝਗੜਾ ਕਰ ਰਹੇ ਨੇ। ਬੀਵੀ ਕਹਿੰਦੀ ਤੂੰ ਨਹੀਂ ਸਹੀ, ਫਖਰੀ ਸਾਹਿਬ ਕਹਿੰਦੇ ਤੂੰ ਨਹੀਂ ਸਹੀ। ਉਹ ਬੀਵੀ ਉਹਨਾਂ ਦੀ ਕਹਿੰਦੀ ਮੇਰਾ ਦਿਲ ਕਰਦਾ ਮੈਂ ਬੇਵਾ ਹੋ ਜਾਂ। ਅੱਛਾ, ਕਹਿੰਦੇ ਨੇ ਆ ਮੀਨ ਮੈਂ ਆਪਣੀ ਅੱਖਾਂ ਨਾਲ ਵੇਖਾਂ। ਕਿਹੜੀਆਂ ਅੱਖਾਂ ਨੇ ਜੇ ਤੂੰ ਚਲੇ ਹੀ ਜਾਣਾ? ਤੁਸੀਂ ਯਕੀਨ ਕਰੋ, ਤੁਸੀਂ ਤਾਂ ਵੱਡੇ ਲੋਕ ਹੋ, ਤੁਸੀਂ ਜ਼ਿਆਦਾਤਰ ਬਾਹਰ ਨਹੀਂ ਟਰੈਵਲ ਨਹੀਂ ਕਰਦੇ ਜਾਂ ਫਿਰਦੇ ਨਹੀਂ, ਹਰ ਬੰਦਾ ਹੀ ਕੋਮੇਡੀਅਨ ਹੈ। ਅੱਛਾ, ਤੁਸੀਂ ਐਵੇਂ ਡਾਕਟਰ ਦੀ ਦੁਕਾਨ 'ਤੇ ਜਾਗੇ ਜੋ ਭਾਈ ਡਾਕਟਰ ਕਿੱਥੇ ਨੇ, ਸਿਰੋਂ 'ਤੇ ਦਵਾਈ ਲੈਣ ਗਏ ਨੇ। ਡਾਕਟਰ ਕਹਿ ਰਿਹਾ, ਡਾਕਟਰ ਦਵਾਈ ਲੈਣ ਗਿਆ। ਅੱਛਾ, ਇੱਥੇ ਤਾਂ ਹਰ ਬੰਦਾ, ਤੁਸੀਂ ਥੀਏਟਰ 'ਤੇ ਅਸੀਂ ਸ਼ਾਮ ਨੂੰ ਕੰਮ ਕਰਦੇ ਹਾਂ, ਉਹ ਅਕਸਰ ਦੋਸਤ ਕਹਿੰਦੇ ਨੇ ਕਿ ਯਾਰ ਡਰਾਮਾ ਦਿਖਾ। ਅੱਛਾ, ਜਿਹੜੇ ਮੁਫਤ ਬੈਠੇ ਹੁੰਦੇ ਨੇ ਨਾ ਡਰਾਮਾ ਦੇਖਣ, ਉਹ 6ਵੀਂ ਸੀਟ 'ਤੇ ਹੱਥ ਸੁੱਟ ਰਹੇ ਹੁੰਦੇ ਨੇ, ਕੈਸਾ? ਅੱਛਾ, ਔਰ ਜਿਹਦੇ ਪੈਸੇ ਲੱਗੇ ਹੁੰਦੇ ਨੇ ਉਹ ਸਮਝਾਉਣ ਡਿਆ ਹੁੰਦਾ, ਯਾਰ ਆਰਾਮ ਨਾਲ ਬੈਠੋ, ਕੋਈ ਹੱਸਣ ਵਾਲੀ ਗੱਲ ਨਹੀਂ। ਉਹ ਆਪ ਹੀ ਕਹਿ ਰਿਹਾ। ਅੱਛਾ, ਜ਼ਿਲ੍ਹੇ ਉਮਾ ਜੀ, ਤੁਹਾਨੂੰ ਮੂਸੀਕੀ ਦਾ ਜਿਹੜਾ ਸ਼ੌਕ ਹੈ ਉਹ ਕਿਸੇ ਵੱਲੋਂ
ਤੁਸੀਂ ਕਿਸੇ ਦੇ ਫੈਨ ਬਣ ਕੇ ਕਿਸੇ ਵੱਲੋਂ ਇੰਪ੍ਰੈਸ ਹੋ ਕੇ ਆਏ, ਜਾਂ ਬਚਪਨ 'ਚ ਵੀ ਤੁਹਾਨੂੰ ਸ਼ੌਕ ਸੀ, ਜਾਂ ਘਰ ਵਾਲਿਆਂ ਨੇ ਕਿਹਾ ਕਿ ਤੁਸੀਂ ਸਿੰਗਰ ਬਣਨਾ ਹੈ, ਜਾਂ ਕੀ ਉਸ ਸਟੋਰੀ ਤੁਸੀਂ ਸੁਣਾਓ? ਜਿਹੜਾ ਸਿੰਗਰ ਹੁੰਦਾ ਨਾ, ਮੈਨੂੰ ਲੱਗਦਾ ਕਿ ਉਹ ਬਾਏ ਬੋਰਨ ਹੁੰਦਾ ਹੈ, ਕਿਉਂਕਿ ਉਹਦੇ ਵਿੱਚ ਗੋਡ ਗਿਫਟਡ ਇਹ ਟੈਲੈਂਟ ਹੁੰਦਾ, ਬਸ ਨਿਖਾਰਨਾ ਪੈਂਦਾ ਹੈ। ਬਚਪਨ ਤੋਂ ਹੀ ਸਿੰਗਿੰਗ ਦਾ ਸ਼ੌਕ ਸੀ। ਫੈਸਲਾਬਾਦ ਤੋਂ ਹਾਂ ਅਤੇ ਐਜ਼ ਅ ਚਾਈਲਡ ਆਰਟਿਸਟ ਉੱਥੇ ਪਰਫੋਰਮ ਕਰਦੇ ਸੀ। ਜਦੋਂ ਮੈਂ ਫੈਸਲਾਬਾਦ ਦੇ ਵਿੱਚ ਗਾਉਂਦੀ ਸੀ ਅਤੇ ਥੋੜ੍ਹੀ ਉਦੋਂ ਛੋਟੀ ਸੀ, ਅਤੇ ਮੈਨੂੰ ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਕਿਹਨੂੰ ਸ਼ੌਕ ਨਾਲ ਸੁਣਦੇ ਹੋ, ਅਤੇ ਮੈਂ ਉਹਨੂੰ ਕਿਹਾ ਕਿ ਮੈਂ ਹੁਮੈਰਾ ਅਰਸ਼ਦ ਨੂੰ ਬਹੁਤ ਸ਼ੌਕ ਨਾਲ ਸੁਣਦੀ ਹਾਂ, ਮੇਰਾ ਦਿਲ ਕਰਦਾ ਹੈ ਕਿ ਮੈਂ ਕਦੀ ਉਹਨਾਂ ਸਾਹਮਣੇ ਗਾਵਾਂ ਜਾਂ ਉਹਨਾਂ ਦੇ ਨਾਲ ਮਿਲ ਕੇ ਗਾਵਾਂ, ਅਤੇ ਇਹ ਮੇਰਾ ਮੈਸੇਜ ਹੈ ਉਹਨਾਂ ਲਈ। ਤਾਂ ਕਹਿੰਦੇ ਚਲੇ ਠੀਕ ਹੈ ਜੀ। ਯਾਸਿਰ ਕੁਰੈਸ਼ੀ ਥੇ ਜੋ ਕਿ PTV ਕੇ ਹੋਸਟ ਵੀ ਰਹੇ ਹੈ, ਤਾਂ ਉਹ ਮੈਨੂੰ ਕਹਿ ਰਿਹਾ ਕਿ ਠੀਕ ਹੈ ਜੀ, ਜਦੋਂ ਵੀ ਹੁਮੈਰਾ ਅਰਸ਼ਦ ਦੇ ਨਾਲ ਮੁਲਾਕਾਤ ਹੋਏਗੀ ਤਾਂ ਤੁਹਾਡਾ ਮੈਸੇਜ ਜ਼ਰੂਰ ਦਿੱਤਾ ਜਾਏਗਾ। ਮੈਨੂੰ ਨਹੀਂ ਪਤਾ ਤੁਹਾਡੇ ਤੱਕ ਮੈਸੇਜ ਪਹੁੰਚਿਆ ਕਿ ਨਹੀਂ ਪਹੁੰਚਿਆ, ਲੇਕਿਨ ਅੱਜ ਮੈਂ ਖੁਦ ਆ ਕੇ ਤੁਹਾਨੂੰ ਆਪਣਾ ਬਹੁਤ ਪੁਰਾਣਾ ਮੈਸੇਜ ਦੇ ਰਹੀ ਹਾਂ। ਅੱਲਾਹ ਤੱਕ ਮੈਸੇਜ ਪਹੁੰਚ ਗਿਆ, ਔਰ ਅੱਲਾਹ ਨੇ ਤੁਹਾਨੂੰ ਮਾਸ਼ਾਅੱਲਾ ਇੰਨੀ ਆਵਾਜ਼ ਦਿੱਤੀ ਹੈ, ਨਾ ਨਾਮ ਦਿੱਤਾ, ਸਾਨੂੰ ਬਹੁਤ ਖੁਸ਼ੀ ਹੈ। ਮੇਰੇ ਵਾਸਤੇ ਵੀ ਇਹ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਜਦੋਂ ਮੇਰੇ ਤੁਹਾਡੇ ਜੇ ਸੁਪਰ ਸਟਾਰ, ਤੁਹਾਡੇ ਜੇ ਇੰਨੇ ਅੱਛੇ ਸਿੰਗਰ ਜਦੋਂ ਮੈਨੂੰ ਪਸੰਦ ਕਰਦੇ ਨੇ ਜਾਂ ਮੈਨੂੰ ਪਸੰਦੀ ਇਜ਼ਹਾਰ ਕਰਦੇ ਨੇ, ਮੇਰਾ ਵੀ ਸਿਰ ਜਿਹੜਾ ਨਾ ਫਖਰ ਨਾਲ ਬਹੁਤ ਬੁਲੰਦ ਹੁੰਦਾ ਹੈ। ਮੇਰੀ ਤੁਹਾਡੇ ਵਾਸਤੇ ਦਿਲੀ ਦੁਆ ਹੈ, ਅੱਲਾਹ ਤੁਹਾਨੂੰ ਹੋਰ ਇੱਜ਼ਤ ਨਾਲ ਨਵਾਜ਼ੇ। ਬਹੁਤ ਸਾਰੀਆਂ ਕਲੈਪ ਹੋਣੀਆਂ ਚਾਹੀਦੀਆਂ ਨੇ। ਥੈਂਕ ਯੂ। ਕਦੀ ਤੁਸੀਂ ਕਿਤੇ ਐਸਾ ਸ਼ੋਅ ਕਰਨ ਗਏ ਹੋ ਤੇ ਕਦੀ ਹੂਟ ਵੀ ਹੋਏ ਹੋ ਨਾ ਲੋਕੀ ਹੱਸੇ ਹੋਣ? ਇੱਕ ਦਫਾ ਅਕਸਰ ਜਿਹੜੇ ਲੋਕ ਬਹੁਤ ਸੌਖੇ ਹੁੰਦੇ ਨੇ ਨਾ, ਜਿਹਨਾਂ ਕੋਲ ਬੜੇ ਪੈਸੇ ਹੁੰਦੇ ਨੇ, ਉਹ ਹੱਸਦੇ ਉਸਦੇ ਕੋਈ ਨਹੀਂ ਫਨਕਾਰ ਨੂੰ ਬੁਲਾ ਲੈਂਦੇ ਨੇ, ਬਲਕਿ ਕੋਈ ਹੱਸੇ ਤੇ ਉਹਨੂੰ ਕਹਿ ਰਹਿੰਦੇ ਨੇ ਆਰਾਮ ਸੇ ਬੈਠੋ, ਇਹ ਕੋਈ ਹੱਸਣੇ ਵਾਲੀ ਬਾਤ ਹੈ। ਆਰਟਿਸਟ ਵਿਚਾਰਾ ਨਾ ਫਨਕਾਰ ਨੂੰ ਕਲੈਪ ਮਿਲ ਜਾਏ ਨਾ ਤਾਂ ਸਮਝਦਾ ਕਿ ਫਤਿਹ ਹੋ ਗਿਆ। ਫਨਕਾਰ ਕੋਲ ਇਹਨੇ ਬੜੇ ਗੱਡੀ 'ਚ ਪੈਸੇ ਹੋਣ ਤੇ ਕਲੈਪ ਨਾ ਆਈ ਹੋਵੇ ਤੇ ਇਕੱਲਾ ਗੱਲਾਂ ਕਰਦਾ ਜਾ ਰਿਹਾ ਹੁੰਦਾ, ਯਾਰ ਹੁਣ ਉਹ ਜ਼ਿੰਦਗੀ ਨਹੀਂ ਰਹੀ, ਮਾਹੌਲ ਖਰਾਬ ਹੋ ਗਿਆ। ਬਹੁਤ ਬਹੁਤ ਕੂੜ ਬੰਦਿਆਂ ਨਾਲ ਵਾਹ ਪਿਆ। ਇੱਕ ਜਗ੍ਹਾ 'ਤੇ ਅਸੀਂ ਡਰਾਮਾ ਕਰਨ ਵਾਸਤੇ ਚਲੇ ਗਏ ਅਤੇ ਉੱਥੇ ਇੱਕ ਚੌਧਰੀ ਦਾ ਡੇਰਾ, ਅਤੇ ਉਹਨਾਂ ਨੇ ਕਿਹਾ ਫਨਕਾਰਾਂ ਨੂੰ ਬੁਲਾਓ, ਮਹਿਮਾਨਾਂ ਨੂੰ। ਉਹ ਅਸੀਂ ਜਾ ਕੇ ਬੈਠੇ ਅਤੇ ਉਹਨੇ ਇੱਕ ਬੰਦੇ ਨੂੰ ਬੁਲਾਇਆ, ਕਹਿੰਦਾ ਮਹਿਮਾਨ ਆਏ ਨੇ ਪਾਣੀ ਲਿਆ। ਅਸੀਂ ਕਿਹਾ ਕੋਈ ਚੀਜ਼ ਮੰਗਾ ਰਿਹਾ? ਉਹ ਫਿਰ ਅੱਧੇ ਕੁ ਘੰਟੇ ਬਾਅਦ ਗੱਲਾਂ ਕਰਦਾ ਕਰਦਾ ਕਹਿੰਦਾ ਪੁੱਤਰ ਪਾਣੀ ਨਹੀਂ ਆਇਆ। ਉਹ ਫਿਰ ਬੰਦਾ ਚਲਾ ਗਿਆ। ਅਸੀਂ ਕਿਹਾ ਯਾਰ ਕੋਈ ਜੂਸ ਆ ਰਿਹਾ, ਸ਼ਰਬਤ ਆ ਰਿਹਾ। ਅੱਧੇ ਕੁ ਘੰਟੇ ਬਾਅਦ ਇੱਕ ਬੰਦਾ ਆ ਕੇ ਕਹਿੰਦਾ ਪਾਣੀ ਭਰ ਗਿਆ, ਮਹਿਮਾਨਾਂ ਨੂੰ ਕਹੋ ਆ ਕੇ ਨਹਾ ਲੈਣ। ਅੱਛਾ ਜੀ, ਅਸੀਂ ਤੁਹਾਡੀ ਮੌਜੂਦਗੀ ਤੋਂ ਫਾਇਦਾ ਉਠਾਉਣਾ ਚਾਹਾਂਗੇ ਜ਼ਿਲੇ ਜੀ। ਤੁਸੀਂ ਸਾਨੂੰ ਜ਼ਿਲੇ ਹੁਮਾ ਬਹੁਤ ਹੀ ਆਪਣਾ ਜਿਹੜਾ ਪਿਆਰਾ ਗਾਣਾ ਜਿਹੜਾ ਤੁਹਾਨੂੰ ਅੱਛਾ ਲੱਗਦਾ ਆਡੀਅੰਸ। ਢੋਲੇ ਬਾਮ ਰੋੜੀ ਵੰਗਾ ਹੋਇਆ ਚੂਰੇ, ਢੋਲੇ ਬਾਮ ਰੋੜੀ ਵੰਗਾ ਹੋਇਆ ਚੂਰੇ, ਤੇਰੇ ਨਾਲ ਲਾਇਆ ਮੇਰਾ ਏ ਕਸੂਰੇ, ਤੇਰੇ ਨਾਲ ਲਾਇਆ ਮੇਰਾ ਏ ਕਸੂਰੇ, ਢੋਲੇ ਬਾਮ ਰੋੜੀ ਵੰਗਾ ਹੋਇਆ ਚੂਰੇ, ਤੇਰੇ ਨਾਲ ਲਾਇਆ ਮੇਰਾ ਏ ਕਸੂਰੇ, ਤੇਰੇ
ਮੰਮਾ ਤੁਸੀਂ ਬਹੁਤ ਹੀ ਪਿਆਰਾ ਗਾਣਾ ਗਾਇਆ, ਮੈਨੂੰ ਤੁਹਾਡਾ ਗਾਣਾ ਬਹੁਤ ਪਸੰਦ ਆਇਆ। ਆਮ ਸ਼ੋਰ ਕਿ ਸਾਡੇ ਜਿਹੜੇ ਨਾਜ਼ਰੀਨ ਨੇ ਉਹਨਾਂ ਨੂੰ ਵੀ ਜ਼ਿਲ੍ਹੇ ਹੁਮਾ ਦਾ ਜਿਹੜਾ ਗਾਣਾ ਹੈ ਉਹ ਬਹੁਤ ਪਸੰਦ ਆਇਆ ਹੋਏਗਾ। ਅਤੇ ਬ੍ਰੇਕ ਦਾ ਵੀ ਵਕਤ ਹੋ ਗਿਆ, ਲੇਕਿਨ ਹਜੇ ਨਈਮ ਸ਼ੌਕੀ ਸਾਹਿਬ ਇੱਥੇ ਬੈਠੇ ਨੇ, ਉਹਨਾਂ ਦੀ ਕੌਮੇਡੀ ਜਿਹੜੀ ਹੈ ਨਾ ਉਹ ਬੜੀ ਮਜ਼ੇ ਦੀ ਕੌਮੇਡੀ ਹੁੰਦੀ ਹੈ। ਨਾਜ਼ਰੀਨ ਨੂੰ ਮੈਂ ਕਹਾਂਗੀ ਕਿ ਤੁਸੀਂ ਵੀ ਕਿਤੇ ਨਹੀਂ ਜਾਣਾ, ਬ੍ਰੇਕ ਤੋਂ ਅਸੀਂ ਫੌਰਨ ਵਾਪਸ ਆਵਾਂਗੇ ਔਰ ਅਸੀਂ ਨਈਮ ਸ਼ੌਕੀ ਸਾਹਿਬ ਦੀ ਜਿਹੜੀ ਹੈ ਨਾ ਕੌਮੇਡੀ ਸੁਣਾਂਗੇ। ਅਤੇ ਲੈਂਦੇ ਹਾਂ ਹੁਣ ਇੱਕ ਛੋਟਾ ਜਿਹਾ ਬ੍ਰੇਕ। ਜੀ, ਅਸੀਂ ਆ ਗਏ ਹਾਂ ਬ੍ਰੇਕ ਤੋਂ ਵਾਪਸ। ਅਤੇ ਜਿਸ ਤਰ੍ਹਾਂ ਮੈਂ ਜਾਣ ਤੋਂ ਪਹਿਲੇ ਕਿਹਾ ਸੀ ਕਿ ਨਈਮ ਸ਼ੌਕੀ ਸਾਹਿਬ ਸਾਡੇ ਸ਼ੋਅ 'ਚ ਮੌਜੂਦ ਨੇ ਅਤੇ ਅਸੀਂ ਇਹਨਾਂ ਕੋਲੋਂ ਕਰਵਾਉਣੀ ਹੈ ਕੋਈ ਕਾਮੇਡੀ। ਅਤੇ ਤੁਸੀਂ ਰੈਡੀ ਹੋ ਕਿ? ਸਰ, ਹਰ ਗੱਲ 'ਤੇ ਕਾਮੇਡੀ ਹੈ। ਤੁਸੀਂ ਇਹਨਾਂ ਨੂੰ ਗਾਣਾ ਕਿਹਾ, ਇੱਕਦਮ ਇਹਨਾਂ ਨੇ ਮੈਕ ਫੜ ਲਿਆ ਔਰ ਇਤਨਾ ਅੱਛਾ ਗਾਇਆ। ਅਕਸਰ ਸਿੰਗਰਾਂ ਨੂੰ ਕਹਿੰਦਾ ਭਾਈ ਗਾਣਾ, ਉਹ ਯਾਰ ਮੇਰਾ ਗਲਾ ਖਰਾਬ ਹੈ, ਭਾਈ ਨਾ ਚਾਹੇ ਪੀ ਲਓ, ਨਹੀਂ ਮੇਰਾ ਗਲਾ ਖਰਾਬ ਹੈ। ਇੱਕ ਸਿੰਗਰ ਨੂੰ ਸਜ਼ਾਏ ਮੌਤ ਹੋ ਗਈ, ਉੱਥੇ ਕਹਿ ਰਿਹਾ ਮੇਰੇ ਪੈਰ 'ਤੇ ਰੱਸੀ ਪਾ ਲਓ, ਮੇਰਾ ਗਲਾ ਖਰਾਬ। ਜਿਸ ਤਰ੍ਹਾਂ ਸਿੰਗਰ ਕਹਿੰਦੇ ਨੇ ਕਿ ਸਾਡਾ ਗਲਾ ਖਰਾਬ ਹੈ, ਠੀਕ ਹੈ, ਤੇ ਜਦੋਂ ਤੁਹਾਡਾ ਦਿਲ ਕਾਮੇਡੀ ਕਰਨ ਨੂੰ ਨਾ ਕਰ ਰਿਹਾ ਹੋਵੇ, ਤੁਸੀਂ ਕੀ ਕਹਿੰਦੇ ਹੋ? ਓ ਸ਼ਿਕਰ ਦੁਪਹਿਰ ਪਿਪਲੀ ਦੇ ਥੱਲੇ ਮੈਂ ਛਿੜਕਾਇਆ ਵੰਗਾਂ। ਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜੀ। ਤੁਸੀਂ? ਮੈਂ ਚੁਦਰਾਣੀ ਪਹੁੰਚ ਗਏ ਹੋ? ਚੁਦਰਾਣੀ ਜੀ, ਮੈਂ ਪਹੁੰਚ ਜਾਂਦਾ ਜਿੱਥੇ ਮੌਕਾ ਮਿਲੇ, ਜਿੱਥੇ ਫਰੇਮ ਖੁੱਲੇ ਉੱਥੇ ਮੈਂ ਪਹੁੰਚ ਜਾਂਦਾ ਤੁਹਾਡੇ ਕੋਲ। ਇੰਨੇ ਸਾਰੇ ਕੈਮਰੇ ਲੱਗੇ ਨੇ, ਮੈਨੂੰ ਤਾਂ ਮੌਕਾ ਨਹੀਂ ਫਿਲਮ 'ਚ ਲੈ ਕੇ ਦਿੰਦੇ ਪਹਿਲਾਂ ਡਰਾਮਿਆਂ ਦੇ ਵਿੱਚ। ਐਮ ਜੀ, ਇਹਦੇ 'ਚ ਰੋਣਾ ਨਹੀਂ ਕਿਹੜੀ ਗੱਲ ਹੈ, ਮੌਕਾ ਨਹੀਂ ਮਿਲ ਰਿਹਾ ਤੇ ਬਹੁਤ ਅੱਛੇ। ਮੌਕਾ ਮਿਲੇ ਕਦੀ ਕਦੀ, ਤੁਹਾਨੂੰ ਪਤਾ ਨਹੀਂ ਬਨਾਰਸੀ ਠੱਗ ਫਿਲਮ ਦਾ ਗਾਣਾ, ਇੱਕ ਵਾਰੀ ਮੌਕਾ ਮਿਲਿਆ ਸੀ ਮੁਮਤਾਜ਼ ਬੇਗਮ ਨੂੰ ਅਤੇ ਮਨਵਰ ਦਰੀਪ ਸਾਹਿਬ ਨੂੰ, ਸੁਪਰ ਹਿੱਟ ਹੋ ਗਏ ਸਨ। ਬੇਬੇ, ਰੱਬ ਦਾ ਵਾਸਤਾ ਹੀ ਮੇਰੇ ਵਾਸਤੇ ਫੁਲਕੇ ਪਕਾ ਕੇ ਰੱਖ, ਭਾਵੇਂ ਹਲਕੇ ਤਾਂ ਭਾਵੇਂ ਫੁਲਕੇ। ਇਸ ਲਈ ਮੈਂ ਤੁਹਾਡੇ ਕੋਲ ਬਾਰ ਬਾਰ ਆਉਣਾ ਵਾ ਕਿ ਮੈਨੂੰ ਮੌਕਾ ਮਿਲ ਜਾਵੇ ਇੱਕ ਵਾਰੀ ਨਾ ਜੀ, ਤੇ ਫਿਰ ਮੈਂ ਵੀ ਹਿੱਟ ਹੋ ਜਾਵਾਂ। ਕਿਸ ਚੀਜ਼ ਦਾ ਮੌਕਾ ਚਾਹੀਦਾ ਹੈ? ਮੈਨੂੰ ਜਨਾਬ ਫਿਲਮ 'ਚ ਕੰਮ ਕਰਨਾ ਹੈ, ਮੈਂ ਡਰਾਮੇ 'ਚ ਕੰਮ ਕਰਨਾ ਹੈ, ਮੈਨੂੰ ਘਰਾਂ 'ਚ ਕੰਮ ਕਰਨਾ ਹੈ, ਮੈਨੂੰ ਥਾਂ ਥਾਂ 'ਤੇ ਕੰਮ ਕਰਨਾ ਹੈ। ਹਜੇ ਤੁਹਾਡੇ ਲਈ ਪਤਾ ਕਿਹੜਾ ਕੰਮ ਹੈ, ਇੰਨੇ ਬੜੇ ਤੁਸੀਂ ਕੰਮ ਕਹਿੰਦੇ, ਤੁਸੀਂ ਡਰਾਮਿਆਂ 'ਚ ਕੰਮ ਕਰਨਾ, ਫਿਲਮ 'ਚ ਕੰਮ ਕਰਨਾ, ਹੋਰ ਕਿੱਥੇ ਕੰਮ ਕਰਨਾ? ਮੇਰਾ ਮਤਲਬ ਜਿੱਥੇ ਤੁਹਾਡੇ ਡੇਰੇ 'ਤੇ ਤੁਹਾਡੀ ਹਵੇਲੀ 'ਚ ਵੀ ਕੰਮ ਕਰ ਸਕਦੇ। ਮੇਰਾ ਖਿਆਲ ਹੈ ਤੁਹਾਡੇ ਲਈ ਹਜੇ ਸਿਰਫ ਔਰ ਸਿਰਫ ਘਰ ਦਾ ਕੰਮ ਜਿਹੜਾ ਨਾ ਉਹ ਹੀ ਮਿਲ ਸਕਦਾ ਹੈ। ਜਾਣ ਕੇ ਪਾਂਡੇ ਹੀ ਮਾਂਜੇ ਜਾਓ, ਹਾਂ, ਕੈਮਰੇ ਸਾਹਮਣੇ ਨਾ ਆਓ। ਬਿਲਕੁਲ ਨਹੀਂ, ਅਸੀਂ ਉੱਥੇ ਵੀ ਕੈਮਰਾ ਲਾਵਾਂਗੇ, ਤੁਸੀਂ ਕੈਮਰੇ 'ਚ ਭਾਂਡੇ ਜਿਹੜੇ ਨੇ ਨਾ ਮਾਂਜ ਰਹੇ ਹੋ। ਦੇਖੋ, ਐਕਟਰਾਂ ਵਰਗੀ ਸ਼ਕਲ ਹੀ ਨਹੀਂ ਜੀ, ਟਰੱਕ ਜਾ ਰਿਹਾ ਹੋਵੇ ਨਾ ਪਿੱਛੇ ਇਹੋ ਜਿਹੀ ਫੋਟੋ ਬਣੀ ਹੁੰਦੀ। ਭਾਈ ਜਾਨ, ਮੇਰੀ ਗੱਲ ਸੁਣੋ, ਤੁਹਾਨੂੰ ਪਤਾ ਨਹੀਂ ਤੁਹਾਨੂੰ ਮੌਕਾ ਮਿਲ ਗਿਆ, ਇਸ ਲਈ ਤੁਸੀਂ ਗੱਲਾਂ ਪੇ ਕਰਦੇ ਜੇ, ਠੀਕ ਹੈ ਨਾ? ਮੈਨੂੰ ਮੌਕਾ ਨਹੀਂ ਮਿਲਿਆ ਹਾਲੀ। ਸਭ ਨੂੰ ਲੈ ਕੋ, ਇੱਕ ਫਿਲਮ 'ਚ ਇਹਨਾਂ ਨੂੰ ਸੀਨ ਮਿਲਿਆ ਡਾਇਰੈਕਟਰ ਕੇ ਐਕਸ਼ਨ ਤੇ ਦੌੜ ਕੇ ਕੈਮਰਾ ਵੀ ਡੱਬ ਗਿਆ। ਬਾਜੀ, ਇਹ ਇੱਕ ਅੱਧੀ ਵਾਰੀ ਹੋ ਗਿਆ ਇੰਜ ਤੇ ਕੀ ਹੋਇਆ? ਇੱਕ ਅੱਧੀ ਵਾਰੀ ਹੋਇਆ, ਉਹਨਾਂ ਨੇ ਕਰੀ ਬਲਾਸਟਿੰਗ ਲਾਈ ਹੈ। ਸਰ, ਤੁਸੀਂ ਇੱਥੇ ਕਿਲੋ ਅਸੀਂ ਬਲਾਸਟਿੰਗ ਚਲਾਉਣੀ ਹੈ, ਉੱਥੋਂ ਨਿਕਲ ਕੇ ਬਾਹਰ ਰੇੜੀ ਤੇ ਚਨੇ ਖਾ ਰਿਹਾ, ਉਹਨੇ ਅੰਦਰੋਂ ਚਲਾਈ ਉੱਥੇ ਚੱਲ ਗਈ। ਮੇਰਾ ਕੀ ਕਸੂਰ ਰਹਿੰਦੇ ਜੀ, ਸਾਰੀ ਰੇਹੜੀ ਉੱਡ ਗਈ, ਥਾਂ ਥਾਂ ਤਾਂ ਉਹਦੇ ਚਨੇ ਚਲੇ ਗਏ। ਇਹ ਕੈਸੀ ਆਸਾਨ ਗੱਲ ਹੈ, ਹਾਂਜੀ ਖਿਲਰ ਗਈ ਉਹਦੀ ਸਾਰੀ ਰੇਹੜੀ। ਮੈਂ ਬਹੁਤ ਅੱਛਾ ਸ਼ਾਟ ਦਿੱਤਾ ਸੀ ਭਾਈ ਜਾਨ। ਅਕਸਰ ਇਹਨੂੰ ਫਿਲਮ 'ਚ ਤਾਂ ਮਰਨ ਵਾਲਾ ਸੀਨ ਮਿਲਦਾ, ਇਹੋ ਜਿਹੇ ਬੰਦੇ ਦਾ ਬਾਹਰ ਲਿਖਿਆ ਹੁੰਦਾ ਬੈਸਟ ਆਫ ਦਾ ਡੈਥ। ਓਏ ਹੋਏ, ਉਹ ਭਾਈ ਉਹ ਗੇਮ ਆਫ ਡੈਥ ਫਿਲਮ ਚਿਤਰਾਂ ਦੀ ਮੇਲੀ ਜੀ ਇਹਦੀ, ਇਹੋ ਜਿਹੇ ਬੰਦੇ ਨਾ ਤੇਜ਼ ਜਾ ਰਹੇ ਹੁੰਦਾ ਮੋਟਰਸਾਈਕਲ ਤੇ, ਅੱਛਾ, ਔਰ ਕੰਮ ਵੀ ਕੋਈ ਨਹੀਂ ਹੁੰਦਾ ਔਰ ਜਾਂਦੇ ਐਵੇਂ ਵੱਜ ਜਾਂਦਾ। ਉਹ ਵੱਜਦਾ ਨਹੀਂ, ਮੈਂ ਲੈਂਦਾ ਹੀ ਇਸ ਤਰ੍ਹਾਂ ਵਾਂਗੜਾ। ਤੇ ਤੁਹਾਨੂੰ ਐਕਟਿੰਗ ਕਰਨ ਦਾ ਸ਼ੌਕ? ਯੈਸ,
ਅੱਜ ਸਾਡਾ ਜਿਹੜਾ ਸੈਗਮੈਂਟ ਹੈ, ਜਿਹੜਾ ਸਾਡੇ ਨਾਜ਼ਰੀਨ ਦਾ ਬੜਾ ਪਸੰਦੀਦਾ ਸੈਗਮੈਂਟ ਹੈ, ਜਿਹਦੇ 'ਚ ਸਾਡੇ ਜਿਹੜੇ ਗੈਸਟ ਆਏ ਹੁੰਦੇ ਨੇ ਉਹ ਇੱਕ ਸਾਡਾ ਬਾਉਲ ਹੈ ਉਹਦੇ ਵਿੱਚ ਪਰਚੀਆਂ ਪਈਆਂ ਹੁੰਦੀਆਂ ਨੇ, ਉਹ ਕੱਢੀਆਂ ਜਾਂਦੀਆਂ ਨੇ, ਉਹਦੇ 'ਚ ਫਿਰ ਜੋ ਲਿਖਿਆ ਹੁੰਦਾ ਉਹ ਸਾਡੇ ਗੈਸਟ ਨੂੰ ਕਰਨਾ ਪੈਂਦਾ। ਅਤੇ ਕਿਉਂਕਿ ਸਾਡਾ ਅੱਜ ਜਿਹੜਾ ਭਾ ਝੂਰਾ ਹੈ ਉਹਨੂੰ ਵੀ ਐਕਟਿੰਗ ਦਾ ਸ਼ੌਕ ਹੈ, ਅਤੇ ਜ਼ਰਾ ਬਾਉਲ ਲਿਆਓ ਨਾ, ਜ਼ਰਾ ਅਸੀਂ ਮਹਿਮਾਨਾਂ ਦੇ ਨਾਲ ਤੁਹਾਡੀ ਐਕਟਿੰਗ ਕਰਾਈਏ, ਮੈਂ ਦੇਖਾਂ ਕਿ ਕਿਸ ਤਰ੍ਹਾਂ ਦੀ ਤੁਸੀਂ ਐਕਟਿੰਗ ਕਰਦੇ। ਲੋ ਮੈਂ ਗਿਆ ਤੇ ਆਇਆ, ਉਹ ਕਿੜਕਿੜ ਬੋਲਦੀਆਂ ਪੇਦਲਾਂ ਦੇ ਖੋਲਦੀਆਂ, ਲੋ ਜੀ ਇਹ ਪਟੋਰਾ ਆ ਗਿਆ ਜੇ। ਅੱਛਾ, ਜਿਹਦੇ ਵਿੱਚੋਂ ਪਰਚੀ ਨਿਕਲੇਗੀ, ਜੋ ਨਿਕਲੇਗੀ ਤੁਹਾਨੂੰ ਕਰਕੇ ਵਿਖਾਉਣਾ ਪਏਗਾ। ਲੋ ਜੀ ਪਹਿਲੇ ਆਪਣਾ ਕਿਹਨੂੰ ਪੇਸ਼ ਕਰਾਂ ਬੋਲ? ਪਹਿਲੇ ਪੇਸ਼ ਕਰੋ ਤੁਸੀਂ ਜ਼ਿਲ੍ਹੇ ਹੁਮਾਨ। ਓਕੇ, ਵੇਖਾਂਗੇ ਨਾ ਧੋ ਕੇ। ਜ਼ਿਲ੍ਹੇ ਤੁਸੀਂ ਖੁਦ ਆਪਣੇ ਲਈ ਜਿਹੜਾ ਨਾ ਚੂਜ਼ ਕਰ ਲਓ ਕਿ ਤੁਸੀਂ ਕੀ। ਹਾਂ, ਇਹ ਤੁਹਾਨੂੰ ਦੇਣੀ ਹੈ ਪਹਿਲੇ? ਨਹੀਂ, ਤੁਸੀਂ ਖੁਦ ਹੀ ਪੜ੍ਹ ਲਓ ਕਿ ਤੁਸੀਂ ਕੀ ਕਰਨਾ। ਓਹੋ, ਨਰਾਜ਼ ਫੁੱਫੋ ਦਾ ਕਿਰਦਾਰ। ਫਾਈਨ, ਨਰਾਜ਼ ਫੁੱਫੋ ਦਾ ਕਿਰਦਾਰ ਕਰਨਾ। ਨਰਾਜ਼ ਫੁੱਫੋ ਹਰ ਵੇਲੇ ਨਰਾਜ਼ ਹੀ ਰਹਿੰਦੀ ਹੈ। ਮੈਂ ਆਪਣੇ ਘਰ ਹੀ ਇਤ ਕਰਦੀ ਚੰਗੀ ਸੀ, ਐਵੇਂ ਤੁਹਾਡੇ ਲਈ ਆ ਗਈ ਹੈ। ਉਹਨਾਂ ਨੇ ਨਰਾਜ਼ ਫੁੱਫੋ ਬਣਨਾ ਤੇ ਤੁਸੀਂ ਨਰਾਜ਼ ਭਾਂਜਾ ਜਾਂ ਭਤੀਜਾ? ਭਤੀਜਾ ਜੀ, ਭਤੀਜਾ। ਫੁੱਫੀ ਜਾਨ, ਆ ਮੇਰੀ ਬਾਤ ਕਿਉਂ ਨਹੀਂ ਸਮਝਦੇ ਪਏ ਹੋ? ਨਹੀਂ ਨਹੀਂ, ਹੁਣ ਤੁਹਾਡੀ ਗੱਲ ਸੁਣਨ ਦਾ ਟਾਈਮ ਮੁੱਕ ਗਿਆ, ਹੁਣ ਤੁਹਾਡੀ ਗੱਲ ਨਹੀਂ ਸੁਣੀ ਜਾ ਸਕਦੀ। ਫੁੱਫੀ ਜੀ, ਤੁਸੀਂ ਮੇਰੇ ਵਿਆਹ ਤੇ ਨਾ ਆਏ ਤੇ ਕਿਸੇ ਮੇਰੇ ਵਿਆਹ ਤੇ ਨਹੀਂ ਆਣਾ। ਵਿਆਹ ਕਰਨ ਤੋਂ ਪਹਿਲੇ ਤੁਸੀਂ ਰਿਸ਼ਤਾ ਦੇਖਿਆ ਤੇ ਤੁਸੀਂ ਮੇਰੇ ਕੋਈ ਸਲਾਹ ਮਸ਼ਵਰਾ ਕਰਦੇ? ਮੈਨੂੰ ਨਾਲ ਲੈ ਕੇ ਜਾਂਦੇ, ਮੈਂ ਕੁੜੀ ਵੇਖਦੀ, ਮੈਂ ਦੇਖਦੀ ਹਾਂ ਸਾਡੇ ਖਾਨਦਾਨ ਦੇ ਵਿੱਚ ਸੈੱਟ ਹੋ ਵੀ ਸਕਦੀ ਹੈ ਕਿ ਨਹੀਂ। ਫੁੱਫੀ ਜੀ, ਮੇਰੇ ਅੱਬਾ ਜੀ ਨੂੰ ਡਰ ਸੀ, ਪਿਛਲੀ ਵਾਰੀ ਤੁਹਾਨੂੰ ਬੁਲਾਇਆ ਸੀ ਜਦੋਂ ਮੈਨੂੰ ਵੇਖਣ ਆਏ ਸਨ ਕੁੜੀ ਵਾਲੇ, ਤੁਸੀਂ ਆ ਕੇ ਪੁੱਠੀਆਂ ਸਿੱਧੀਆਂ ਗੱਲਾਂ ਕਰਦੀ। ਨਹੀਂ, ਪੁੱਠੀਆਂ ਸਿੱਧੀਆਂ ਗੱਲਾਂ ਨਹੀਂ, ਉਹ ਤੁਹਾਡੀ ਸ਼ਕਲ ਦੇਖ ਕੇ ਮੁੜ ਗਏ ਸੀ। ਸ਼ਕਲ ਮੇਰੇ ਮੂੰਹ ਤੇ ਕੀ ਗੁੱਲੀ ਡੰਡਾ ਬਣਿਆ ਹੈ? ਤੁਸੀਂ ਮੈਨੂੰ ਬੁਲਾਉਂਦੇ, ਮੈਂ ਕੁਝ ਝੂਠੀਆਂ ਤਾਰੀਫਾਂ ਕਰਦੀ ਤੁਹਾਡੀਆਂ? ਨਹੀਂ ਪੁੱਫੀ ਜੀ, ਤੁਹਾਨੂੰ ਮੇਰੇ ਵਿਆਹ ਤੇ ਆਉਣਾ ਪਏਗਾ, ਵਰਨਾ ਵਾਜੇ ਨਹੀਂ ਵਜਾਣੇ। ਮੈਂ ਹਲਵਾ ਨਹੀਂ ਖਾਣਾ। ਹੁਣ ਇਹ ਮੌਕਾ ਤੁਸੀਂ ਗਵਾ ਚੁੱਕੇ ਹੋ, ਹੁਣ ਤੁਹਾਡੀ ਫੁੱਫੀ ਇਸ ਵਿਆਹ ਤੇ ਨਹੀਂ ਆ ਸਕਦੀ। ਤੁਹਾਡੀ ਕੱਲੀ ਕੱਲੀ ਫੁੱਫੀ, ਤੁਸੀਂ ਇਹ ਨਾ ਸੋਚਿਆ ਕਿ ਸਾਡੀ ਕੱਲੀ ਕੱਲੀ ਫੁੱਫੀ ਅਸੀਂ ਬੁਲਾ ਲਈਏ, ਤੁਸੀਂ ਸਾਨੂੰ ਗੈਰਾਂ ਦੀ ਤਰ੍ਹਾਂ ਬੁਲਾਇਆ ਹੈ, ਤੁਸੀਂ ਸੱਦਾ ਦੇਣ ਆ ਚੁੱਕੇ ਹੋ। ਸਭ ਦੀ ਕੱਲੀ ਕੱਲੀ ਫੁੱਫੀ ਹੁੰਦੀ, ਕਦੋਂ ਕਿਸੇ ਬੰਦੇ ਦੀ? ਨਾ ਨਾ, ਕਿਸੇ ਦੀਆਂ 7 ਫੁੱਫੀਆਂ ਵੀ ਹੁੰਦੀਆਂ ਨੇ। ਆਹੋ ਜੀ, ਵੈਸੇ ਪੁੱਫੀ ਜੀ ਇਸ ਤਰ੍ਹਾਂ ਨਾ ਕਰੋ, ਇੱਕ ਵਾਰੀ ਤੁਸੀਂ ਮੇਰੀ ਸ਼ਾਦੀ ਤੇ ਆ ਜਾਓ, ਉਸ ਤੋਂ ਬਾਅਦ ਮੇਰੇ ਹਕੀਕੇ ਤੇ ਆਣਾ ਤੁਸੀਂ। ਨਾ ਨਾ, ਇਹ ਮੌਕਾ ਤੁਸੀਂ ਗਵਾ ਚੁੱਕੇ, ਹੁਣ ਨਹੀਂ ਅਸੀਂ ਆ ਸਕਦੇ। ਪੁੱਫੀ ਜਾਨ, ਮਾਜ਼ਰਤ। ਵੈਸੇ ਭਾਈ ਤੁਹਾਨੂੰ ਮੇਰਾ ਮਸ਼ਵਰਾ ਕਿ ਹੁਣ ਸ਼ਾਦੀ ਕਰਵਾ ਹੀ ਲਓ, ਐਡੇ ਬੁੱਢੇ ਹੋ ਗਏ, ਤੁਹਾਡੀ ਵਿਗ ਨਹੀਂ ਚਿੱਟੇ ਆ ਗਏ। ਦੇਖੋ ਮੇਰੀ ਗੱਲ ਸੁਣੋ ਅੰਕਲ, ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਅਗਰ ਮੇਰੀ ਪੁੱਫੀ ਮੇਰੀ ਸ਼ਾਦੀ ਤੇ ਨਾ ਆਈ ਤੇ ਮੇਰੀ ਸ਼ਾਦੀ ਕੈਂਸਲ ਹੋ ਸਕਦੀ ਹੈ। ਪੁੱਫੀ ਨਾ ਵੀ ਆਈ ਆ, ਆਈ ਤੁਹਾਡੀ ਕੈਂਸਲ ਹੀ ਕੈਂਸਲ। ਉਹ ਕਿਉਂ ਭਾਜੀ? ਤੁਹਾਡੀ ਸ਼ਕਲ ਵੇਖਦੇ ਫੌਰੀ ਜਵਾਬ ਹੋ ਜਾਣਾ। ਵਾਓ ਜ਼ਿਲ੍ਹੇ ਉਮਾ, ਤੁਸੀਂ ਤੇ ਬਹੁਤ ਪਿਆਰੀ ਐਕਟਿੰਗ ਕਰਦੇ ਹੋ, ਮੇਰਾ ਖਿਆਲ ਹੈ ਤੁਹਾਨੂੰ ਹੁਣ ਡਰਾਮਾ ਇੰਡਸਟਰੀ ਨੂੰ ਜੁਆਇਨ ਕਰ ਹੀ ਲੈਣਾ ਚਾਹੀਦਾ, ਕੀ ਖਿਆਲ ਹੈ ਤੁਹਾਡਾ? ਥੈਂਕ ਯੂ। ਲੈ ਜੀ, ਹੁਣ ਕਿੰਨੀ ਵਾਰੀ ਹੈ ਜੀ ਚਿਦਰਾਣੀ ਜੀ? ਹੁਣ ਨੇਮ ਸ਼ੌਕੀ ਸਾਹਿਬ ਦੀ ਵਾਰੀ ਹੈ, ਤੁਸੀਂ ਇਹ ਬਾਉਲ ਜਿਹੜਾ ਨਾ ਉਹਨਾਂ ਨੂੰ ਦਿਓ ਤਾਂ ਕਿ ਉਹ ਵੀ ਦੇਖੀਏ, ਅਸੀਂ ਉਹਨਾਂ ਦੀ ਵੀ ਐਕਟਿੰਗ ਦੇਖੀਏ, ਕਾਮੇਡੀ ਤੇ ਉਹ ਕਰਦੇ ਰਹਿੰਦੇ ਨੇ, ਹੁਣ ਐਕਟਿੰਗ ਵੀ ਦੇਖੀਏ ਕੈਸੀ ਕਰਦੇ। ਲਓ ਜੀ ਫਿਰ ਇਹ ਜੀ ਆਉਣ ਲੱਗਾ ਜੀ ਕੋਲ। ਮੈਂ ਤਾਂ ਕਿਹਾ 7 ਵਾਰੀ ਮੇਰੇ ਸਿਰ ਤੋਂ ਮਾਰਨ ਲੱਗੇ ਹੋ। 7 ਵਾਰੀ ਸਿਰ ਤੇ, ਤੁਸੀਂ ਸਦਕੇ ਦਾ ਬੱਕਰਾ ਜੀ। ਅਰੇ ਤੇਰੀ ਨਜ਼ਰ ਦੀ ਕਾਫੀ ਲਾਏ ਜੀ, ਨੇੜੇ ਦੀ ਨਜ਼ਰ ਖਰਾਬ ਹੈ ਕੀ ਹੈ? ਗਾਉਂ ਕਾ ਹਕੀਮ, ਗਾਉਂ ਕਾ ਹਕੀਮ। ਲਓ ਕਿੰਨੀ ਸਿੱਧੀਆਂ ਪਈਆਂ ਨੇ, ਤੁਹਾਡੀ ਸ਼ਕਲ ਵੀ ਮਰੀਜ਼ਾਂ ਵਰਗੀ, ਮੈਂ ਹਕੀਮ ਹਾਂ। ਆਓ ਜਰਾ ਉੱਥੇ ਫਿਰ ਮੈਦਾਨ 'ਚ ਆ ਜਾ। ਕਾਕਾ ਕੀ ਗੱਲ ਹੈ? ਓ ਇਹ ਆਪਣਾ ਹਕੀਮ, ਦੁਕਾਨ ਤਾਂ ਬਾ ਬੈਠਾ ਤੇਰਾ ਭਰਾ, ਲੇਕਿਨ ਗਾਹਕ ਕੋਈ ਨਹੀਂ ਆ ਰਿਹਾ। ਕੱਲ ਇੱਕ ਬੰਦਾ ਆਇਆ, ਕਹਿੰਦਾ ਹਕੀਮ ਸਾਹਿਬ ਭੁੱਖ ਨਹੀਂ ਲੱਗਦੀ। ਮੈਂ ਕਿਹਾ ਵੀਰੇ ਤੂੰ ਆਪਣੀ ਰੋਟੀ ਮੈਨੂੰ ਦੇ ਜਿਆ ਕਰ।
ਹਕੀਮ ਸਾਹਿਬ ਕੀ ਗੱਲ ਹੈ? ਮੇਰੇ ਬੜੇ ਅਜੀਬ ਮਸਲੇ ਨੇ। ਮਸਲਾ ਕੀ ਹੈ ਬੇਟਾ? ਮੈਂ ਨਾਨ ਜਾਣਾ ਵਾ ਤੇ ਭੇਜ ਜਾਣਾ ਵਾ, ਕੋਈ ਇਹੋ ਜਿਹੀ ਦਵਾਈ ਦਿਓ ਮੈਂ ਸੁੱਕਾ ਰਵਾਂ। ਪੁੱਤਰ ਤੂੰ ਟੂਟੀ ਬੰਦ ਕਰਕੇ ਨਾ ਆਇਆ ਕਰ। ਬਸ ਹਕੀਮ ਸਾਹਿਬ ਕੋ ਚੰਗੀ ਦਵਾਈ ਦਿਓ ਤਾਂ ਕਿ ਮੈਂ ਬਿਲਕੁਲ ਸੈੱਟ ਹੋ ਜਾਵਾਂ। ਇਹ ਪੁੱਤਰ ਤੇਰਾ ਮਸਲਾ ਨਹੀਂ, ਇਹ ਕਾਕਾ ਹਰ ਬੰਦੇ ਦਾ ਮਸਲਾ। ਉਹ ਕੀ ਜੀ? ਕੱਲ ਇੱਕ ਬੰਦਾ ਆਣ ਕੇ ਕਹਿੰਦਾ ਹਕੀਮ ਸਾਹਿਬ ਹੈ ਤੁਰਦਿਆਂ ਫਿਰਦਿਆਂ ਚੱਕਰ ਬਹੁਤ ਆ ਰਹੇ ਆ। ਮੈਂ ਕਿਹਾ ਚੱਲ ਆ ਜਾ ਕਾਕਾ, ਮੈਨੂੰ ਬੈਠੇ ਆ ਰਹੇ ਆ। ਹਕੀਮ ਸਾਹਿਬ ਕੀ ਬੇਟਾ ਮਸਲਾ ਕੀ ਹੋ ਤੇਰਾ? ਮੈਂ ਹਕੀਮ ਸਾਹਿਬ ਰਾਤ ਨੂੰ ਸੌਣਾ ਵਾ ਨਾ, ਉਹ ਮੈਨੂੰ ਨੀਂਦਰ ਆ ਜਾਂਦੀ ਹੈ। ਹਾਂਜੀ ਤੂੰ ਇੱਕ ਕੰਮ ਕਰਿਆ ਕਰ ਪੁੱਤਰ, ਹਾਂਜੀ ਅੱਖਾਂ ਖੋਲ ਕੇ ਸਾਇਆ ਕਰ, ਨਾਲੇ ਜ਼ਿਹਨ 'ਚ ਰੱਖਿਆ ਕਰ ਪੁੱਤਰ ਕਿਹਦੇ ਕਿਤੇ ਪੈਸੇ ਦੇਣੇ, ਤੈਨੂੰ ਕਦੀ ਨੀਂਦ ਨਹੀਂ ਆਈ। ਹਕੀਮ ਸਾਹਿਬ ਕੀ ਗੱਲ ਹੈ? ਮੈਨੂੰ ਇੱਕ ਗੱਲ ਦੱਸੋ। ਕਿਹੜੀ ਪੁੱਤਰ? ਇਹ ਮੇਰਾ ਵਜ਼ਨ ਕਿਵੇਂ ਵੱਧ ਸਕਦਾ ਹੈ? ਪੱਲਿਓ ਖਾਇਆ ਕਰ। ਹਕੀਮ ਸਾਹਿਬ ਇਹਦੀ ਕੋਈ ਗੱਲ ਨਹੀਂ, ਕੋਈ ਬੰਦਾ ਦੇਗ ਬਣ ਰਿਹਾ ਹੋਵੇ ਨਾ ਇਹੋ ਜਿਹੇ ਮੁੰਡਿਆਂ ਦੇ, ਉਹਨੂੰ ਦਿਓ, ਉਹਨੂੰ ਦਿਓ, ਲਿਆਓ ਹੁਣ ਮੈਨੂੰ ਵੀ ਦਿਓ। ਜ਼ਾਹਿਰ ਹੈ ਜੀ ਕਰਨਾ ਪੈਂਦਾ ਜੀ, ਪਰ ਹਕੀਮ ਸਾਹਿਬ ਗੱਲ ਇਹ ਵੀ ਮੇਰੀ ਤਬੀਅਤ ਸੈੱਟ ਹੋ ਜਾਵੇ, ਮੈਂ ਕਹਿੰਦਾ ਮੈਂ ਟੁਰਾਂ ਫਿਰਾਂ ਭੱਜਾਂ ਨੱਸਾਂ ਤੇ ਖਾਵਾਂ ਪੀਵਾਂ। ਕਾਕਾ ਇੱਕ ਮਾਈ ਨੂੰ ਹੋ ਗਈ ਸ਼ੂਗਰ, ਹਾਂਜੀ ਉਹਨਾਂ ਸਾਂਗਲੇ ਖੜੇ ਉਹਨਾਂ ਜਵਾਬ ਦੇ ਦਿੱਤਾ। ਕਿਉਂ? ਉਹਨਾਂ ਫੈਸਲਾਬਾਦ ਖੜੇ ਉਹਨਾਂ ਜਵਾਬ ਦੇ ਦਿੱਤਾ। ਕਿਉਂ? ਅੱਕ ਕੇ ਫਿਰ ਮੇਰੇ ਕੋਲ ਲਿਆਏ, ਫਿਰ ਮੈਂ ਵੀ ਜਵਾਬ ਦੇ ਦਿੱਤਾ। ਬਹੁਤ ਜ਼ਬਰਦਸਤ ਜੀ, ਬਹੁਤ ਜ਼ਿਆਦਾ, ਮਤਲਬ ਮੈਨੂੰ ਵੀ ਜਵਾਬ ਹੋ ਗਿਆ ਜੀ। ਬਹੁਤ ਬਹੁਤ ਪਿਆਰੀ ਐਕਟਿੰਗ ਦੋਨਾਂ ਨੇ ਤੁਸੀਂ, ਬਹੁਤ ਅੱਛੀ ਐਕਟਿੰਗ। ਚੰਦਰਾਣੀ ਜੀ ਮੈਂ ਫਿਰ ਪਾਸ ਹੋ ਗਿਆ ਨਾ ਜੀ? ਨਹੀਂ ਉਹ ਹਜੇ ਰਿਜ਼ਲਟ ਆਉਣ ਵਾਲਾ, ਬਸ ਵੈਸੇ ਬਹੁਤ ਅੱਛੀ ਐਕਟਿੰਗ ਕੀਤੀ ਹੈ। ਬਸ ਹੁਣ ਬਾਉਲ ਜਿਹੜਾ ਨਾ ਉਹ ਦਿਓ ਜ਼ਿਲ੍ਹੇ ਉਮਾ ਨੂੰ, ਤਾਂ ਕਿ ਜਲਦੀ ਜਲਦੀ ਜਿਹੜਾ ਨਾ ਲੋਕ ਇੰਜੋਏ ਕਰ ਰਹੇ ਨੇ ਉਹਨਾਂ ਦੀ ਐਕਟਿੰਗ ਨੂੰ। ਲਓ ਜੀ ਵੇਖੋ ਜੀ ਕੀ ਨਿਕਲਦਾ ਹੈ। ਦਰਜ਼ੀ ਔਰ ਗਾਹਕ ਕਾ ਜੋ ਪਹਿਲੇ ਦਿਨ ਨੀ ਦੂਸਰੇ ਦਿਨ ਪਾਣਾ ਨਸੀਬ ਹੋਇਆ। ਇਸ ਤਰ੍ਹਾਂ ਗੱਲ ਨੀ ਹੈਗੀ ਬਾਜੀ, ਮੇਰੀ ਗੱਲ ਸੁਣੋ, ਬਿਜਲੀ ਨੀ ਹੱਥ ਆ ਰਹੀ, ਬਿੱਲ ਵੀ ਦੇਣੇ ਨਿਕਲ ਜਾਂਦੀ ਹੈ, ਕਿੱਧਰ ਜਾਂਦੀ? ਨਹੀਂ ਬਿਜਲੀ ਦਾ ਤੇ ਮੇਰੇ ਸੂਟ ਦੇ ਨਾਲ ਕੋਈ ਤਾਲੁਕ ਨਹੀਂ ਹੈ ਨਾ, ਤੁਸੀਂ ਵਾਅਦਾ ਕੀਤਾ ਕਿ ਮੈਂ ਦੋ ਦਿਨਾਂ ਬਾਅਦ ਸੂਟ ਦੇਊਂਗਾ, ਇਸ ਗੱਲ ਨੂੰ 4 ਦਿਨ ਹੋ ਚੁੱਕੇ ਨੇ। ਤੇ ਮਸ਼ੀਨ ਬਿਜਲੀ ਨਾਲ ਚੱਲਦੀ ਏ, ਉਹ ਕੋ ਮੈਂ ਮੂੰਹ ਨਾਲ ਚਲਾਣਾ ਸੀ। ਅਗਰ ਤੁਹਾਡੇ ਘਰ ਅਗਰ ਬਿਜਲੀ ਦਾ ਮਸਲਾ ਤੇ ਤੁਸੀਂ ਹੱਥ ਦੀ ਮਸ਼ੀਨ ਇਸਤੇਮਾਲ ਕਰੋ, ਹੱਥ ਦੇ ਨਾਲ ਮੇਰਾ ਸੂਟ ਸੀ ਦਿਓ। ਨਹੀਂ ਨਹੀਂ ਹੱਥ ਹੁਣ ਦੌਰ ਨਹੀਂ ਰਿਹਾ ਜੀ, ਮਸ਼ੀਨੀ ਦੌਰ ਆ ਗਿਆ। ਬਾਕੀ ਕੋਈ ਗੱਲ, ਘਬਰਾਓ ਨਾ ਤੁਸੀਂ, ਮੈਂ ਤੁਹਾਨੂੰ ਕਿੰਨੇ ਦਿਨ ਹੋਏ ਨੇ ਹਾਲੀ? ਦੋ ਦਿਨ ਹੋ ਗਏ, 4 ਦਿਨ ਹੋ ਗਏ ਨੇ। 4 ਤਾਂ ਅੱਗੇ ਗਲਤੀ, ਲੇਕਿਨ ਇਹ ਤਾਂ ਵਾਅਦਾ ਖਿਲਾਫੀ ਹੋ ਗਈ ਨਾ। ਤੁਸੀਂ ਅਗਰ 2 ਦਿਨ ਬਾਅਦ ਮੇਰਾ ਸੂਟ ਨਹੀਂ ਦਿਓਗੇ ਤੇ ਤੁਹਾਨੂੰ ਸਿਲਾਈ ਦੇ ਪੈਸੇ ਨਹੀਂ ਦੇਵਾਂਗੇ। ਮੈਂ ਤੁਹਾਨੂੰ ਦੱਸਾਂ, ਤੁਹਾਡਾ ਨਾ ਇੱਕ ਦਿਨ ਦੋ, ਚੰਨ ਦੀ 32 ਤਰੀਕ ਨੂੰ ਮੈਂ ਤੁਹਾਡਾ ਸੂਟ ਦੀ ਦੇਣੇ। ਉਹ ਤਾਂ 32 ਤਾਰੀਖ ਕਦੀ ਵੀ ਨਾ ਆਏਗੀ, ਜਿਸ ਤਰ੍ਹਾਂ ਫਰਵਰੀ ਦੀ 29 ਤਾਰੀਖ 4 ਸਾਲ ਬਾਅਦ ਆਉਂਦੀ ਏ, ਇਸ ਤਰ੍ਹਾਂ ਤੁਸੀਂ ਮੇਰਾ ਸੂਟ ਮੈਨੂੰ ਪਹੁੰਚਾਓਗੇ ਵਾਪਸ? ਲਓ ਜੀ ਭੈਣ ਤੇ ਬੜੀ ਪੜ੍ਹੀ ਲਿਖੀ ਗੱਲਾਂ ਕਰਨ ਦੀ ਏ, ਮੇਰਾ ਖਲੇ ਨੇ ਸੂਟ ਸਵਾ ਹੀ ਲੈਣੇ। ਕਲੈਪਿੰਗ ਜੀ, ਬਹੁਤ ਅੱਛੀ ਐਕਟਿੰਗ ਕੀਤੀ, ਦੁਬਾਰਾ ਤੁਸੀਂ ਪ੍ਰੂਵ ਕੀਤਾ ਕਿ ਤੁਸੀਂ ਬਹੁਤ ਚੰਗੀ ਐਕਟਿੰਗ ਕਰ ਸਕਦੇ ਹੋ। ਥੈਂਕ ਯੂ, ਸ਼ੁਕਰੀਆ। ਕੀ ਖਿਆਲ ਹੈ ਮੇਰੇ ਨਾਜ਼ਰੀਨ ਦਾ? ਦੇਖ ਲਓ ਉਹਨਾਂ ਨੇ ਵੀ ਤੁਹਾਨੂੰ ਪਸੰਦ ਕੀਤਾ, ਬਿਲਕੁਲ ਪਸੰਦ ਕੀਤਾ। ਦਰਜੀ ਤਾਂ ਮੈਨੂੰ ਯਾਦ ਆਇਆ ਕਿ ਮੇਰੀ ਬਰਥਡੇ ਸੀ ਤੇ ਮੈਂ ਸੂਟ ਸਵਾਇਆ ਦਰਜੀ ਕੋਲੋਂ, ਤੇ ਦਰਜੀ ਨੂੰ ਮੈਂ 7 ਵਜੇ ਫੋਨ ਕੀਤਾ, ਮੈਂ ਕਿਹਾ ਭਾਈ ਮੇਰਾ ਸੂਟ ਸੀ ਦਿੱਤਾ, ਮੈਨੂੰ ਕਹੋ ਨਹੀਂ ਹਜੇ ਦੁਕਾਨ ਤੇ ਜਾ ਕੇ ਕੱਟਾਂਗਾ 7 ਵਜੇ।
ਮਤਲਬ ਉਹ ਆਪਣੀ ਦੁਕਾਨ ਤੇ ਪਹੁੰਚਿਆ ਤਾਂ ਮੂੰਹ ਪਹੁੰਚ ਗਿਆ ਕਟਾਂਗਾ ਜੀ ਬੋਲਿਆ ਜਾ ਕੇ ਬਾਜੀ ਕਟਾਂਗਾ ਮੈਂ ਕਿਹਾ 7 ਵਜ ਗਏ ਨੇ ਤਾਂ ਤੂੰ ਕਿਹੜੇ ਵੇਲੇ ਕੱਟੇਗਾ ਦਰਦੀ ਤਾਂ ਮੈਨੂੰ ਯਾਦ ਆਇਆ ਕਿ ਚਾਂਦ ਰਾਤ ਵਾਲੇ ਦਿਨ ਨਾ ਦਰਦੀ ਦੀ ਦੁਕਾਨ ਦੇ ਬਾਹਰ ਲੋਕ ਨਾ ਖੱਪ ਪਾ ਰਹੇ ਨੇ ਹਾਂ ਇੱਕ ਬਾਬਾ ਜੀ ਕਹਿੰਦੇ ਯਾਰ ਸ਼ਟਰ ਬੰਦ ਆ ਮੈਂ ਸਵੇਰੇ ਸੂਟ ਪਾਉਣਾ ਮੇਰਾ ਸੂਟ ਲੈ ਕੇ ਭੱਜ ਗਿਆ ਹਾਂ ਇੱਕ ਬਾਜੀ ਕਹਿੰਦੀ ਮੇਰੀ ਸਾੜੀ ਲੈ ਕੇ ਭੱਜ ਗਿਆ ਇੱਕ ਬਾਬਾ ਜੀ ਕਹਿੰਦੇ ਉੱਚੀ ਰੋਈ ਜਾ ਰਹੇ ਨੇ ਮੈਂ ਕਿਹਾ ਤੁਹਾਡਾ ਕੀ ਲੈ ਗਿਆ ਕਹਿੰਦਾ ਪੁੱਤਰ ਮੇਰਾ ਨਾਪ ਲੈ ਕੇ ਦੌੜ ਗਿਆ ਅੱਛਾ ਜੀ ਹੁਣ ਅਗਲੀ ਵਾਰੀ ਹੈ ਤੇ ਸ਼ੌਕੀ ਖਾਨ ਸਾਹਿਬ ਦੀ ਵਾਰੀ ਹੈ ਜ਼ਰਾ ਦੇਖੋ ਜ਼ਰਾ ਲੋ ਜੀ ਨੇਮ ਸ਼ੌਕੀ ਜੀ ਅਜ਼ਰ ਭਾਈ ਇਹ ਓਕੇ ਲਿਓ ਜੀ ਤੁਹਾਡੀ ਹੈਲਪ ਕਰੀਏ ਲਓ ਸਰ ਲਓ ਐਕਟਿੰਗ ਆਡੀਸ਼ਨ ਆਡੀਸ਼ਨ ਯਾਨੀ ਕਿ ਮੈਂ ਡਾਇਰੈਕਟਰ ਬਣਾਂਗਾ ਹਾਂ ਔਰ ਐਕਟਰ ਬਣੇਗਾ ਸਾਰਾ ਸਾਰਾ ਕੰਮ ਇੱਥੇ ਹੀ ਤੇਰਾ ਪੂਰਾ ਹੋਏਗਾ ਵਾਹ ਜਿਉਂਦੇ ਰਹੋ ਉਹ ਮੇਰੀ ਸ਼ੌਕ ਪੂਰੀ ਕਰਾ ਰਹੇ ਤੁਸੀਂ ਆਏ ਹੋ ਜੀ ਕੰਮ ਤੇ ਪੁਆਇੰਟ ਇੱਥੇ ਹੋ ਬੇਟੇ ਡਾਇਰੈਕਟਰ ਸਾਹਿਬ ਮੈਂ ਤੁਹਾਨੂੰ ਮੁਸਤਫਾ ਗ੍ਰਹੀ ਸਾਹਿਬ ਦੀ ਆਵਾਜ਼ ਕੱਢ ਕੇ ਵਿਖਾਵਾਂ ਤੇਰੇ ਮੈਂ ਹੀਰੋ ਬਣਾਉਣਾ ਹੈ ਉਹ ਬੇਟੇ ਕੁਝ ਕਰਕੇ ਵਿਖਾ ਸਟਾਰਟ ਆਨ ਕੈਮਰਾ ਐਕਸ਼ਨ ਹੁਸ਼ ਅੱਛਾ ਜੀ ਟੈਂਪੋ ਹੈ ਜੀ ਮੈਂ ਮਰ ਲਗਾ ਮੈਨੂੰ ਕੱਢ ਲਓ ਮੈਂ ਥੱਲੇ ਮਰ ਜਾਣਾ ਜੇ ਥੱਲੇ ਪਾਣੀ ਠੰਡਾ ਹੋ ਗਿਆ ਜੀ ਆਰਾਮ ਨਾਲ ਤੇ ਬੋਲੋ ਕੀ ਹੋਇਆ ਆਲੂ ਪਾਏ ਨੇ ਮੂੰਹ 'ਚ ਮੇਰੇ ਬੇਟੇ ਗੱਲ ਤੁਹਾਨੂੰ ਡਾਇਰੈਕਟਰ ਨੇ ਮੈਂ ਕੁਝ ਨਹੀਂ ਕਰਨਾ ਤੁਹਾਡੀ ਵੇਖ ਸ਼ੋਰੇ 'ਚ ਭਿਓ ਕੇ ਨਾ ਕੁੱਤੇ ਅੱਗੇ ਸੁੱਟ ਦੇਣੀ ਦੇਖੋ ਇਹ ਕਿਸੇ ਨੂੰ ਪਤਾ ਲੱਗ ਰਿਹਾ ਅਸਲ ਗੱਲ ਕਰੋ ਜੀ ਗੱਲੇ ਵੀ ਮੇਰੇ ਬੇਟੇ ਤੁਸੀਂ ਵੀ ਕਿਹੜੇ ਕਿਹੜੇ ਐਕਟਰ ਦੀ ਆਵਾਜ਼ ਕਰਦੇ ਮੈਂ ਮੁਸਤਫਾ ਗ੍ਰਹੀ ਸਾਹਿਬ ਦੀ ਆਵਾਜ਼ ਕਰਦਾ ਗ੍ਰਹੀ ਦੀ ਆਵਾਜ਼ ਓਏ ਮੈਂ ਤੇ ਆਪ ਜਾਨਾਂ ਵਾ ਸੋਹਣਿਆ ਪੰਜਾਬ ਦੀ ਧਰਤੀ ਤੇ ਮਾਂ ਕੋਈ ਇਹੋ ਜਿਹਾ ਜਵਾਨ ਜੰਮੇ ਓਏ ਜਿਹੜਾ ਮੇਰੀ ਹਿੱਕ ਤੇ ਪੈਰ ਰੱਖ ਕੇ ਕਵੇ ਨੂਰੀ ਫਿਲਮ ਬਣਾ ਲੈ ਸੋਹਣਿਆ ਫਿਲਮ ਬਣਾ ਲੈ ਵਾਹ 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 ਵੈਰੀ ਗੁੱਡ ਵੈਰੀ ਬਹੁਤ ਇਹ ਡਾਇਲੋਗ ਬੋਲੇ ਹੈ ਹੋਰ ਕਿਸ ਐਕਟਰ ਦੀ ਆਵਾਜ਼ ਕਰ ਸਕਦੇ ਹੋ ਸੁਹੇਲ ਅਹਿਮਦ ਸਾਹਿਬ ਦੀ ਹਾਂ ਵਾਹ ਵਾਹ ਹੈ ਬੇਟੇ ਉਹ ਦੇਖੋ ਤੂੰ ਵੱਡਾ ਐਕਟਰ ਬਣਨਾ ਤੇ ਫਿਰ ਵੱਡਿਆਂ ਲੋਕਾਂ ਦੀਆਂ ਆਵਾਜ਼ਾਂ ਕੱਢਣੀਆਂ ਜ਼ਾਹਿਰ ਹੈ ਆਵਾਜ਼ ਵੱਡੀ ਮੂੰਹ ਵੱਡਾ ਖੈਰ ਚਲੋ ਬੇਟੇ ਸਟਾਰਟ ਆਨ ਕੈਮਰਾ ਐਕਸ਼ਨ ਓਏ ਸਾਰੀ ਜ਼ਿੰਦਗੀ ਇਹਨਾਂ ਨੂੰ ਅੰਨਿਆ ਹੀ ਸਮਝਦਾ ਰਿਹਾ ਹੈ ਓਏ ਪੁੱਤਰ ਇੱਕ ਗੱਲ ਜ਼ਿਹਨ 'ਚ ਰੱਖੀ ਓਏ ਪੁੱਤਰ ਅੰਨੇ ਲੂਲੇ ਲੰਗੜੇ ਤੇ ਕਿਉਂ ਨਾ ਹੋਣ ਹੁੰਦੇ ਸ਼ਰਤੀਆ ਮਿੱਠੇ ਨੇ ਹਾਂ ਹਾਂ ਵੈਰੀ ਗੁੱਡ ਲੋ ਜੀ ਜ਼ਬਰਦਸਤ ਇਹ ਪਾਸ ਹੋ ਗਿਆ ਜੀ ਜ਼ਬਰਦਸਤ ਕਿਉਂਕਿ ਇਹਨੇ ਬੜੀ ਜ਼ਬਰਦਸਤ ਗੱਲ ਕੀਤੀ ਸ਼ਰਤੀਆ ਮਿੱਠੇ ਯਾਦ ਕਰਾਈ ਤੇ ਜੀ ਜੁਦਰਾਣੀ ਜੀ ਹੁਣ ਦੱਸੋ ਬਹੁਤ ਅੱਛੀ ਐਕਟਿੰਗ ਕੀਤੀ ਤੁਸੀਂ ਨਈਮ ਸ਼ੌਕੀ ਸਾਹਿਬ ਫਿਰ ਪ੍ਰੂਫ ਕੀਤਾ ਕਿ ਤੁਸੀਂ ਕਾਮੇਡੀਅਨ ਦੇ ਨਾਲ ਨਾਲ ਐਕਟਰ ਵੀ ਹੋ ਅਤੇ ਸਾਡੇ ਪ੍ਰੋਗਰਾਮ 'ਚ ਹੁਣ ਬ੍ਰੇਕ ਦਾ ਵਕਤ ਹੋਇਆ ਤੁਸੀਂ ਕਿਤੇ ਨਹੀਂ ਜਾਣਾ ਬ੍ਰੇਕ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਤੇ ਚਲੇ ਜਾਣਾ ਹਾਂਜੀ ਅਸੀਂ ਸਾਡੇ ਮਹਿਮਾਨਾਂ ਦੇ ਨਾਲ ਕੁਝ ਹੋਰ ਗੇਮਾਂ ਵੀ ਖੇਡਣੀਆਂ ਨੇ ਅਤੇ ਤੁਸੀਂ ਉਹਦੇ ਤੋਂ ਬੜਾ ਮਹਿਸੂਸ ਹੋਣਾ ਅਤੇ ਹੁਣ ਅਸੀਂ ਲੈਂਦੇ ਹਾਂ ਬ੍ਰੇਕ ਬ੍ਰੇਕ ਤੋਂ ਅਸੀਂ ਆ ਗਏ ਹਾਂ ਵਾਪਸ ਅਤੇ ਹੁਣ ਅਸੀਂ ਚਾਹਾਂਗੇ ਕਿ ਜ਼ਿਲ੍ਹੇ ਹੁਮਾ ਦਾ ਇੱਕ ਪਿਆਰਾ ਜਿਹਾ ਗਾਣਾ ਜਿਹੜਾ ਇਹ ਆਪਣੇ ਨਾਜ਼ਰੀਨ ਨੂੰ ਸੁਣਾਉਣਾ ਚਾਹਾਂਗੇ ਸ਼ੋਰ ਸੰਗ ਬਣੇ ਆਈ ਆ ਸੰਗ ਬਣੇ ਆਈ
ਪਹਿਲੀ ਮੈਂ ਤੁਹਾਨੂੰ ਪਾਉਣ ਲੱਗੀ ਹਾਂ। ਹਾਂਜੀ ਜੀ, ਠੀਕ ਹੈ, ਬਿਲਕੁਲ। ਅੱਛਾ ਜੀ, ਕਿਹੜੀ ਚੀਜ਼ ਦੇ ਵੱਢਣ ਨਾਲ ਅਸੀਂ ਤਾਲੀਆਂ ਵਜਾਉਂਦੇ ਹਾਂ? ਕਿਹੜੀ ਚੀਜ਼ ਦੇ ਵੱਢਣ ਨਾਲ ਅਸੀਂ ਤਾਲੀਆਂ ਵਜਾਉਂਦੇ ਹਾਂ? ਕਿ ਕੋਈ ਚੀਜ਼ ਸਾਨੂੰ ਵੱਢ ਰਹੀ ਹੈ ਅਤੇ ਅਸੀਂ ਤਾਲੀ ਵਜਾਉਂਦੇ ਹਾਂ, ਐਸੀ ਕਿਹੜੀ ਚੀਜ਼ ਹੋ ਸਕਦੀ ਹੈ? ਤੁਸੀਂ ਕੁਝ ਗੈਸ ਕਰੋ। ਕੇਕ ਹੀ ਹੋ ਸਕਦਾ ਹੈ? ਹੈ ਕੇਕ? ਕੇਕ ਕੇਕ ਨਹੀਂ ਨਹੀਂ, ਉਹ ਵੱਢਦੀ ਹੈ, ਚੀਜ਼ ਵੱਢਦੀ ਹੈ ਤੇ ਅਸੀਂ ਤਾਲੀਆਂ ਵਜਾਉਂਦੇ ਹਾਂ। ਹਾਂ, ਅਕਸਰ ਛੋਟੇ ਛੋਟੇ ਬੱਚੇ ਅਗਰ ਪਿਆਰ ਕਰਨ ਤੇ ਬੰਦਾ ਤਾਲੀਆਂ ਵਜਾਉਂਦਾ? ਨਹੀਂ ਨਹੀਂ ਨਹੀਂ, ਮਤਲਬ ਉਹ ਚੀਜ਼ ਜਿਹੜੀ ਹੈ ਉਹ ਕੋਈ ਮਤਲਬ ਐਨੀਮਲ ਤੋਂ ਰਿਲੇਟਿਡ ਹੈ? ਹਾਂ, ਸਮਝ ਲਓ ਹੈ। ਹਾਂ, ਐਨੀਮਲ ਨਹੀਂ ਉਹਨਾਂ ਨੂੰ ਕਹਿ ਸਕਦੇ, ਲੇਕਿਨ ਕਾਈਂਡ ਆਫ ਕਹਿ ਸਕਦੇ, ਮਤਲਬ ਬਰਡਸ ਕੁਝ ਇਸ ਤਰ੍ਹਾਂ ਦਾ ਕੁਝ ਹੈ? ਨਹੀਂ, ਫਲਾਈ। ਆਡੀਅੰਸ ਤੁਸੀਂ ਜ਼ਰਾ ਹੈਲਪ ਕਰੋ। ਹੇ, ਕੀ ਬਾਤ ਹੈ, ਕਿਹੜੀ ਸ਼ੈ ਹੈ ਜਿਹੜੀ ਧੁੱਪ 'ਚ ਪੈਦਾ ਹੁੰਦੀ ਹੈ ਅਤੇ ਸਾਏ ਦੇ ਵਿੱਚ ਖਤਮ ਹੋ ਜਾਂਦੀ? ਤੁਸੀਂ ਵੀ ਆਡੀਅੰਸ ਵੀ ਜ਼ਰਾ ਸੋਚੇ ਕਿ ਉਹ ਕਿਹੜੀ ਸ਼ੈ ਵੇ ਜਿਹੜੀ ਧੁੱਪ ਦੇ ਵਿੱਚ ਪੈਦਾ ਹੁੰਦੀ ਹੈ ਅਤੇ ਸਾਏ ਦੇ ਵਿੱਚ ਖਤਮ ਹੋ ਜਾਂਦੀ ਹੈ। ਜ਼ਰਾ ਸੋਚੋ ਨਾ ਤੁਸੀਂ ਕਿ ਕਿਹੜੀ ਚੀਜ਼ ਹੋ ਸਕਦੀ ਹੈ ਜਿਹੜੀ ਧੁੱਪ 'ਚ ਪੈਦਾ ਹੁੰਦੀ ਹੈ ਅਤੇ ਸਾਏ 'ਚ ਆ ਕੇ ਮਰ ਜਾਂਦੀ ਹੈ? ਆਡੀਅੰਸ, ਤੁਸੀਂ ਧੁੱਪ 'ਚ ਅਤੇ ਸਾਏ 'ਚ, ਤੁਸੀਂ ਉਨੀ ਦੇਰ ਸੋਚੋ, ਮੈਂ ਕਹਿੰਦੀ ਹਾਂ ਮੈਂ ਆਪਣੀ ਆਡੀਅੰਸ ਤੋਂ ਪੁੱਛਾਂ ਜੀ। ਪਸੀਨਾ। ਬਿਲਕੁਲ ਸਹੀ, ਪਸੀਨਾ। ਅੱਛਾ, ਜੇ ਤੁਸੀਂ ਇੰਝ ਕੀਤਾ ਨਾ, ਮੈਨੂੰ ਲੱਗਾ ਤੁਸੀਂ ਕਹਿਣ ਲੱਗੇ ਮੇਰੀ ਮਦਦ ਕਰੋ। ਅੱਛਾ ਜੀ, ਜ਼ਿਲੇ ਹੁਮਾ, ਹੁਣ ਤੁਹਾਡੀ ਵਾਰੀ। ਹਾਂਜੀ, ਉਹ ਕਿਹੜੀ ਚੀਜ਼ ਹੈ ਜਿਹੜੀ ਦਿਨ ਵਿੱਚ ਇੱਕ ਹੁੰਦੀ ਹੈ ਅਤੇ ਰਾਤ ਵਿੱਚ ਦੋ ਹੋ ਜਾਂਦੀ? ਨੁਕਤੇ। ਹਾਂ ਬਿਲਕੁਲ ਜੀ।
ਅੱਛਾ ਜੀ, ਇਹ ਜ਼ਰਾ ਮੁਸ਼ਕਿਲ ਜਿਹੀ ਪੇਲੀ ਹੈ, ਇਹ ਦੱਸੋ ਕਿ ਨੀਂਦ ਦੇ ਇਲਾਵਾ ਉਹ ਕਿਹੜਾ ਕੰਮ ਹੈ ਜਿਹੜਾ ਅਸੀਂ ਅੱਖਾਂ ਬੰਦ ਕਰਕੇ ਹੀ ਕਰ ਸਕਦੇ ਹਾਂ? ਕਿਸੇ ਦੇ ਇਤਬਾਰ ਨਹੀਂ। ਆਡੀਅੰਸ, ਉਹ ਕਿਹੜਾ ਕੰਮ ਹੈ ਜਿਹੜਾ ਨੀਂਦ ਤੋਂ ਇਲਾਵਾ ਅੱਖਾਂ ਬੰਦ ਕਰਕੇ ਹੀ ਅਸੀਂ ਕਰ ਸਕਦੇ? ਖੁਆਬ। ਕੋਈ ਹੋਰ, ਕੋਈ ਕੋਈ ਦੱਸਣਾ ਚਾਹੇਗਾ? ਮਾਈਕ ਪਲੀਜ਼ ਲੈ ਲੇ, ਤੁਸੀਂ ਵੀ ਸੋਚੋ ਨਾ। ਦੁਬਾਰਾ ਜ਼ਰਾ ਬੋਲੀਏਗਾ ਦੁਬਾਰਾ। ਮੈਂ ਕਹਿ ਰਹੀ ਹਾਂ ਕਿ ਨੀਂਦ ਦੇ ਇਲਾਵਾ ਉਹ ਕਿਹੜਾ ਕੰਮ ਹੈ ਜਿਹੜਾ ਅਸੀਂ ਅੱਖਾਂ ਬੰਦ ਕਰਕੇ ਹੀ ਕਰ ਸਕਦੇ ਹਾਂ? ਹਾਂ, ਮੂੰਹ ਧੋਤੇ ਅੱਖਾਂ ਬੰਦ ਕਰਕੇ? ਨਹੀਂ ਨਹੀਂ, ਉਹ ਤੇਰੇ ਤੇ ਮਿਸਾਲ ਬਣੀ ਹੈ ਕਿ ਬੇਟਾ ਮੂੰਹ ਧੋ ਕੇ ਆ। ਨਹੀਂ 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 ਨਹੀਂ, ਇਹ ਨਹੀਂ ਬਈ। ਹਾਰ ਗਏ ਤੁਸੀਂ? ਹਾਰ ਗਏ। ਆਡੀਅੰਸ, ਹਾਰ ਗਏ? ਹਾਰ ਗਏ। ਅੱਛਾ, ਇਹ ਵੇ ਨਿੱਚ ਮਾਰਨਾ, ਛੀਂਕ ਮਾਰਨਾ। ਬਈ ਇਹ ਪਹੇਲੀ ਤਾਂ ਤੁਹਾਡੇ ਕੋਲੋਂ ਬੁੱਝੀ ਨਹੀਂ ਗਈ, ਸਾਡੀ ਆਡੀਅੰਸ ਨੇ ਜਿਹੜੀਆਂ ਨਾ ਦੋ ਪਹੇਲੀਆਂ ਬੁੱਝ ਲਈਆਂ ਨੇ। ਅਤੇ ਮੈਂ ਆਪਣੀ ਆਡੀਅੰਸ ਨੂੰ ਇਹ ਵੀ ਪੁੱਛਣਾ ਚਾਹਾਂਗੀ ਕਿ ਸਾਡੀ ਅੱਜ ਆਡੀਅੰਸ 'ਚ ਕਿਹੜਾ ਕਿਹੜਾ ਬੰਦਾ ਹੈ ਜਿਹੜਾ ਬੜਾ ਟੈਲੈਂਟਿਡ ਹੈ, ਜਿਹੜਾ ਆਪਣਾ ਟੈਲੈਂਟ ਜਿਹੜਾ ਹੈ ਉਹ ਇੱਥੇ ਪੇਸ਼ ਕਰਨਾ ਚਾਹੁੰਦਾ ਹੈ? ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਕੈਸੇ ਹੋ ਤੁਸੀਂ? ਜੀ ਮੈਂ ਠੀਕ ਹਾਂ, ਅਲਹਮਦੁਲਿਲਾ। ਤੁਸੀਂ ਕੈਸੇ ਹੋ? ਜੀ ਮੈਂ ਵੀ ਅੱਲਾਹ ਤਾਲਾ ਦਾ ਸ਼ੁਕਰ, ਬਿਲਕੁਲ ਠੀਕ ਠਾਕ ਹਾਂ। ਅੱਛਾ, ਕੀ ਟੈਲੈਂਟ ਤੁਸੀਂ? ਮੈਂ ਸੌਂਗ ਗਾਵਾਂਗੀ। ਸੌਂਗ ਗਾਓ? ਹਾਂਜੀ ਜੀ। ਬਹੁਤ ਸਾਰੀਆਂ ਤਾਲੀਆਂ ਹੋਣੀਆਂ ਚਾਹੀਦੀਆਂ ਨੇ ਸਾਡੀ ਭੈਣ ਵਾਸਤੇ। ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ, ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ, ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ। ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ, ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ, ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ। ਐਨਾ ਰੂਪ ਤੇ ਨਿਕਰਨਾ ਗੁਮਾਨ ਚਾਹੀਦਾ, ਦੁਖੀ ਦਿਲਾਂ ਉੱਤੇ ਕਰਨਾ ਆਸਾਨ ਚਾਹੀਦਾ। ਐਨਾ ਰੂਪ ਤੇ ਨਿਕਰਨਾ ਗੁਮਾਨ ਚਾਹੀਦਾ, ਦੁਖੀ ਦਿਲਾਂ ਉੱਤੇ ਕਰਨਾ ਆਸਾਨ ਚਾਹੀਦਾ। ਉਹ ਮੇਰੀ ਜ਼ਿੰਦਗੀ ਦਾ ਖੋਵੋ ਨਾ ਸਰੂਰ ਮੇਰੇ ਕੋਲੋਂ, ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ, ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ। ਬਹੁਤ ਅੱਛਾ ਗਾਣਾ। ਹੋਰ ਕੋਈ ਸਾਡੀ ਆਡੀਅੰਸ ਦੇ ਵਿੱਚ ਕੋਈ ਟੈਲੈਂਟਡ? ਜੀ ਜੀ ਬਿਲਕੁਲ। ਮੈਂ ਅੱਜ ਪੰਜਾਬੀ ਦਾ ਇੱਕ ਸ਼ੇਰ ਸੁਣਾਵਾਂਗਾ। ਹਾਂਜੀ ਜ਼ਰੂਰ, ਪੰਜਾਬੀ ਦਾ ਸ਼ੇਰ ਅਸੀਂ ਸੁਣਨਾ ਚਾਹਾਂਗੇ। ਤੈਨੂੰ ਕੀ ਪਤਾ ਦਰਦ ਦੀ ਕੀਮਤ ਦਾ, ਤੈਨੂੰ ਮੁਫਤ ਜੋ ਸੰਗਤ ਡੀ ਗਈ, ਤੇਰੇ ਨੇਕ ਨਸੀਬ ਅਤੇ ਹਰ ਮਨਸ਼ਾ ਘਰ ਬੈਠਿਆਂ ਪੂਰੀ ਥੀ ਗਈ। ਓਏ ਤੂੰ ਤਾਂ ਮਸਤ ਰਿਹਾ ਸਰਦਾਰੀਆਂ ਵਿੱਚ, ਤੇਰੀ ਜਾਇਜ਼ ਨਜਾਇਜ਼ ਮਨੀ ਗਈ, ਇਹ ਤਾਂ ਮੈਥੋਂ ਪੁੱਛ ਤੇਰੀ ਨੌਕਰੀ ਵਿੱਚ ਜਿੰਦੀ ਕੀਮਤੀ ਉਮਰ ਵੰਜੀ ਗਈ। ਕਿਆ ਬਾਤ ਹੈ, ਵੈਰੀ ਨਾਈਸ, ਵੈਰੀ ਨਾਈਸ। ਦੇਖਿਆ ਜੀ ਤੁਸੀਂ ਦੋਨਾਂ ਨੇ, ਸਾਡੇ ਕੋਲ ਆਡੀਅੰਸ ਵੀ ਕਿੰਨੀ ਮਾਸ਼ਾਅੱਲਾ ਟੈਲੈਂਟਡ ਹੈ। ਮਾਸ਼ਾਅੱਲਾ ਬਿਲਕੁਲ ਜੀ। ਤੇ ਸਾਡਾ ਜੇ ਸੈਗਮੈਂਟ ਖਤਮ ਨਹੀਂ ਹੋਇਆ ਉਹ ਵਾਲਾ, ਅਜੇ ਪਹਿਲੀਆਂ ਜਿਹੜੀਆਂ ਨੇ ਹਲੇ ਸਾਡੀ ਜਾਨ ਫੜੀ ਹੋਈ ਹੈ ਇੱਥੇ। ਬਿਲਕੁਲ, ਜਾਨ ਸਾਡੀ ਅਜੇ ਫੜੀ ਹੋਈ। ਅੱਛਾ ਜੀ, ਉਹ ਕਿਹੜਾ ਫਲ ਹੈ ਜਿਹਨੂੰ ਖਾਣ ਨਾਲ ਰੋਜ਼ਾ ਨਹੀਂ ਟੁੱਟਦਾ? ਸਬਰ ਦਾ ਫਲ। ਬੜੀ ਤੁਸੀਂ ਪਹਿਲੀ ਬੁੱਝੀ ਹੈ, ਹਰ ਬੰਦਾ ਨਹੀਂ ਬੁੱਝ ਸਕਦਾ। ਤੇ ਜੀ ਹੁਣ ਸਾਡਾ ਜਿਹੜਾ ਸੈਗਮੈਂਟ ਹੈ ਉਹ ਸਾਡੇ ਕਿਚਨ ਦਾ ਸੈਗਮੈਂਟ ਹੈ।
ਸਾਡੀ ਜਿਹੜੀ ਸ਼ੈਫ ਨੇ ਉਹਨਾਂ ਦਾ ਨਾਮ ਸਭਾ ਹੈ ਤੇ ਸਭਾ ਕੈਸੇ ਹੋ ਤੁਸੀਂ ਠੀਕ ਹੋ ਹਾਂਜੀ ਮੈਂ ਠੀਕ ਹਾਂ ਆਪ ਕੈਸੇ ਹੈ ਅੱਜ ਤੁਸੀਂ ਕੀ ਬਣਾ ਕੇ ਲਿਆਏ ਹੋ ਸਾਡੇ ਲਈ ਮੈਂ ਚਿਕਨ ਕੌਰਮਾ ਬਣਾ ਕੇ ਲਿਆਈ ਹਾਂ ਤੁਹਾਡੇ ਵਾਸਤੇ ਚਿਕਨ ਕੌਰਮਾ ਬਣਾ ਕੇ ਅਤੇ ਚਿਕਨ ਕੌਰਮਾ ਖਾਣ ਤੋਂ ਪਹਿਲੇ ਪਹਿਲੇ ਇੱਕ ਪਹੇਲੀ ਅਸੀਂ ਤੁਹਾਡੇ ਨਾਲ ਵੀ ਪੁੱਛਦੇ ਹਾਂ ਅਤੇ ਤੁਸੀਂ ਰੈਡੀ ਹੋ ਉਹ ਕਿਹੜਾ ਜਾਨਦਾਰ ਹੈ ਜੋ ਅੰਡੇ ਅਤੇ ਦੁੱਧ ਦੋਨੋਂ ਹੀ ਦਿੰਦਾ ਹਾਂਜੀ ਸਭਾ ਅਤੇ ਕੁਛ ਜ਼ੇਲ ਲੜਾਓ ਨਾ ਉਹ ਕਿਹੜਾ ਜਾਨਦਾਰ ਹੈ ਕਿ ਜਿਹੜਾ ਅੰਡੇ ਵੀ ਦਿੰਦਾ ਅਤੇ ਦੁੱਧ ਵੀ ਦਿੰਦਾ ਮੈਂ ਸੋਚਿਆ ਪਰ ਮੈਨੂੰ ਨਹੀਂ ਪਤਾ ਚੱਲਿਆ ਨਹੀਂ ਪਤਾ ਚੱਲਿਆ ਮੈਂ ਦੱਸਾਂ ਹਾਂਜੀ ਇਹ ਮੇਰਾ ਖਿਆਲ ਬੇਕਰੀ ਵਾਲਾ ਹਾਂ ਬਿਲਕੁਲ ਸਹੀ ਜਵਾਬ ਹੈ ਬੇਕਰੀ ਵਾਲਾ ਹੀ ਬੜਾ ਮਜ਼ਾ ਆਇਆ ਤੁਹਾਡੇ ਦੋਨਾਂ ਦੇ ਨਾਲ ਕਿਉਂਕਿ ਤੁਹਾਡਾ ਸੈਗਮੈਂਟ ਜਿਹੜਾ ਹੈ ਉਹ ਖਤਮ ਹੋਣ ਵਾਲਾ ਹੈ ਅਤੇ ਮੈਂ ਬਹੁਤ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਨਈਮ ਸ਼ੌਕੀ ਸਾਹਿਬ ਤੁਹਾਡਾ ਜ਼ਿਲ੍ਹੇ ਹੁਮਾ ਤੁਹਾਡੇ ਨਾਲ ਵੀ ਬਹੁਤ ਸ਼ੁਕਰੀਆ ਅੱਛਾ ਲੱਗਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਦੋਨਾਂ ਦੇ ਆਉਣ ਦਾ ਬਹੁਤ ਸ਼ੁਕਰੀਆ ਤੁਸੀਂ ਦੋਨੋਂ ਆਏ ਸਾਡੇ ਪ੍ਰੋਗਰਾਮ ਦਾ ਮਾਣ ਵਧਾਇਆ ਸਾਡੀ ਦਿਲੀ ਦੁਆਏ ਅੱਲਾ ਤੁਹਾਨੂੰ ਦੋਨਾਂ ਨੂੰ ਖੁਸ਼ ਰੱਖੇ ਲੇਕਿਨ ਜਾਣ ਤੋਂ ਪਹਿਲੇ ਤੁਸੀਂ ਗਾਣਾ ਜਿਹੜਾ ਹੈ ਉਹ ਜ਼ਰੂਰ ਸੁਣਾ ਕੇ ਜਾਣਾ ਸ਼ੋਰ ਜੀ ਤੁਹਾਡੀਆਂ ਤਾਲੀਆਂ ਦੇ ਵਿੱਚ ਜ਼ਿਲ੍ਹੇ ਹੁਮਾ ਮੇਰੇ ਦਿਲ ਦਾ ਜਾਨੀ ਤੇਰੇ
ਬ੍ਰੇਕ ਤੋਂ ਅਸੀਂ ਆ ਗਏ ਹਾਂ ਵਾਪਸ ਅਤੇ ਹੁਣ ਸਾਡੇ ਨਾਲ ਜਿਹੜੇ ਮਹਿਮਾਨ ਨੇ ਉਹ ਵੀ ਆਪਣੀ ਫੀਲਡ ਵਿੱਚ ਉਹਨਾਂ ਨੇ ਬਹੁਤ ਨਾਮ ਕਮਾਇਆ ਹੈ। ਸਾਡੇ ਨਾਲ ਜਿਹੜੇ ਮਹਿਮਾਨ ਨੇ ਜਿਹੜੀ ਸਾਡੀ ਪਹਿਲੀ ਸ਼ਖਸੀਅਤ ਨੇ ਬਹੁਤ ਹੀ ਅੱਛੇ ਸ਼ਾਇਰ ਨੇ, ਮੁਸੰਨਿਫ ਨੇ ਔਰ ਇਹਦੇ ਨਾਲ ਨਾਲ ਜੇਲ੍ਹ ਸੁਪਰੀਟੈਂਡੈਂਟ ਵੀ ਨੇ ਅਤੇ ਇਹਨਾਂ ਦੇ ਨਾਲ ਅਸੀਂ ਅਦਬ ਦੇ ਅਤੇ ਸ਼ਾਇਰੀ ਦੇ ਬਾਰੇ 'ਚ ਗੱਲ ਕਰਾਂਗੇ ਅਤੇ ਤੁਹਾਡੀਆਂ ਭਰਪੂਰ ਤਾਲੀਆਂ 'ਚ ਇਸਤਕਬਾਲ ਕਰੋ ਮੁਹੰਮਦ ਇਕਬਾਲ ਅਖਤਰ ਸਾਹਿਬ। ਸਾਡੇ ਸ਼ੋਅ ਦੇ ਜਿਹੜੇ ਦੂਸਰੇ ਮਹਿਮਾਨ ਨੇ ਉਹਨਾਂ ਨੇ ਵੀ ਆਪਣੀ ਜਿਹੜੀ ਫੀਲਡ ਹੈ ਉਹਦੇ 'ਚ ਬਹੁਤ ਨਾਮ ਕਮਾਇਆ ਹੈ। ਡਾਕਟਰ ਨੇ, ਮਾਹਿਰੇ ਅਮਰਾਜ਼ੇ ਜਿਲਦ ਨੇ, ਬਿਊਟੀ ਕੰਸਲਟੈਂਟ ਨੇ ਅਤੇ ਤੁਹਾਡੀਆਂ ਬਹੁਤ ਸਾਰੀਆਂ ਤਾਲੀਆਂ ਦੇ ਵਿੱਚ ਅਸੀਂ ਇਸਤਕਬਾਲ ਕਰਨੇ ਹਾਂ ਡਾਕਟਰ ਸ਼ੁਮਾਇਲ ਵਕਾਸ ਜੀ। ਮੁਹੰਮਦ ਇਕਬਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਪ੍ਰੋਗਰਾਮ 'ਚ ਆਏ, ਇੰਨਾ ਤੁਸੀਂ ਵਕਤ ਦਿੱਤਾ ਅਤੇ ਮੈਂ ਤੁਹਾਡੇ ਕੋਲੋਂ ਹੁਣ ਜਿਹੜੇ ਕੁਐਸਚਨ ਕਰਨੇ ਨੇ ਉਹ ਥੋੜ੍ਹੇ ਜਿਹੇ ਜਿਹੜੇ ਨੇ ਨਾ ਸਪਾਈਸੀ ਜਿਹੇ ਕੁਐਸਚਨ ਨੇ, ਕਿਉਂਕਿ ਜਿਹੜੇ ਸ਼ਾਇਰ ਔਰ ਮੁਸੰਨਿਫ ਹੁੰਦੇ ਨੇ ਉਹ ਤਾਂ ਬੜੇ ਨਰਮ ਦਿਲ ਹੁੰਦੇ ਨੇ ਅਤੇ ਜਿਹੜਾ ਜੇਲ੍ਹ ਸੁਪਰੀਟੈਂਡੈਂਟ ਦਾ ਕੰਮ ਹੈ ਇਹ ਤਾਂ ਬੜਾ ਸਖਤ ਮਿਜ਼ਾਜ ਲੋਕਾਂ ਦਾ ਕੰਮ ਹੈ, ਕਿਉਂਕਿ ਉੱਥੇ ਤਾਂ ਤੁਹਾਨੂੰ ਡੀਲ ਕਰਨਾ ਪੈਂਦਾ ਨਾ ਕ੍ਰਿਮੀਨਲਸ ਦੇ ਨਾਲ ਜਾਂ ਡਿਫਰੈਂਟ ਕਿਸਮ ਦੀਆਂ ਚੀਜ਼ਾਂ ਨੂੰ ਤੁਸੀਂ ਫੇਸ ਕਰਦੇ ਹੋ ਅਤੇ ਇਹ ਤਾਂ ਦੋਨੋਂ ਚੀਜ਼ਾਂ ਬਿਲਕੁਲ ਮੁਤਜ਼ਾਦ ਨੇ ਅਤੇ ਤੁਹਾਡੇ ਲਈ ਮੁਸ਼ਕਿਲ ਨਹੀਂ ਹੁੰਦੀ? ਸਭ ਤੋਂ ਪਹਿਲੇ ਬਹੁਤ ਸ਼ੁਕਰੀਆ ਮੈਡਮ, ਤੁਸੀਂ ਸਾਨੂੰ ਆਪਣੇ ਪ੍ਰੋਗਰਾਮ 'ਚ ਬੁਲਾਇਆ ਔਰ ਇਸ ਕੁਐਸਚਨ ਦੇ ਨਾਲ ਹੀ ਇਹਦੇ ਵਿੱਚ ਜੁੜਿਆ ਹੋਇਆ ਦਾ ਹਿੱਸਾ ਹੈ ਕਿ ਤੁਸੀਂ ਐਸੇ ਬੰਦੇ ਨੂੰ ਲੱਭਿਆ ਜਿਹੜਾ ਥੋੜ੍ਹਾ ਡਿਫਰੈਂਟ ਸੀ ਔਰ ਇਸ ਸਵਾਲ ਦੀ ਜਵਾਬ ਦੀ ਵਜ਼ਾਹਤ ਮੈਂ ਕਰਾਂਗਾ ਕਿ ਚਮਨ ਮੇਂ ਫੂਲ ਕਾ ਖਿਲਨਾ ਤੋ ਕੋਈ ਬਾਤ ਨਹੀਂ, ਜ਼ਹੇ ਵੋ ਫੂਲ ਜੋ ਗੁਲਸ਼ਨ ਬਣਾ ਦੇ ਸਹਿਰਾ ਕੋ। ਅਗਰ ਮੈਂ ਕਿਸੇ ਯੂਨੀਵਰਸਿਟੀ ਦਾ ਟੀਚਰ ਹੁੰਦਾ, ਕਿਸੇ ਕਾਲਜ 'ਚ ਪੜ੍ਹਾਉਂਦਾ ਹੁੰਦਾ ਤਾਂ ਫਿਰ ਉਹ ਸ਼ਾਇਦ ਮੈਂ ਕਿਤਾਬ ਆਪਣੀ ਲੈ ਕੇ ਆਇਆ, ਮਤਲਬ ਕਿ ਉਹ ਲੈ ਆਉਂਦਾ ਤਾਂ ਉਹ ਕੋਈ ਐਸੀ ਗੱਲ ਨਹੀਂ ਸੀ ਹੁਣ ਜੀ। ਔਰ ਮੇਰੀ ਸ਼ਾਇਦ ਪਹਿਚਾਣ ਇਹੋ ਹੀ ਹੈ, ਸਭ ਤੋਂ ਬੜੀ ਕੰਟਰੀਬਿਊਸ਼ਨ ਇਹੀ ਹੈ ਕਿ ਇੱਕ ਐਸੇ ਅਦਾਰੇ ਦੇ ਵਿੱਚ ਰਹਿ ਕੇ ਮੈਂ ਕੰਟਰੀਬਿਊਟ ਕਰ ਰਿਹਾ ਹਾਂ ਜਿਹਦੇ ਵਿੱਚ ਇਸ ਤਰ੍ਹਾਂ ਦੇ ਲੋਕ ਨੋਰਮਲੀ ਜਨਰਲੀ ਨਹੀਂ ਪਾਏ ਜਾਂਦੇ। ਬਿਲਕੁਲ, ਲੇਕਿਨ ਪਾਏ ਜਾਂਦੇ ਨੇ, ਮੌਜੂਦ ਹੁੰਦੇ ਨੇ, ਜਾਂ ਉਹ ਸਾਹਮਣੇ ਨਹੀਂ ਆ ਸਕਦੇ ਜਾਂ ਕਮ ਹੁੰਦੇ ਨੇ। ਬਿਲਕੁਲ, ਜਿਸ ਤਰ੍ਹਾਂ ਮਤਲਬ ਏਸੀ ਡੀਸੀ ਸੈਕਟਰੀ ਬਹੁਤ ਹੋਏ ਨੇ, ਲੇਕਿਨ ਕੁਦਰਤੁੱਲਾ ਸ਼ਹਾਬ ਇੱਕ ਹੋਇਆ। ਬਿਲਕੁਲ, ਸ਼ਹਾਬਨਾਮਾ ਜਦੋਂ ਤੱਕ ਜ਼ਿੰਦਾ ਰਹੇਗਾ ਉਹ ਉਹਦੀ ਪਹਿਚਾਣ ਰਹੇਗਾ ਅਤੇ ਇਹਦੀ ਮੈਂ ਗੁਜ਼ਾਰਿਸ਼ ਇਹੀ ਤੁਹਾਡੇ ਕੁਐਸਚਨ ਦੀ ਵਜ਼ਾਹਤ ਇਹੀ ਹੈ ਕਿ ਐਸੇ ਅਦਾਰੇ ਦੇ ਵਿੱਚ ਰਹਿ ਕੇ ਮੈਂ ਮਤਲਬ ਆਪਣਾ ਆਪ ਨੂੰ, ਆਪਣੀ ਓਰਿਜਨੈਲਿਟੀ ਨੂੰ, ਆਪਣੀ ਰੋਲ ਮਾਸਕਿੰਗ ਤੋਂ ਬਚਾ ਕੇ ਆਪਣੀ ਸ਼ਖਸੀਅਤ ਨੂੰ ਇਹਦੇ 'ਚ ਕੰਮ ਕਰ ਰਿਹਾ। ਅਤੇ ਬਾਕੀ ਰਹੀ ਗੱਲ ਦੂਸਰੀ ਕਿ ਉਹ ਬੜਾ ਸਖਤ ਹੁੰਦਾ ਸ਼ੋਭਾ ਬੜਾ ਇਹ, ਉਹ ਐਸੀ ਨਹੀਂ ਗੱਲ ਹੈਗੀ, ਉਹ ਤਾਂ ਇੱਕ ਜਸਟ ਥਰਾਪੀ ਹੈ, ਡਾਕਟਰ ਸਾਹਿਬਾਂ ਬਿਹਤਰ ਜਾਣਦੀਆਂ ਨੇ ਕਿ ਬੇਸਿਕਲੀ ਸਾਡਾ ਵੀ ਹੋਸਪਿਟਲ ਹੀ ਹੈ, ਜੇਲ੍ਹ ਜਸਟ ਲਾਈਕ ਏ ਹੋਸਪਿਟਲ। ਬਿਲਕੁਲ, ਉਧਰ ਪੇਸ਼ੈਂਟ ਔਰ ਤਰ੍ਹਾਂ ਕੇ ਹੋਤੇ ਹੈ, ਹੋਸਪਿਟਲ ਮੇਂ ਹਮਾਰੇ ਪਾਸ ਦੂਸਰੇ ਤਰ੍ਹਾਂ ਦੇ ਹੁੰਦੇ ਨੇ। ਬਿਲਕੁਲ, ਔਰ ਐਸੀ ਨਹੀਂ ਗੱਲ ਕੋਈ, ਅਸੀਂ ਬਿਹਤਰੀਨ ਤਰੀਕੇ ਨਾਲ ਇਹ ਕਰ ਰਹੇ ਹਾਂ। ਬੜੀ ਅੱਛੀ ਗੱਲ ਜੀ, ਬੜੀਆਂ ਤਾਲੀਆਂ ਹੋਣੀਆਂ ਚਾਹੀਦੀਆਂ। ਉਹਨਾਂ ਨੇ ਆਪਣੀ ਇੰਨੀ ਦੱਸੀ ਕਿ ਐਫਰਟ ਉਹਨਾਂ ਦੀ ਮਾਸ਼ਾਅੱਲਾ ਕਿਸ ਤਰ੍ਹਾਂ ਹੈ ਔਰ ਕਿਸ ਤਰ੍ਹਾਂ ਉਹ ਪਾਕਿਸਤਾਨ ਦਾ ਨਾਮ ਰੋਸ਼ਨ ਕਰ ਰਹੇ ਨੇ, ਆਪਣੀਆਂ ਦੋਨੋਂ ਫੀਲਡਸ ਨੂੰ ਕਿਸ ਤਰ੍ਹਾਂ ਜਿਹੜਾ ਹੈ ਉਹ ਸੰਭਾਲ ਕੇ ਚੱਲ ਰਹੇ ਨੇ। ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਵੀ ਕੁਐਸਚਨ ਪੁੱਛਣਾ ਚਾਹਾਂਗੀ ਕਿ ਅੱਜ ਕੱਲ੍ਹ ਸਰਦੀ ਆਵੇ ਜਾਂ ਗਰਮੀ ਆਵੇ ਜਾਂ ਕੋਈ ਵੀ ਮੌਸਮ ਹੋਵੇ ਜਾਂ ਕੁਛ ਵੀ ਹੋਵੇ, ਸਭ ਤੋਂ ਪਹਿਲੇ ਜਿਲਦ ਦੇ ਉੱਤੇ ਉਹਦੇ ਅਸਰਾਤ ਆਉਂਦੇ ਨੇ ਅਤੇ ਜਿਲ ਦੀਆਂ ਜਿਹੜੀਆਂ ਬਹੁਤ ਜ਼ਿਆਦਾ ਬਿਮਾਰੀਆਂ ਵੱਧ ਗਈਆਂ ਨੇ, ਇਹਨਾਂ ਇਹਦਾ ਤੁਸੀਂ ਕੀ ਸਮਝਦੇ ਹੋ, ਇਹਦਾ ਕੀ ਵਜ੍ਹਾ ਹੈ ਕਿ ਇੰਨੀਆਂ ਜ਼ਿਆਦਾ ਬਿਮਾਰੀਆਂ ਜਿਹੜੀਆਂ ਨੇ? ਜਿਲ ਦੀਆਂ ਬਿਮਾਰੀਆਂ ਵਧਣ ਦੀਆਂ ਤਾਂ ਬਹੁਤ ਸਾਰੀਆਂ ਵਜ੍ਹਾ ਨੇ, ਜਿਸ ਤਰ੍ਹਾਂ ਸਾਡੇ ਮਾਹੌਲ ਦੀਆਂ ਵਜੂਹਾਤ ਨੇ, ਸਾਡੀ ਖੁਰਾਕ ਦੀਆਂ ਵਜੂਹਾਤ ਨੇ, ਸਾਡੇ ਜ਼ਿੰਦਗੀ ਗੁਜ਼ਾਰਨ ਦੇ ਤਰੀਕੇ ਦੀਆਂ ਬਹੁਤ ਸਾਰੀਆਂ ਐਸੀਆਂ ਤਬਦੀਲੀਆਂ ਆ ਗਈਆਂ ਨੇ ਜਿਹਦੇ ਨਾਲ ਜਿਲਦ ਦੀਆਂ ਬਿਮਾਰੀਆਂ ਵੱਧ ਗਈਆਂ ਨੇ। ਇਸ ਵਾਸਤੇ ਇੱਕ
ਛੋਟੀ ਸਾਰੀ ਇਗਜ਼ਾਮਪਲ ਦਿਆਂਗੀ ਤੁਹਾਨੂੰ ਕਿ ਜਿਸ ਤਰ੍ਹਾਂ ਜਿਲਦ ਦੀ ਰੂਟੀਨ ਹੋਣੀ ਚਾਹੀਦੀ ਹੈ ਖਿਆਲ ਰੱਖਣ ਦੀ, ਉਹ ਗਰਮੀ ਹੋਏ ਜਾਂ ਸਰਦੀ ਹੋਏ ਜਾਂ ਇਲਾਕਾ ਹੋਏ, ਉਹਦੇ ਨਾਲ ਫਰਕ ਨਹੀਂ ਪੈਂਦਾ। ਸਿਰਫ ਤੁਸੀਂ ਕੀ ਕਰਨਾ ਹੈ ਕਿ ਦਿਨ ਦੇ ਕੁਛ ਮਿੰਟ, 3 ਤੋਂ 4 ਮਿੰਟ ਤੁਸੀਂ ਆਪਣੀ ਸਕਿਨ ਨੂੰ ਇਸ ਤਰ੍ਹਾਂ ਦੇਣੇ ਨੇ ਕਿ ਹਰ ਸਕਿਨ ਨੂੰ, ਹਰ ਤਰ੍ਹਾਂ ਦੀ ਸਕਿਨ, ਉਹ ਓਇਲੀ ਹੋਏ, ਚਿਕਨੀ ਹੋਏ, ਡਰਾਈ ਹੋਏ, ਕਿਸੇ ਵੀ ਤਰ੍ਹਾਂ ਦੀ ਹੋਏ, ਉਹਨੂੰ ਮੋਇਸਚਰਾਈਜ਼ਰ ਦੀ ਜ਼ਰੂਰਤ ਹੈ। ਮੋਇਸਚਰਾਈਜ਼ਰ ਡਿਫਰੈਂਟ ਹੋ ਸਕਦੇ ਨੇ, ਲੇਕਿਨ ਤੁਸੀਂ ਮੋਇਸਚਰਾਈਜ਼ ਕਰਨਾ। ਇਹ ਬਹੁਤ ਵੱਡਾ ਮਿਸਕਨਸੈਪਸ਼ਨ ਹੈ ਕਿ ਜੀ ਓਇਲੀ ਸਕਿਨ ਹੈ, ਚਿਕਨੀ ਸਕਿਨ ਹੈ, ਤਾਂ ਉਹਦੇ ਉੱਤੇ ਮੋਇਸਚਰਾਈਜ਼ ਕਰਨ ਦੀ ਜ਼ਰੂਰਤ ਨਹੀਂ ਹੈ। ਜਦੋਂ ਕਿ ਮੋਇਸਚਰਾਈਜ਼ਰ ਜਿਹੜਾ ਹੈ ਵਾਟਰ ਬੇਸ ਹੋਣਾ ਚਾਹੀਦਾ, ਤਾਂ ਤੁਹਾਡੇ ਵਾਸਤੇ ਉਹ ਲਗਾਉਣਾ ਜ਼ਰੂਰੀ ਹੈ। ਦੂਸਰੀ ਵੱਡੀ ਗੱਲ ਹੈ ਕਿ ਤੁਸੀਂ ਘਰ 'ਚ ਹੋ ਜਾਂ ਬਾਹਰ 'ਚ ਹੋ, ਆਫਿਸ 'ਚ ਹੋ ਜਾਂ ਤੁਸੀਂ ਧੁੱਪ 'ਚ ਖੜ੍ਹੇ ਹੋ, ਤੁਹਾਨੂੰ ਸਨ ਬਲੌਕ ਦੀ ਜ਼ਰੂਰਤ ਹੈ। ਇਹ ਦੂਸਰੀ ਵੱਡੀ ਜ਼ਰੂਰਤ ਹੈ ਜਿਹਦੇ ਬਾਰੇ 'ਚ ਸਾਨੂੰ ਪਤਾ ਨਹੀਂ ਹੈ, ਸਾਨੂੰ ਦੱਸਿਆ ਨਹੀਂ ਜਾਂਦਾ, ਜਾਂ ਸਾਨੂੰ ਬਹੁਤ ਸਾਰਾ ਮਿਸਕਨਸੈਪਸ਼ਨ ਹੈ ਕਿ ਜਿਹੜੇ ਲੋਕ ਅੰਦਰ ਰਹਿੰਦੇ ਨੇ, ਘਰਾਂ 'ਚ ਰਹਿੰਦੇ ਨੇ, ਉਹਨਾਂ ਨੂੰ ਸਨ ਬਲੌਕ ਦੀ ਜ਼ਰੂਰਤ ਨਹੀਂ ਹੈ। ਜਦੋਂ ਕਿ ਸਨ ਬਲੌਕ ਤੁਹਾਡੀ ਸਕਿਨ ਦੇ ਉੱਤੇ, ਜਿਲਦ ਦੇ ਉੱਤੇ, ਜਿੱਥੇ ਕੱਪੜੇ ਤੁਸੀਂ ਨਹੀਂ ਪਾਏ ਹੋਏ ਉੱਥੇ ਐਕਸਟਰਾ ਕੱਪੜੇ ਦਾ ਕੰਮ ਕਰਦਾ, ਤੁਹਾਡੀ ਜਿਲਦ ਨੂੰ ਪ੍ਰੋਟੈਕਟ ਕਰਕੇ ਰੱਖਦਾ, ਉਹਦੀ ਜ਼ਰੂਰਤ ਹੈ। ਅਤੇ ਇਹ ਜ਼ਰੂਰਤਾਂ ਜਿਹੜੀਆਂ ਨੇ ਤੁਹਾਡੇ ਆਬੋ ਹਵਾ ਦੇ ਨਾਲ ਬਦਲਦੀਆਂ ਨੇ, ਸਕਿਨ ਟੂ ਸਕਿਨ ਦੇ ਨਾਲ ਬਦਲਦੀਆਂ ਨੇ, ਲੇਕਿਨ ਉਹ ਜਾਰੀ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਤੁਹਾਡਾ ਕੀ ਖਿਆਲ ਕਿ ਲੋਕ ਜਿਹੜੇ ਫੇਸ ਵਾਸ਼ ਯੂਜ਼ ਕਰਦੇ ਨੇ ਜਾਂ ਜਿਹੜੇ ਸਾਬਣ ਯੂਜ਼ ਕਰਦੇ ਨੇ, ਜਾਂ ਕਈ ਐਸੇ ਵੀ ਲੋਕ ਨੇ ਜਿਹੜੇ ਹੁਣ ਥੋੜ੍ਹੀ ਜਿੰਨੀ ਅਵੇਅਰਨੈਸ ਹੋ ਗਈ ਨਾ ਲੋਕਾਂ ਨੂੰ, ਅਤੇ ਲੋਕ ਐਸੀਆਂ ਚੀਜ਼ਾਂ ਜਿਹਦੇ ਵਿੱਚ ਲਾਈਕ ਫੋਮ ਹੈ ਜਾਂ ਕੋਈ ਐਸੀ ਚੀਜ਼ ਲੋਕ ਅਵਾਇਡ ਵੀ ਕਰਨ ਲੱਗ ਗਏ ਨੇ ਨਾ, ਜਿਨ੍ਹਾਂ ਨੂੰ ਤਾਂ ਅਵੇਅਰਨੈਸ ਹੈ, ਜਿਨ੍ਹਾਂ ਨੂੰ ਨਹੀਂ ਉਹ ਤਾਂ ਸਮਝਦੇ ਨੇ ਕਿ ਜ਼ਿਆਦਾ ਝੱਗ ਬਣਾਉਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਜਿਵੇਂ ਫੇਸ ਵਾਸ਼ ਹੈ ਜਾਂ ਕੋਈ ਹੈ, ਅਤੇ ਉਹੀ ਸਕਿਨ ਵਾਸਤੇ ਬਹੁਤ ਅੱਛਾ ਹੈ, ਅਤੇ ਦੂਸਰੀਆਂ ਜਿਹੜੀਆਂ ਕਲਿੰਜ਼ਰ ਟਾਈਪ ਚੀਜ਼ਾਂ ਨੇ। ਤੁਸੀਂ ਠੀਕ ਕਹਿ ਰਹੇ ਹੋ, ਇਹਦੀ ਵਜ਼ਾਹਤ ਇਸ ਤਰ੍ਹਾਂ ਕਰਾਂਗੀ ਕਿ ਦੇਖੇ ਪਾਣੀ 'ਚ ਵੀ ਸ਼ਿਫਾ ਹੈ। ਜਦੋਂ ਸਾਬਣ ਫੇਸ ਵਾਸ਼ ਨਹੀਂ ਹੁੰਦੇ ਸੀ ਉਦੋਂ ਵੀ ਸਫਾਈ ਦਾ ਇੱਕ ਮਿਆਰ ਹੁੰਦਾ ਸੀ, ਪਾਣੀ ਖੁਦ ਇੱਕ ਸ਼ਿਫਾ ਹੈ, ਉਹ ਸਾਫ਼ ਕਰਦਾ ਹੈ, ਜਰਾਸੀਮ ਕੁਛ ਹੁੰਦਾ ਹੈ। ਲੇਕਿਨ ਹਾਂ, ਤੁਸੀਂ ਜਿੰਨੇ ਕੈਮੀਕਲ ਫਰੀ ਫੇਸ ਵਾਸ਼ ਜਾਂ ਸਾਬਣ ਦਾ ਇਸਤੇਮਾਲ ਕਰੋ, ਜਿਨ੍ਹਾਂ 'ਚ ਸਲਫੇਟ ਘੱਟ ਹੋਏ, ਬਾਇਕਾਰਬੋਨੇਟ ਘੱਟ ਹੈ, ਉਹ ਤੁਹਾਡੀ ਸਕਿਨ ਵਾਸਤੇ ਬਿਹਤਰ ਨੇ, ਉਹ ਤੁਹਾਡੀ ਸਕਿਨ ਨੂੰ, ਜਿਲਦ ਨੂੰ ਨੁਕਸਾਨਾਤ ਤੋਂ ਬਚਾ ਕੇ ਰੱਖਦੇ ਨੇ। ਲੇਕਿਨ ਜਿਸ ਤਰ੍ਹਾਂ ਦੀ ਆਬੋ ਹਵਾ 'ਚ, ਮਿੱਟੀ 'ਚ ਅਸੀਂ ਰਹਿੰਦੇ ਹਾਂ, ਅਤੇ ਬਹੁਤ ਜ਼ਿਆਦਾ ਚਿਕਨੀ ਸਕਿਨ ਹੈ ਸਾਡੇ ਆਪਣੇ ਮਾਹੌਲਿਆਤੀ ਆਲੂਦਗੀ ਦੀ ਵਜ੍ਹਾ ਤੋਂ, ਉਹਦੇ ਵਾਸਤੇ ਦਿਨ 'ਚ ਇੱਕ ਦਫ਼ਾ ਕਮ ਅਜ਼ ਕਮ ਤੁਸੀਂ ਫੇਸ ਵਾਸ਼ ਇਸਤੇਮਾਲ ਕਰੋ ਜਾਂ ਕੋਈ ਸੇਫ ਜਾਂ ਨਰਮ ਜਾਂ ਸਾਬਣ ਇਸਤੇਮਾਲ ਕਰੋ, ਉਹਦੇ 'ਚ ਕੋਈ ਹਰਜ ਨਹੀਂ ਹੈ। ਅੱਛਾ, ਜ਼ਬਰਦਸਤ। ਅੱਛਾ ਜੀ, ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੀ ਕਿ ਕਿਉਂਕਿ ਸ਼ਾਇਰੀ ਜਿਹੜੀ ਹੈ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਉਰਦੂ ਨੂੰ ਹੀ ਤਰਜੀਹ ਦਿੰਦੇ ਨੇ ਸ਼ਾਇਰੀ ਕਰਨ ਲੱਗਿਆਂ, ਤੁਹਾਨੂੰ ਕਿਸ ਤਰ੍ਹਾਂ ਸ਼ੌਕ ਪਿਆ ਕਿ ਪੰਜਾਬੀ ਵਿੱਚ ਮੈਂ ਸ਼ਾਇਰੀ ਕਰਨੀ ਹੈ, ਜਾਂ ਕਿਹੜੀ ਵਜ੍ਹਾ ਤੋਂ ਤੁਸੀਂ ਪੰਜਾਬੀ ਨੂੰ ਚੂਜ਼ ਕੀਤਾ ਕਿ ਮੈਂ ਪੰਜਾਬੀ 'ਚ ਸ਼ਾਇਰੀ ਕਰਨੀ ਹੈ, ਜਿਸ ਤਰ੍ਹਾਂ ਤੁਹਾਡੀ ਬੁੱਕ ਵੀ ਹੈ, ਅਤੇ ਉਹਦੀ ਕੀ ਕੋਈ ਖਾਸ ਵਜ੍ਹਾ ਸਾਡੇ ਨਾਜ਼ਰੀਨ ਨੂੰ ਦੱਸੋ ਜੀ। ਇਸ ਦੀ ਮੈਡਮ ਖਾਸ ਵਜ੍ਹਾ ਇਹ ਕਿ ਜੋ ਐਕਸਪ੍ਰੈਸ਼ਨ ਬੰਦਾ ਆਪਣੀ ਮਦਰ ਲੈਂਗੁਏਜ 'ਚ ਕਰ ਸਕਦਾ, ਉਹ ਕਿਸੇ ਵੀ ਦੂਸਰੀ ਲੈਂਗੁਏਜ 'ਚ ਨਹੀਂ ਹੋ ਸਕਦਾ। ਔਰ ਉਰਦੂ ਦੀ ਜਿੱਥੋਂ ਤੱਕ ਤੁਸੀਂ ਫਰਮਾਇਆ, ਇਹ ਇੱਕ ਬਹੁਤ ਬੜਾ ਅਲਮੀ ਹੈ, ਸਪੈਸ਼ਲੀ ਸਾਡੀ ਕੌਮ ਦਾ ਇਹ ਅਲਮੀ ਹੈ ਕਿ ਅਸੀਂ ਆਪਣੀ ਮਦਰ ਟੰਗ ਲੈਂਗੁਏਜ ਨੂੰ ਛੋੜ ਕੇ ਦੂਸਰੀ ਤਰਫ ਅਸੀਂ ਕਹੋ ਕਿ ਸਾਡੀ ਇਹ ਨੈਸ਼ਨਲ ਲੈਂਗੁਏਜ ਹੈ ਔਰ ਇੱਧਰ ਪ੍ਰੋਪਰ ਇਸ ਦੀ ਤਰਫ ਵੀ ਤਵੱਜੋ ਹੋਣੀ ਚਾਹੀਦੀ ਹੈ, ਲੇਕਿਨ ਪੰਜਾਬੀ ਨੂੰ ਅਸੀਂ ਸਪੈਸ਼ਲੀ ਇਗਨੋਰ ਕੀਤਾ। ਹੁਣ ਤਾਂ ਦੁਨੀਆ ਇੱਥੇ ਇਤਨਾ ਅੱਗੇ ਚਲੀ ਗਈ ਹੈ ਕਿ ਪਿਛਲੇ ਦਿਨਾਂ ਮੈਨੂੰ ਉਹ ਦੱਸ ਰਿਹਾ ਸੀ ਮੇਰਾ ਦੋਸਤ ਕਿ ਕੈਨੇਡਾ ਦੇ ਵਿੱਚ ਮਤਲਬ ਕਿ ਪੰਜਾਬੀ ਉਹਨਾਂ ਰਜਿਸਟਰ ਕਰਵਾ ਲਈ ਹੈ ਆਪਣੀ ਇੱਕ ਆਫਿਸ਼ੀਅਲ ਲੈਂਗੁਏਜ ਔਰ ਮੀਡੀਅਮ ਇਨ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ ਐਜ਼ ਮੀਡੀਅਮ ਆਫ ਮਤਲਬ ਕਿ ਐਜੂਕੇਸ਼ਨ ਇੰਸਟਰਕਸ਼ਨ। ਵੈਸੇ ਡਾਕਟਰ ਸਾਹਿਬ, ਮੈਂ ਪੂਰੀ ਦੁਨੀਆ 'ਚ ਬਹੁਤ ਮੁਲਕਾਂ 'ਚ ਮੈਂ ਗਈ ਹਾਂ, ਮੈਂ ਦੇਖਿਆ ਕਿ ਪੰਜਾਬੀ ਨੂੰ ਖਾਸ ਇੱਕ ਫੋਕੀਅਤ ਦਿੱਤੀ ਜਾਂਦੀ ਹੈ ਪੂਰੀ
ਦੁਨੀਆ ਦੇ ਵਿੱਚ, ਚਾਹੇ ਤੁਸੀਂ ਕਿਸੇ ਮੁਲਕ 'ਚ ਚਲੇ ਜਾਓ, ਉਹਨੂੰ ਇੰਗਲਿਸ਼ ਆਉਂਦੀ ਹੋਵੇ, ਕੋਈ ਉਰਦੂ ਆਉਂਦੀ ਹੋਵੇ, ਨਾ ਆਉਂਦੀ ਹੋਵੇ, ਕਿਸੇ ਨੂੰ ਪੰਜਾਬੀ, ਹਰ ਬੰਦੇ ਨੂੰ ਜ਼ਰੂਰ ਬੜ ਜ਼ਰੂਰ ਆਉਂਦੀ। ਗੋਰਿਆਂ ਨੂੰ ਵੀ ਪੰਜਾਬੀ ਦੇ ਲਫ਼ਜ਼ ਜਿਹੜੇ ਨੇ ਉਹ ਚੰਗੇ ਲੱਗਦੇ ਨੇ। ਬਿਲਕੁਲ ਐਸਾ, ਕਿਉਂਕਿ ਇਸਦਾ ਸਰਮਾਇਆ ਬਹੁਤ ਰਿਚ ਹੈ, ਇਹਦੀ ਹਿਸਟਰੀ, ਸਾਡੇ ਸੂਫੀਆ ਇਕਰਾਮ ਦੀ ਸ਼ਾਇਰੀ, ਮਤਲਬ ਕਿ ਬਹੁਤ ਬੜਾ ਰਿਚ ਸਰਮਾਇਆ ਇਸਦਾ। ਜਦਕਿ ਉਰਦੂ ਦੀ ਤਾਂ ਹਾਲੇ ਉਮਰ ਹੀ ਬਹੁਤ ਥੋੜ੍ਹੀ ਹੈ, ਉਹਦੇ ਨਜ਼ਦੀਕ ਤੇ ਛੋਟੀ ਕੱਲ ਦੀ ਬੱਚੀ ਹੈ। ਹਾਂ, ਅੱਛਾ, ਤੇ ਤੁਸੀਂ ਇਹ ਸਮਝਦੇ ਹੋ ਕਿ ਇਹ ਅੱਛੀ ਚੀਜ਼ ਹੈ? ਜੀ, ਇਹ ਅੱਛੀ ਚੀਜ਼ ਹੈ, ਮਤਲਬ ਕਿ ਜੋ ਤੁਸੀਂ ਮਾਫੀ ਜ਼ਮੀਰ ਤੁਸੀਂ ਆਪਣੀ ਜ਼ਬਾਨ ਦੇ ਵਿੱਚ ਕਰ ਸਕਦੇ ਹੋ, ਉਹ ਦੂਸਰੀ 'ਚ ਨਹੀਂ ਕਰ ਸਕਦੇ, ਚਾਹੇ ਜਿੰਨਾ ਮਰਜ਼ੀ ਤੁਸੀਂ ਉਹਦੇ 'ਚ ਐਕਸਪਰਟਾਈਜ਼ ਮਤਲਬ ਗੇਨ। ਔਰ ਇਹੀ ਵਜ੍ਹਾ ਹੈ ਤੁਹਾਡੀ ਕਿ ਤੁਸੀਂ ਪੰਜਾਬੀ? ਬਿਲਕੁਲ, ਇਹੀ ਵਜ੍ਹਾ ਕਿ ਮੈਂ ਸਟਾਰਟ ਦੇ 'ਚ ਉਰਦੂ 'ਚ ਵੀ ਲਿਖਿਆ, ਲੇਕਿਨ ਜੋ ਮਜ਼ਾ ਪੰਜਾਬੀ 'ਚ ਐਕਸਪ੍ਰੈਸ਼ਨ ਦਾ ਹੁੰਦਾ, ਜੋ ਤੁਸੀਂ ਫੀਲ ਕਰਦੇ ਹੋ ਔਰ ਉਹਨੂੰ ਐਕਸਪ੍ਰੈਸ ਜੋ ਆਪਣੀ ਜ਼ਬਾਨ ਦੇ ਵਿੱਚ ਕਰ ਸਕਦੇ ਹੋ, ਉਹ ਦੂਸਰੀ 'ਚ ਨਹੀਂ ਹੁੰਦਾ, ਜਾਂ ਕਮ ਅਜ਼ ਕਮ ਮੁਸ਼ਕਲ ਜ਼ਰੂਰ ਹੋਏਗਾ। ਠੀਕ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਪੁੱਛਾਂਗੀ, ਅੱਜ ਕੱਲ੍ਹ ਹਰ ਬੰਦੇ ਦਾ ਖਾਬ ਹੈ ਗੋਰਾ ਹੋਣਾ, ਜਦੋਂ ਅਸੀਂ ਕਿਸੇ ਦੂਸਰੇ ਬੰਦੇ ਨੂੰ ਦੇਖਦੇ ਹਾਂ, ਵੈਸੇ ਪੂਰੀ ਦੁਨੀਆ ਵਿੱਚ ਨਹੀਂ ਹੈ, ਲੇਕਿਨ ਸਾਡੇ ਹੀ ਇੱਥੇ ਏਸ਼ੀਆ ਦੇ ਵਿੱਚ ਇਹ ਜਿਹੜਾ ਇੱਕ ਕੋਨਸੈਪਟ ਹੈ ਥੋੜ੍ਹਾ, ਕਿ ਰੰਗ ਜਿਹੜਾ ਹੈ ਉਹ ਗੋਰਾ ਹੋਣਾ ਚਾਹੀਦਾ ਹੈ, ਔਰ ਖਸੂਸਨ ਬੱਚੀਆਂ ਦਾ ਜਿਹੜਾ ਰੰਗ ਹੈ, ਬਹੁਤ ਸਾਰੀ ਬੱਚੀਆਂ ਦੇ ਰਿਸ਼ਤਿਆਂ ਦੀ ਵੀ ਪ੍ਰੋਬਲਮ ਹੋ ਜਾਂਦੀ ਕਾਲੇ ਰੰਗ ਦੀ ਵਜ੍ਹਾ ਨਾਲ, ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਇਸ ਚੀਜ਼ ਨੂੰ ਫੀਲ ਕਰਦੇ ਨੇ ਕਿ ਇਹਦਾ ਰੰਗ ਜਿਹੜਾ ਨਾ ਕਾਲਾ, ਅਤੇ ਹਰ ਬੰਦਾ ਗੋਰਾ ਹੋਣਾ ਚਾਹੁੰਦਾ। ਇੱਕ ਦੂਸਰੇ ਕੋਲੋਂ ਪੁੱਛਦੇ ਨੇ ਕਰੀਮਾਂ ਦੇ ਬਾਰੇ 'ਚ, ਬਹੁਤ ਸਾਰੇ ਲੋਕਾਂ ਨੂੰ ਮੈਂ ਖੁਦ ਆਪਣੀਆਂ ਅੱਖਾਂ ਨਾਲ ਵੇਖਿਆ, ਕਿਉਂਕਿ 10-15 ਕਰੀਮਾਂ ਮਿਕਸ ਕਰਕੇ ਅਤੇ ਉਹ ਜਿੱਥੇ ਜਿੱਥੇ ਉਹਨਾਂ ਨੇ ਲਾਇਆ ਹੁੰਦਾ ਉਹਨਾਂ ਉਹਨਾਂ ਜਿਹੜਾ ਹੈ ਉਹਨਾਂ ਦਾ ਗੋਰਾ ਹੋ ਜਾਂਦਾ, ਅਤੇ ਗਰਦਨ ਅਤੇ ਕੰਨ ਹੱਥ ਜਿਹੜੇ ਨੇ ਉਹ ਸਾਰੇ ਉਹਨਾਂ ਦੇ ਮਤਲਬ ਕਾਲੇ ਹੁੰਦੇ ਨੇ। ਤੁਸੀਂ ਕੀ ਸਾਡੇ ਨਾਜ਼ਰੀਨ ਨੂੰ ਦੱਸਣਾ ਚਾਹੋਗੇ ਕਿ ਕਿਹੜੀ ਐਸੀ ਕੋਈ ਪ੍ਰੋਡਕਟ ਹੈ ਜਾਂ ਕਿਹੜੀ ਐਸੀ ਕੋਈ ਚੀਜ਼ ਹੈ ਜਿਹਨੂੰ ਬਗੈਰ ਸਾਈਡ ਇਫੈਕਟ ਦੇ ਉਹ ਯੂਜ਼ ਕਰਨਾ ਚਾਹੁੰਦੇ ਅਤੇ ਉਹਨਾਂ ਦਾ ਰੰਗ ਜਿਹੜਾ ਹੈ ਉਹ ਸਫੈਦ ਹੋ ਜਾਵੇ? ਦੇ ਸਕਦਾ, ਬਹੁਤ ਅੱਛਾ ਟੋਪਿਕ ਹੈ, ਬੜਾ ਅੱਛਾ ਇਹ ਸਵਾਲ ਹੈ ਤੁਹਾਡਾ, ਕਿਉਂਕਿ ਇਹਦੇ ਬਾਰੇ 'ਚ ਬੜੀ ਘੱਟ ਗੱਲ ਕੀਤੀ ਜਾਂਦੀ ਹੈ, ਅਵੇਅਰਨੈਸ ਨਹੀਂ ਦਿੱਤੀ ਜਾਂਦੀ। ਸਾਡਾ ਇੱਕ ਸੋਸ਼ਲ ਅਲਮੀਆ ਹੈ ਕਿ ਹਾਂ ਅਸੀਂ ਸਾਰੇ ਗੋਰਾ ਹੋਣਾ ਚਾਹੁੰਦੇ ਹਾਂ, ਚਿੱਟਾ ਹੋਣਾ ਚਾਹੁੰਦੇ ਹਾਂ, ਜਦੋਂ ਕਿ ਅੱਲਾਹ ਪਾਕ ਨੇ ਜੋ ਰੰਗਤ ਸਾਨੂੰ ਦਿੱਤੀ ਹੋਈ ਹੈ ਦੁਨੀਆ ਉਹਨੂੰ ਲੈਣਾ ਚਾਹੁੰਦੀ ਹੈ। ਗੋਰਿਆਂ ਦੀ ਗੱਲ ਕਰੋ ਤਾਂ ਗੋਰੇ ਟੈਨਿੰਗ ਲੋਸ਼ਨ ਲਾ ਕੇ ਅਤੇ ਸਾਡੇ ਵਰਗਾ ਗੋਲਡਨ, ਉਹਨੂੰ ਕਹਿੰਦੇ ਨੇ ਜੀ ਗੋਲਡਨ ਰੰਗਤ ਹੈ, ਅਸੀਂ ਗੋਲਡ ਹੋਣਾ ਚਾਹੁੰਦੇ ਹਾਂ ਅਤੇ ਅਸੀਂ ਗੋਰਿਆਂ ਨੂੰ ਫੋਲੋ ਕਰਨਾ ਚਾਹੁੰਦੇ ਹਾਂ। ਇਹਦੇ 'ਚ ਕੁਛ ਹਰਜ ਵੀ ਨਹੀਂ, ਅਗਰ ਕਿਸੇ ਦੀ ਕੋਈ ਜ਼ਾਤੀ ਖਾਹਿਸ਼ ਹੈ ਤਾਂ ਉਹਦੀ ਰਿਸਪੈਕਟ ਹੈ, ਲੇਕਿਨ ਉਹਦੇ ਵਾਸਤੇ ਜਿਹੜਾ ਤਰੀਕਾਕਾਰ ਇਸਤੇਮਾਲ ਕੀਤਾ ਜਾ ਰਿਹਾ ਹੈ, ਕਮ ਅਜ਼ ਕਮ ਪਿਛਲੀ 2 ਦਹਾਈਆਂ ਤੋਂ ਮੈਂ ਦੇਖ ਰਹੀ ਹਾਂ ਕਿ ਮੁਖਤਲਿਫ ਕਰੀਮਾਂ ਦਾ ਇਸਤੇਮਾਲ ਕਰਕੇ, ਮੁਖਤਲਿਫ ਕੈਮੀਕਲਸ ਦਾ ਇਸਤੇਮਾਲ ਕਰਕੇ ਵਕਤੀ ਤੌਰ 'ਤੇ ਜਿਲਦ ਨੂੰ ਗੋਰਾ ਕਰ ਲਿੱਤਾ ਜਾਂਦਾ ਹੈ, ਔਰ ਉਹਦੇ ਬਹੁਤ ਸਾਰੇ ਨੁਕਸਾਨਾਤ ਹੈ। ਉਹਦੇ ਨੁਕਸਾਨਾਤ ਅਗਰ ਅਸੀਂ ਦੱਸ ਦਈਏ ਆਪਣੇ ਲੋਕਾਂ ਨੂੰ, ਆਪਣੇ ਪਿਆਰਿਆਂ ਨੂੰ, ਕਿ ਇਹਦੇ ਜਿਹੜੇ ਨੁਕਸਾਨਾਤ ਨੇ ਉਹ ਪਰਮਾਨੈਂਟ ਨੇ, ਉਹਦਾ ਰਿਵਰਸ ਕੋਈ ਨਹੀਂ ਹੈ, ਅਤੇ ਫਿਰ ਸ਼ਾਇਦ ਅਸੀਂ ਇਸ ਚੀਜ਼ ਤੋਂ ਬਾਜ਼ ਆ ਜਾਈਏ। ਅਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵੀ ਨੇ ਜਿਨ੍ਹਾਂ ਦੇ ਇਸਤੇਮਾਲ ਦੇ ਨਾਲ ਅਸੀਂ ਸਿਰਫ ਆਪਣੀ ਰੰਗਤ ਨੂੰ ਮੇਨਟੇਨ ਕਰ ਸਕਦੇ ਹਾਂ, 1-3 ਟੋਨ ਤੱਕ ਲਾਈਟ ਕਰ ਸਕਦੇ ਹਾਂ, ਜਿਹਨੂੰ ਗੋਰਾਪਨ ਕਹਿੰਦੇ ਨੇ, ਉਹ ਨੈਚੁਰਲੀ ਵੀ ਹੋ ਸਕਦੀਆਂ, ਲੇਕਿਨ ਉਹ ਕੈਮੀਕਲ ਨੇ, ਉਹ ਦਵਾਈਆਂ ਨੇ ਜਿਨ੍ਹਾਂ ਦੇ ਨੁਕਸਾਨਾਤ ਨਹੀਂ ਨੇ। ਜਦੋਂ ਕਿ ਸਟੀਰੋਇਡ ਵਾਲੀਆਂ ਕਰੀਮਾਂ ਹੋ ਜਾਣ, ਜਾਂ ਤੁਸੀਂ ਉਹਦੇ ਵਿੱਚ ਟਾਰ ਇਸਤੇਮਾਲ ਕਰ ਰਹੇ ਹੋ, ਐਸੀ ਚੀਜ਼ਾਂ ਇਸਤੇਮਾਲ ਕਰ ਰਹੇ ਹੋ ਜਿਹਦੇ ਨਾਲ ਸਕਿਨ ਦਾ ਕੈਂਸਰ ਵੀ ਹੋ ਸਕਦਾ ਹੈ, ਐਕਸਟਰਾ ਛਾਈਆਂ ਪੈਦਾ ਹੋ ਜਾਂਦੀਆਂ ਨੇ, ਐਕਨੀ ਯਾਨੀ ਕਿ ਪਿੰਪਲਸ ਬਣਨਾ ਸ਼ੁਰੂ ਹੋ ਜਾਂਦੇ ਨੇ, ਇਜ਼ਾਫੀ ਵਾਲ ਆ ਜਾਂਦੇ ਨੇ ਜਿਲਦ ਦੇ ਉੱਤੇ, ਖਾਸ ਤੌਰ 'ਤੇ ਚਿਹਰੇ ਦੇ ਉੱਤੇ ਅੱਜ ਕੱਲ੍ਹ ਦੇਖਣ 'ਚ ਬਹੁਤ ਜ਼ਿਆਦਾ ਮਿਲਦੇ ਨੇ।
ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੇ ਰੰਗਤ ਨੂੰ ਪਹਿਲੇ ਗੋਰਾ ਕੀਤਾ, ਫਿਰ ਉਹਦੇ ਸਾਈਡ ਇਫੈਕਟ ਨੂੰ ਟਰੀਟ ਕਰਾਉਣ ਵਾਸਤੇ ਫਿਰ ਡਾਕਟਰਾਂ ਕੋਲ ਰੁਜੂ ਕਰਦੇ ਨੇ। ਅਤੇ ਅਗਰ ਐਸੀਆਂ ਚੀਜ਼ਾਂ ਤੋਂ ਪਰਹੇਜ਼ ਕਰਕੇ ਤੁਸੀਂ ਪ੍ਰੋਪਰ ਪਹਿਲੇ ਹੀ ਡਾਕਟਰ ਨਾਲ ਰਾਬਤਾ ਕਰਕੇ ਕੁਛ ਐਸੇ ਕੈਮੀਕਲਸ, ਕੁਛ ਐਸੇ ਐਸਿਡ ਦਾ ਇਸਤੇਮਾਲ ਕਰ ਲਓ ਜੋ ਕਿ ਜਿਲਦ ਨੂੰ ਨਿਖਾਰ ਦਿੰਦੇ ਨੇ, ਠੀਕ ਹੈ, ਅਤੇ ਤੁਸੀਂ ਉਹ ਫਾਇਦਾ ਹਾਸਿਲ ਕਰ ਸਕਦੇ ਹੋ। ਲੇਕਿਨ ਉਹਦੇ ਵਾਸਤੇ ਤੁਹਾਨੂੰ ਪ੍ਰੋਪਰ ਮੁਆਲਜ ਕੋਲ ਜਾਣਾ ਜ਼ਰੂਰੀ ਹੈ, ਸੁਣੀਆਂ ਸੁਣਾਈਆਂ ਗੱਲਾਂ 'ਤੇ ਇਤਬਾਰ ਕਰਕੇ, ਅਤੇ ਫਿਰ ਅਸੀਂ ਬਹੁਤ ਸਾਰੇ ਨੁਕਸਾਨ ਉਠਾਉਂਦੇ ਹਾਂ। ਕਿਉਂਕਿ ਡਾਕਟਰ ਸਾਹਿਬਾ, ਇਹ ਜਿਹੜੇ ਪ੍ਰੋਸੀਜਰ ਨੇ, ਜਿਹੜੇ ਕਲਰ ਵਾਈਟਨਿੰਗ ਵਾਲੇ ਨੇ ਜਾਂ ਦੂਸਰੇ ਵੀ ਜਿਹੜੇ ਪ੍ਰੋਸੀਜਰ ਨੇ ਜਿਹੜੇ ਸਾਡੇ ਅਸਥੈਟਿਕ ਕਲੀਨਿਕਸ 'ਤੇ ਹੁੰਦੇ ਨੇ ਜਾਂ ਦੂਸਰੀਆਂ ਜਗ੍ਹਾ 'ਤੇ ਹੁੰਦੇ ਨੇ, ਉਹ ਬਹੁਤ ਐਕਸਪੈਂਸਿਵ ਹੁੰਦੇ ਨੇ। ਕਿਆ ਕੋਈ ਐਸੇ ਵੀ ਪ੍ਰੋਸੀਜਰ ਨੇ ਜਿਨ੍ਹਾਂ ਦੀ ਜਿਹੜੇ ਘੱਟ ਮਹਿੰਗੇ ਨੇ, ਜਿਹੜੇ ਹਰ ਬੰਦਾ ਜਿਹੜਾ ਹੈ ਉਹਨਾਂ ਨੂੰ ਅਵੇਲ ਕਰ ਸਕਦਾ? ਹਾਂਜੀ ਬਿਲਕੁਲ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਅਵੇਲੇਬਲ ਨੇ, ਕਲੀਨਿਕਸ 'ਤੇ ਵੀ ਅਵੇਲੇਬਲ ਨੇ, ਔਰ ਸਾਡੇ ਡਾਕਟਰ ਸਾਹਿਬਾਨ ਨੇ ਗੌਰਮੈਂਟ ਸੈਟਅਪ 'ਚ ਵੀ ਬਹੁਤ, ਬਲਕਿ ਨਾ ਫੀਸ ਦੇ ਮੁਤਾਬਿਕ 50-60 ਰੁਪਏ ਦੀ ਫੀਸ 'ਚ ਵੀ ਤੁਸੀਂ ਉਹੀ ਡਾਕਟਰ ਨੂੰ ਅਵੇਲ ਕਰਦੇ ਹੋ, ਉਹੀ ਕੰਸਲਟੇਸ਼ਨ ਉਹਨਾਂ ਦੀ ਲੈ ਸਕਦੇ ਹੋ। ਲੇਕਿਨ ਉਹਦੇ 'ਚ ਥੋੜ੍ਹਾ ਸਾਰਾ ਮਸਲਾ ਇਹ ਹੁੰਦਾ ਹੈ ਕਿ ਚੂੰਕਿ ਅਸੀਂ ਅੱਜ ਬਿਲਕੁਲ ਜਦੋਂ ਐਂਡ 'ਤੇ ਕੰਮ ਆ ਜਾਂਦਾ ਤਾਂ ਕਹਿੰਦੇ ਹਾਂ ਹੁਣ ਅਗਲੇ ਮਹੀਨੇ ਬੱਚੀ ਦੀ ਸ਼ਾਦੀ ਹੈ, ਇੱਕ ਮਹੀਨੇ 'ਚ ਕੁਛ ਐਸਾ ਚੇਂਜ ਕਰ ਦਿਓ ਕਿ ਜਿਹੜਾ ਕਿ ਇਹ ਗੋਰੀ ਵੀ ਹੋ ਜਾਏ, ਇਹਦੇ ਦਾਣੇ ਵੀ ਖਤਮ ਹੋ ਜਾਣ, ਅੱਛਾਈਆਂ ਨੇ ਜਿਹੜੀਆਂ ਪਿਛਲੇ  6 ਸਾਲ ਤੋਂ ਨੇ ਲੇਕਿਨ ਅਗਲੇ ਮਹੀਨੇ ਸਾਨੂੰ ਇਹ ਕਲੀਅਰ ਚਾਹੀਦੀਆਂ ਨੇ। ਉਹਦੇ ਵਾਸਤੇ ਫਿਰ ਮਰੀਜ਼ ਆਪ ਵੀ ਬਹੁਤ ਉਤਾਵਲਾ ਹੋਇਆ ਹੁੰਦਾ, ਉਹ ਗਲਤ ਚੀਜ਼ਾਂ ਨੂੰ ਪ੍ਰੈਫਰ ਕਰਦਾ, ਜਦੋਂ ਡਾਕਟਰ ਉਹਨੂੰ ਗਾਈਡ ਕਰ ਰਿਹਾ ਹੈ ਕਿ ਇੱਕ ਮਹੀਨੇ 'ਚ ਕੋਈ ਮੁਆਵਜ਼ਾ ਨਹੀਂ ਹੋ ਸਕਦਾ, ਚੀਜ਼ਾਂ ਦੇ ਟ੍ਰੀਟਮੈਂਟ ਵਾਸਤੇ ਟਾਈਮ ਚਾਹੀਦਾ, ਕਮ ਅਜ਼ ਕਮ 3-6 ਮਹੀਨੇ ਦਰਕਾਰ ਹੁੰਦੇ ਨੇ, ਅਤੇ ਫਿਰ ਮਰੀਜ਼ ਜਿਹੜਾ ਨਾ ਉਸ ਚੀਜ਼ ਨੂੰ ਅੰਡਰਸਟੈਂਡ ਕੱਟ ਕਰਦਾ, ਉਹ ਕਹਿੰਦਾ ਨਹੀਂ ਮੈਨੂੰ ਫਲਾਂ ਨੇ ਦੱਸਿਆ ਸੀ, ਮੈਨੂੰ ਫਲਾਂ ਨੇ ਦੱਸਿਆ ਕਿ ਇਹ ਇੱਕ ਹਫ਼ਤੇ 'ਚ ਚੀਜ਼ ਗੋਰਾ ਕਰ ਦੇਗੀ, ਇਹ ਤੇਰੀਆਂ ਛਾਈਆਂ ਵੀ ਖਤਮ ਕਰ ਦੇਗੀ, ਤੇਰੇ ਦਾਣੇ ਵੀ ਖਤਮ ਕਰ ਦੇਣ। ਅਤੇ ਜ਼ਿਆਦਾਤਰ ਸਾਡੇ ਮਰੀਜ਼ ਅਨਅਵੇਅਰਨੈਸ ਦੀ ਵਜ੍ਹਾ ਤੋਂ ਜਾਂ ਅਨਐਜੂਕੇਸ਼ਨ ਦੀ ਵਜ੍ਹਾ ਤੋਂ, ਲੈਕ ਆਫ ਐਜੂਕੇਸ਼ਨ ਦੀ ਵਜ੍ਹਾ ਤੋਂ ਉਹਨਾਂ ਪ੍ਰੋਸੀਜਰਸ ਨੂੰ ਆਪਟ ਕਰ ਲੈਂਦੇ ਨੇ। ਅਤੇ ਜਿਹੜੇ ਲੋਕ ਅਫੋਰਡ ਕਰ ਸਕਦੇ ਨੇ ਉਹ ਚੁੱਕੇ ਕੇਅਰ ਨਹੀਂ ਕਰਦੇ ਕਿ ਚੀਜ਼ਾਂ ਕਿੰਨੇ ਰੁਪੀਸ ਦੀਆਂ ਨੇ ਜਾਂ ਹਜ਼ਾਰਾਂ ਦੀਆਂ ਨੇ, ਉਹ ਫਿਰ ਇੱਕ ਕ੍ਰਾਈਟੇਰੀਆ ਸੈੱਟ ਹੋ ਜਾਂਦਾ ਹੈ ਡਾਕਟਰਾਂ ਦੇ ਵਿੱਚ ਵੀ ਕਿ ਤੁਸੀਂ ਇਹ ਪ੍ਰੋਸੀਜਰ ਇਸ ਤੋਂ ਘੱਟ ਨਹੀਂ ਕਰ ਸਕਦੇ। ਹਾਂ ਤੁਹਾਡੀ ਗੱਲ ਠੀਕ ਹੈ, ਇਹਨੂੰ ਮਿਨੀਮਾਈਜ਼ ਕਰਨਾ ਚਾਹੀਦਾ, ਕੀਤਾ ਵੀ ਜਾ ਸਕਦਾ, ਔਰ ਬਹੁਤ ਸਾਰੇ ਐਸੇ ਅੱਛੇ ਮੁਆਲਜ ਵੀ ਮੌਜੂਦ ਨੇ ਜਿਹੜੇ ਕਿ ਬੜੇ ਘੱਟ ਵੇਜਸ 'ਤੇ ਕੰਮ ਕਰਦੇ ਨੇ ਅਤੇ ਤੁਹਾਨੂੰ ਉਹ ਸਾਰੀਆਂ ਸਹੂਲਤਾਂ ਦਿੰਦੇ ਨੇ ਜੋ ਕਿ ਤੁਹਾਡੀ ਜ਼ਰੂਰਤ ਹੁੰਦੀਆਂ ਨੇ। ਜੀ ਮੈਂ ਮੁਹੰਮਦ ਇਕਬਾਲ ਸਾਹਿਬ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਹੁਣ ਤੱਕ ਤੁਹਾਡੇ ਕਿੰਨੇ ਮਜਮੂਏ ਜਿਹੜੇ ਨੇ ਸ਼ਾਇਰੀ ਦੇ, ਉਹ ਕਿੰਨੇ ਛਪ ਚੁੱਕੇ ਨੇ? ਜੀ ਹੁਣ ਤੱਕ ਮੈਡਮ ਮੇਰੇ 2 ਸ਼ੇਅਰੀ ਮਜਮੂਏ ਛਪੇ ਨੇ। ਸਭ ਤੋਂ ਪਹਿਲੇ ਚੰਦ ਚਕੋਰ ਟਾਈਟਲ ਸੀ ਉਸਦਾ, ਉਹ ਛਪਿਆ ਸੀ। ਹੁਣ ਲੇਟੈਸਟ ਇਹ ਹੈ ਤੇਰੀਆਂ ਗੱਲਾਂ। ਅੱਛਾ, ਅਸੀਂ ਚਾਹਾਂਗੇ ਕਿ ਤੁਸੀਂ ਆਪਣੀ ਜਿਹੜੀ ਸਭ ਤੋਂ ਤੁਹਾਡੀ ਫੇਵਰੇਟ ਕੋਈ, ਜਿਹੜਾ ਤੁਹਾਡੀ ਕੋਈ ਹੈ ਕੋਈ ਐਸੀ ਸ਼ਾਇਰੀ ਜਿਹੜੀ ਤੁਸੀਂ ਸੁਣਾਉਣਾ ਚਾਹੁੰਦੇ ਹੋ ਸਾਡੇ ਨਾਜ਼ਰੀਨ ਨੂੰ, ਤੇ ਅਸੀਂ ਤੁਹਾਡੇ ਜੀ ਜ਼ਰੂਰ ਜ਼ਰੂਰ ਸੁਣਨਾ ਚਾਹਾਂਗੇ। ਜੀ ਜ਼ਰੂਰ ਸ਼ਾਦੀ, ਤੇਰੀਆਂ ਗੱਲਾਂ ਕਿਤਾਬ ਜਿਹੜੀ ਕਿ ਮੇਰੀ ਲੇਟੈਸਟ ਕਿਤਾਬ ਹੈ, ਇਹਦੇ 3 ਹਿੱਸੇ ਨੇ ਮੈਡਮ। ਇੱਕ ਹਿੱਸਾ ਨਾਥ ਸ਼ਰੀਫ ਦਾ, ਇੱਕ ਹਿੱਸਾ ਗਜ਼ਲ, ਇੱਕ ਹਿੱਸਾ ਨਜ਼ਮ। ਅਗਰ ਤੁਸੀਂ ਯਾਦ ਦਿਓ ਤਾਂ ਮੈਂ 3 ਹਿੱਸਿਆਂ 'ਚੋਂ ਇੱਕ ਇੱਕ ਮਤਲਬ ਕਿ ਮੈਂ ਪੇਸ਼ ਕਰ ਦਿੰਦਾ। ਮੈਨੂੰ ਉਮੀਦ ਹੈ ਕਿ ਸਾਮੀਨ ਔਰ ਸਾਰੇ ਪਸੰਦ। ਜੀ ਜ਼ਰੂਰ। ਸਭ ਤੋਂ ਪਹਿਲੇ ਨਾਤੀਆ ਅਸ਼ਾਰ, ਸਭ ਤੋਂ ਪਹਿਲੇ ਕਿ ਤੇਰੀ ਜ਼ੁਲਫ ਤੇ ਚਿਹਰਾ ਤੇਰਾ, ਹਰ ਇੱਕ ਸ਼ਾਮ ਸਵੇਰਾ ਤੇਰਾ। ਤੇਰੀ ਜ਼ੁਲਫ ਤੇ ਚਿਹਰਾ ਤੇਰਾ, ਹਰ ਇੱਕ ਸ਼ਾਮ ਸਵੇਰਾ ਤੇਰਾ, ਆਉਂਦੇ ਜਾਂਦੇ ਮੌਸਮ ਤੇਰੇ,
ਵਿੱਚ ਹਵਾਵਾਂ ਫੇਰਾ ਤੇਰਾ ਖੁਸ਼ਬੂ ਰੰਗ ਤੇ ਹੁਸਨ ਲਿਆਵੇ ਵੇਖ ਬਹਾਰ ਸਰਾਪਾ ਤੇਰਾ ਤੇ ਫੁੱਲਾਂ ਦੇ ਵਿੱਚ ਖੁਸ਼ਬੂ ਤੇਰੀ ਕਾਬਲੇ ਤਵੱਜੋ ਸ਼ੇਰ ਹੈ ਕਿ ਫੁੱਲਾਂ ਦੇ ਵਿੱਚ ਖੁਸ਼ਬੂ ਤੇਰੀ ਰੰਗਾਂ ਨੂੰ ਰੰਗ ਚੜ੍ਹਿਆ ਤੇਰਾ ਤੇ ਚੰਨ ਵਿੱਚ ਚਾਨਣ ਤੇਰਾ ਚਮਕੇ ਵਿੱਚ ਸੂਰਜ ਲਿਸ਼ਕਾਰਾ ਤੇਰਾ ਲੋਹ ਕਲਮ ਤੇ ਕੁਰਸੀ ਤੇਰੇ ਤੂੰ ਮੌਲਾ ਦਾ ਮੌਲਾ ਤੇਰਾ ਭਾਵੇਂ ਲੱਖ ਐਬੀ ਏ ਅਖਤਰ ਬੰਦਾ ਤੇਵੇ ਸ਼ਾਹ ਤੇਰਾ। ਇਹ ਚੰਦ ਸ਼ੇਰ ਸਨ ਨਾਤੀਆ ਕਲਾਮ ਦੇ। ਉਸ ਤੋਂ ਪਹਿਲ ਬਾਅਦ ਮੈਂ ਗਜ਼ਲ ਪੇਸ਼ ਕਰਨਾ, ਗਜ਼ਲ ਦੇ ਛੋਟੀ ਦੋ ਗਜ਼ਲਾਂ ਮੈਂ ਪੇਸ਼ ਕਰਾਂਗਾ ਛੋਟੇ ਚੰਦ ਸ਼ੇਰਾਂ ਦੇ ਨਾਲ। ਕਿ ਰਾਹਵਾਂ ਵਿੱਚ ਬਿਠਾ ਛੱਡਿਆਈ, ਰਾਹਵਾਂ ਵਿੱਚ ਬਿਠਾ ਛੱਡਿਆਈ ਕਿਹੜੇ ਕੰਮੀ ਲਾ ਛੱਡਿਆ, ਇੰਤਜ਼ਾਰ ਕਰਨਾ ਸੀ ਵੀ ਬੜਾ ਇੰਤਜ਼ਾਰ ਕੀਤਾ। ਰਾਹਵਾਂ ਵਿੱਚ ਬਿਠਾ ਛੱਡਿਆਈ ਕਿਹੜੇ ਕੰਮੀ ਲਾ ਛੱਡਿਆਈ, ਦੋ ਹਰਫੀ ਇੱਕ ਗੱਲ ਸੀ ਜਿਸ ਨੂੰ ਉਮਰਾਂ ਤੱਕ ਲਮਕਾ ਛੱਡਿਆਈ। ਤੇ ਚਿੱਟੀ ਚਾਦਰ ਦੇ ਕੇ ਮੈਨੂੰ ਆਪੇ ਦਾਗ ਲਵਾ ਛੱਡਿਆਈ, ਉਹ ਤੇ ਸੀ ਇੱਕ ਚੰਨ ਦਾ ਚਿਹਰਾ ਬੱਦਲਾਂ ਵਿੱਚ ਲੁਕਾ ਛੱਡਿਆਈ। ਤੇ ਬਹੁਤ ਕਾਬਲੇ ਤਵੱਜੋ ਸ਼ੇਰ ਮੈਡਮ ਕਿ ਹਾਂ ਕੀਤੀ ਨਾ ਨਾ ਕੀਤੀ ਤੂੰ, ਹਾਂ ਕੀਤੀ ਨਾ ਨਾ ਕੀਤੀ ਤੂੰ, ਨਿਤ ਨਵਾਂ ਪੱਜ ਪਾ ਛੱਡਿਆਈ, ਨਿਤ ਨਵਾਂ ਪੱਜ ਪਾ ਛੱਡਿਆਈ, ਤੇ ਤੇਰਾ ਤੇ ਕੋਈ ਹਰਜ ਨਹੀਂ ਹੋਇਆ। ਮਕਤਾ ਪੇਸ਼ੇ ਖਿਦਮਤ ਹੈ ਕਿ ਤੇਰਾ ਤੇ ਕੋਈ ਹਰਜ ਨਹੀਂ ਹੋਇਆ, ਅਖਤਰ ਨੂੰ ਮਰਵਾ ਛੱਡਿਆਈ। ਵੈਰੀ ਨਾਈਸ ਜੀ, ਤਾਲੀਆਂ ਹੋਣੀਆਂ ਚਾਹੀਦੀਆਂ ਜੀ, ਪਿਆਰੀ ਸ਼ਾਇਰੀ। ਇੱਕ ਦੂਸਰੀ ਗਜ਼ਲ ਦੇ ਚੰਦ ਸ਼ੇਰ ਪੇਸ਼ ਕਰਾਂਗਾ ਮੈਂ। ਤੇਰੇ ਆਲ ਦੁਆਲੇ ਲੋਕੀ ਦੀਦ ਦੇ ਪੀਣ ਪਿਆਲੇ ਲੋਕੀ, ਸੌਫਟ ਜਾਨ ਮੇਰੀ ਪਹਿਚਾਣ ਦੀ ਖਾਤਰ ਤੇਰੇ ਦੇਣ ਹਵਾਲੇ ਲੋਕੀ। ਅਤੇ ਕਾਬਲੇ ਤਵੱਜੋ ਸ਼ੇਰ ਕਿ ਬਾਹਰੋਂ ਬਦਨ ਸੰਦੂਰੀ ਰੇਸ਼ਮ, ਬਾਹਰੋਂ ਬਦਨ ਸੰਦੂਰੀ ਰੇਸ਼ਮ, ਅੰਦਰੋਂ ਪੱਥਰ ਕਾਲੇ ਲੋਕੀ, ਅੰਦਰੋਂ ਪੱਥਰ ਕਾਲੇ ਲੋਕੀ, ਅਤੇ ਕਤਲੋਂ ਬਾਅਦ ਜਨਾਜ਼ਾ ਪੜਦੇ, ਕਤਲੋਂ ਬਾਅਦ ਜਨਾਜ਼ਾ ਪੜਦੇ ਕਿੰਨੇ ਨੇਕ ਨਰਾਲੇ ਲੋਕੀ, ਅਤੇ ਅੱਜ ਵੀ ਵਸਦੀ ਕਰਬਲਾ ਇੱਥੇ, ਅੱਜ ਵੀ ਵਸਦੀ ਕਰਬਲਾ ਇੱਥੇ, ਯਜ਼ੀਦ ਦੇ ਹੈ ਨੇ ਹਾਲੇ ਲੋਕੀ, ਯਜ਼ੀਦ ਦੇ ਹੈ ਨੇ ਹਾਲੇ ਲੋਕੀ। ਮਕਤਾ ਪੇਸ਼ੇ ਖਿਦਮਤ ਹੈ ਕਿ ਅਖਤਰ ਨੂੰ ਵੀ ਮਾਰ ਨਾ ਦੇਵਣ ਰੀਤਾਂ ਦੇ ਰਖਵਾਲੇ ਲੋਕੀ। ਬੜੀਆਂ ਤਾਲੀਆਂ ਹੋਣੀਆਂ ਚਾਹੀਦੀਆਂ ਨੇ ਸਰ, ਬਹੁਤ ਹੀ ਬਹੁਤ ਅੱਛੀ ਔਰ ਬਾ ਮਕਸਦ ਸ਼ਾਇਰੀ ਸੀ, ਸਾਡੇ ਨਾਜ਼ਰੀਨ ਨੂੰ ਵੀ ਬਹੁਤ ਅੱਛੀ ਲੱਗੀ ਹੋਏਗੀ। ਅਤੇ ਹੁਣ ਡਾਕਟਰ ਸਾਹਿਬ ਤੋਂ ਵੀ ਮੈਂ ਨਾਲ ਨਾਲ ਤੁਹਾਡੀ ਅਸੀਂ ਸ਼ਾਇਰੀ ਸੁਣਾਂਗੇ, ਲੇਕਿਨ ਥੋੜ੍ਹੀ ਜਿੰਨੀ ਗੱਲ ਅਸੀਂ ਡਾਕਟਰ ਸਾਹਿਬ ਨਾਲ ਕਰਕੇ ਦੁਬਾਰਾ ਤੁਹਾਡੇ ਵੱਲ ਮੈਂ ਆਵਾਂਗੀ ਔਰ ਤੁਹਾਡੀ ਸ਼ਾਇਰੀ ਸੁਣਾਂਗੀ। ਡਾਕਟਰ ਸਾਹਿਬ, ਅੱਜ ਕੱਲ੍ਹ ਇੱਕ ਚੀਜ਼ ਮੈਂ ਵੀ ਦੇਖੀ ਹੈ, ਸਾਡੇ ਆਡੀਅੰਸ ਵੀ ਜਾਣਦੇ ਨੇ ਕਿ ਖਾਰਿਸ਼ ਔਰ ਚੰਬਲ ਇਹ ਬਹੁਤ ਜ਼ਿਆਦਾ ਜਿਹੜਾ ਹੈ, ਬੱਚੇ ਵੱਡੇ ਔਰਤਾਂ ਬੁੱਢੇ ਖਾਰਿਸ਼ ਖਸੂਸਨ ਹਰ ਘਰ ਦੇ ਵਿੱਚ ਜਿਹੜਾ ਹੈ ਨਾ, ਔਰ ਉਹ ਜਾਂਦੀ ਵੀ ਨਹੀਂ ਹੈ, ਇੱਕ ਤੋਂ ਦੂਸਰੇ ਨੂੰ ਟ੍ਰਾਂਸਫਰ ਹੋ ਜਾਂਦੀ ਹੈ, ਜਿਹੜਾ ਵੀ ਬੰਦਾ ਮਤਲਬ ਆਉਂਦਾ ਹੈ ਅਤੇ ਉਹ ਇਸ ਤਰ੍ਹਾਂ ਹੋ ਜਾਂਦੀ। ਇਹਦੀ ਕੀ ਵਜ੍ਹਾ ਹੈ ਔਰ ਇਹਦਾ ਕੀ ਸਦੇਬਾਬ ਹੈ, ਕਿਸ ਤਰ੍ਹਾਂ ਇਹਦੇ ਕੋਲੋਂ ਮਤਲਬ ਅਹਿਤਿਆਤ ਕੀਤੀ ਜਾ ਸਕਦੀ ਹੈ, ਜ਼ਰਾ ਤੁਸੀਂ ਸਾਡੇ ਨਾਜ਼ਰੀਨ ਨੂੰ ਦੱਸੋ। ਦੇਖੋ, ਖਾਰਿਸ਼ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ, ਲੇਕਿਨ ਉਹਦੇ 'ਚ ਜਿਹੜੀ ਸਭ ਤੋਂ ਕਾਮਨਲੀ ਸਾਨੂੰ ਦੇਖਣ 'ਚ ਖਾਰਿਸ਼ ਮਿਲਦੀ ਹੈ, ਉਹਨੂੰ ਅਸੀਂ ਸਕੇਬੀਜ਼ ਕਹਿੰਦੇ ਹਾਂ। ਸਕੇਬੀਜ਼ ਜੋ ਹੈ ਇੱਕ ਛੋਟਾ ਸਾਰਾ ਕੀੜਾ ਹੈ,
ਜਿਹੜਾ ਆਮ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ, ਮਾਈਕਰੋਸਕੋਪਿਕ ਕੀੜਾ ਹੈ। ਅਤੇ ਇਹ ਸਿਰਫ ਹੱਥ ਮਿਲਾਉਣ ਨਾਲ ਹੀ ਇੱਕ ਤੋਂ ਦੂਸਰੇ ਜਿਸਮ 'ਚ ਟ੍ਰਾਂਸਫਰ ਹੋ ਜਾਂਦਾ ਹੈ, ਜਾਂ ਉਹ ਲੋਕ ਜੋ ਬਹੁਤ ਕਰੀਬ ਰਹਿੰਦੇ ਨੇ, ਇੱਕ ਹੀ ਜਗ੍ਹਾ 'ਤੇ ਰਹਿੰਦੇ ਨੇ, ਕੰਮ ਕਰਦੇ ਨੇ, ਜਿਸ ਤਰ੍ਹਾਂ ਇਹ ਛੋਟੇ ਬੱਚੇ ਸਕੂਲਾਂ 'ਚੋਂ ਲੈ ਆਉਂਦੇ ਨੇ, ਜਾਂ ਖੇਤਾਂ 'ਚੋਂ ਕੰਮ ਕਰਨ ਵਾਲੇ ਮਜ਼ਦੂਰ ਜਿਹੜੇ ਕਮਿਊਨਿਟੀਜ਼ 'ਚ ਇਕੱਠੇ ਕੰਮ ਕਰ ਰਹੇ ਨੇ, ਉਹ ਇੱਕ ਦੂਸਰੇ ਨੂੰ ਬੜੀ ਜਲਦੀ ਟ੍ਰਾਂਸਫਰ ਕਰ ਦਿੰਦੇ ਨੇ। ਔਰ ਇਹ ਬਹੁਤ ਜਲਦੀ ਮੌਸਮ ਦੇ ਹਿਸਾਬ ਨਾਲ, ਅਗਰ ਗਰਮੀਆਂ ਨੂੰ ਦੇਖਿਆ ਜਾਏ ਜਾਂ ਇਹ ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ, ਵਾਢੀਆਂ ਦਾ, ਕਟਾਈਆਂ ਦਾ, ਇਹਦੇ 'ਚ ਜ਼ਿਆਦਾ ਲੋਕ ਇਕੱਠੇ ਹੁੰਦੇ ਨੇ, ਇਕੱਠੇ ਬੈਠ ਕੇ ਕੰਮ ਕਰਦੇ ਨੇ, ਖਾਣਾ ਖਾਂਦੇ ਨੇ, ਹੱਥ ਮਿਲਾਉਂਦੇ ਨੇ, ਅਤੇ ਦੂਸਰੇ ਨੂੰ ਟ੍ਰਾਂਸਫਰ ਹੋ ਜਾਂਦਾ। ਅਤੇ ਹੀਟ ਦੀ ਵਜ੍ਹਾ ਤੋਂ, ਗਰਮੀ ਦੀ ਵਜ੍ਹਾ ਤੋਂ ਇਹ ਬਹੁਤ ਜਲਦੀ ਪਨਪਦਾ ਵੀ ਹੈ। ਹਫ਼ਤੇ 10 ਦਿਨ ਦੇ ਅੰਦਰ ਇੱਕ ਤੋਂ ਦੂਸਰੇ, ਦੂਸਰੇ ਤੋਂ ਤੀਸਰੇ, ਅਤੇ ਫਿਰ ਪੂਰੇ ਪੂਰੇ ਖਾਨਦਾਨ ਦੇ ਵਿੱਚ ਫੈਲ ਜਾਂਦਾ ਹੈ। ਇਹਦਾ ਤਰੀਕਾ ਇਲਾਜ ਬਹੁਤ ਮੁਸ਼ਕਿਲ ਨਹੀਂ ਹੈ, ਲੇਕਿਨ ਸ਼ਰਤ ਇੱਕੋ ਹੀ ਹੈ ਕਿ ਬੇਸ਼ੱਕ ਘਰ ਦੇ ਇੱਕ ਬੱਚੇ ਨੂੰ ਜਾਂ ਇੱਕ ਵੱਡੇ ਨੂੰ ਖਾਰਿਸ਼ ਹੋਈ ਹੈ, ਲੇਕਿਨ ਅਗਰ 10 ਲੋਕ ਇਕੱਠੇ ਰਹਿ ਰਹੇ ਨੇ ਤਾਂ ਉਹ 10 ਦੇ 10 ਨੂੰ ਇਕੱਠੇ ਸੇਮ ਟਾਈਮ 'ਤੇ ਟ੍ਰੀਟਮੈਂਟ ਲੈਣਾ। ਟ੍ਰੀਟਮੈਂਟ ਮੁਸ਼ਕਿਲ ਨਹੀਂ ਹੈ, ਅੱਜ ਕੱਲ੍ਹ ਤਾਂ ਗੋਲੀ ਵੀ ਖਾਣ ਨੂੰ ਮਿਲਦੀ ਹੈ ਜਿਹੜੀ ਕਿ ਉਸ ਕੀੜੇ ਨੂੰ ਇੱਕ ਦਿਨ 'ਚ ਖਤਮ ਕਰ ਦਿੰਦੀ ਹੈ। ਲੇਕਿਨ ਅਗਰ ਉਹਨੇ ਉਹ ਦਾਣੇ ਬਣਾ ਦਿੱਤੇ ਹੋਏ ਨੇ, ਖਾਰਿਸ਼ ਦੇ ਲੀਅਨਸ ਬਣਾ ਦਿੱਤੇ ਨੇ, ਉਹਨਾਂ ਨੂੰ ਜਾਣ 'ਤੇ ਹਫ਼ਤਾ ਲੱਗਦਾ ਹੈ। ਇੱਕ ਕਰੀਮ ਹੈ, ਇੱਕ ਗੋਲੀ ਹੈ ਅਤੇ ਇੱਕ ਲੋਸ਼ਨ ਹੈ। ਇਹ ਤਿੰਨ ਚੀਜ਼ਾਂ ਤੁਸੀਂ ਇਸਤੇਮਾਲ ਕਰਨੀਆਂ ਨੇ। ਸ਼ਰਤ ਇਹੀ ਹੈ ਕਿ ਘਰ ਦੇ ਤਮਾਮ ਅਫਰਾਦ ਜਾਂ ਉਹ ਲੋਕ ਜਿਹੜੇ ਇੱਕ ਜਗ੍ਹਾ 'ਤੇ ਕੰਮ ਕਰਦੇ ਨੇ, ਕਲੋਜ਼ ਕੰਟੈਕਟ 'ਚ ਨੇ, ਉਹ ਸਾਰੇ ਸੇਮ ਟਾਈਮ 'ਤੇ ਟ੍ਰੀਟਮੈਂਟ ਲੈਣ, ਅਤੇ ਇਹਦੇ ਤੋਂ ਅਸੀਂ ਛੁਟਕਾਰਾ ਹਾਸਿਲ ਕਰ ਸਕਦੇ ਹਾਂ। ਬਿਲਕੁਲ, ਬਹੁਤ ਅੱਛੀ ਗੱਲ ਹੈ ਜੀ। ਜਿਸ ਤਰ੍ਹਾਂ ਡਾਕਟਰ ਸਾਹਿਬਾਂ ਨੇ ਕਿਹਾ ਕਿ ਕਿਉਂਕਿ ਖਾਰਿਸ਼ ਔਰ ਚੰਬਲ ਬਹੁਤ ਜ਼ਿਆਦਾ ਸਾਡੇ ਮੁਲਕ ਦੇ ਵਿੱਚ ਫੈਲੀ ਹੈ, ਪਤਾ ਨਹੀਂ ਲੱਗਦਾ, ਲੋਕਾਂ ਨੇ ਕੱਪੜੇ ਪਾਏ ਹੁੰਦੇ ਨੇ, ਕੋਈ ਪਤਾ ਨਹੀਂ ਲੱਗਦਾ ਕਿਹਨੂੰ ਇਹ ਬਿਮਾਰੀ ਹੈ ਬਈ ਜਾਂ ਕਿਹਨੂੰ ਨਹੀਂ ਹੈ। ਅਤੇ ਲੇਕਿਨ ਅਹਿਤਿਆਤ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਤੁਸੀਂ ਵੀ ਅਹਿਤਿਆਤ ਕਰੋ, ਆਪਣੇ ਪਿਆਰਿਆਂ ਨਾਲ ਵੀ ਜਿਹੜਾ ਹੈ ਉਹਨਾਂ ਨੂੰ ਵੀ ਅਹਿਤਿਆਤ ਕਰਵਾਓ। ਅਤੇ ਸਰ, ਤੁਸੀਂ ਐਡੀ ਅੱਛੀ ਸ਼ਾਇਰੀ ਜਿਹੜੀ ਉਹ ਸਾਨੂੰ ਸੁਣਾਈ, ਅਤੇ ਤੁਸੀਂ ਪੰਜਾਬੀ ਸ਼ਾਇਰਾਂ ਦਾ ਮੁਸਤਕਬਿਲ ਕਿਸ ਤਰ੍ਹਾਂ ਦੇਖਦੇ ਹੋ? ਜੀ, ਪੰਜਾਬੀ ਸ਼ਾਇਰਾਂ ਦਾ ਮੁਸਤਕਬਿਲ ਉਸੇ ਕੰਸੈਪਟ ਦੇ ਨਾਲ ਜੁੜਿਆ ਹੋਇਆ ਕਿ ਜਦੋਂ ਲੋਕਾਂ ਨੂੰ ਅਵੇਅਰਨੈਸ ਆਏਗੀ, ਲੋਕ ਆਪਣੀ ਮਦਰ ਲੈਂਗੁਏਜ, ਮਦਰ ਟੰਗ ਦੀ ਤਰਫ ਆਉਣਗੇ, ਅਤੇ ਜਿਹੜਾ ਕਿ ਸਫ਼ਰ ਸ਼ੁਰੂ ਹੋ ਚੁੱਕਿਆ, ਜਿਸ ਤਰ੍ਹਾਂ ਮੈਂ ਅਮੈਰੀਕਾ, ਕੈਨੇਡਾ ਦੀ ਮਿਸਾਲ ਦਿੱਤੀ, ਅਤੇ ਅਲਹਮਦੁਲਿਲਾ ਪੰਜਾਬ ਵਾਲੇ ਵੀ ਹੁਣ ਆਉਣ ਕਰਨਾ ਸ਼ੁਰੂ ਹੋ ਗਏ ਨੇ। ਪਹਿਲੇ ਮਤਲਬ ਕਿ ਡਿਸਆਨ ਕਰਦੇ ਸਨ, ਮਤਲਬ ਕਿ ਪੰਜਾਬ ਸਿਰਫ ਪਿੰਡਾਂ ਤੱਕ ਮਹਦੂਦ ਹੁੰਦੀ ਸੀ, ਹੁਣ ਲੋਕ ਪੜ੍ਹੇ ਲਿਖੀ ਫੈਮਿਲੀ ਦੇ ਵਿੱਚ ਵੀ ਹੁਣ ਬੱਚੇ ਪੰਜਾਬੀ ਬੋਲਦੇ ਨੇ, ਜਿਹੜਾ ਕਿ ਇੱਕ ਬਹੁਤ ਅੱਛਾ ਪੋਜ਼ਿਟਿਵ ਹੈ। ਔਰ ਇਸੇ ਵਜ੍ਹਾ ਤੋਂ ਹੀ ਜਦੋਂ ਤੁਸੀਂ ਇਹ ਦੇਖੋਗੇ ਮੌਜੂਦਾ ਮੁਆਸ਼ਰੇ ਦਾ, ਸਮਝਦੇ ਬਹੁਤ ਸਾਰੇ ਪੰਜਾਬੀ ਸ਼ਾਇਰ ਸ਼ੋਰਾ ਨਏ ਮਤਲਬ ਕਿ ਸਾਹਮਣੇ ਆ ਰਹੇ ਨੇ, ਇੰਟਰੋਡਿਊਸ ਹੋ ਰਹੇ ਨੇ, ਜਿਸ ਤਰ੍ਹਾਂ ਤੁਹਾਡਾ ਇਹ ਮਾਸ਼ਾਅੱਲਾ ਫੋਰਮ ਹੈ। ਮੈਂ ਤਾਂ ਰਿਕਮੈਂਡ ਕਰਾਂਗਾ ਕਿ ਇਸ ਤਰ੍ਹਾਂ ਦਾ ਇਸ ਫੋਰਮ ਦੇ ਉੱਤੇ ਨਵੇਂ ਨਵੇਂ ਲੋਕ ਤੁਸੀਂ ਅਗਰ ਐਕਸਪਲੋਰ ਕਰੋ ਤਾਂ ਬਹੁਤ ਸਾਰੇ ਨਵੇਂ ਚਿਹਰੇ ਮਿਲਣਗੇ, ਔਰ ਬੜੀ ਕੁਆਲਿਟੀ ਦੇ ਕਲਾਮ ਦੇ ਨਾਲ, ਮਤਲਬ ਮਟੀਰੀਅਲ ਦੇ ਨਾਲ ਇੱਧਰ ਆਉਣਗੇ। ਬੜਾ ਬ੍ਰਾਈਟ ਫਿਊਚਰ। ਮਤਲਬ ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਸਾਡੇ ਨਾਜ਼ਰੀਨ ਨੂੰ ਪਤਾ ਹੈ ਕਿ ਸਾਡਾ ਇਹ ਵਾਲਾ ਜਿਹੜਾ ਪੰਜਾਬੀ ਦਾ ਸਾਡਾ ਇਹ ਫੋਰਮ ਹੈ, ਸਾਡਾ ਇਹ ਜਿਹੜਾ ਪ੍ਰੋਗਰਾਮ ਹੈ ਅੱਜ ਦੇ ਮਹਿਮਾਨ ਹੁਮੈਰਾ ਅਰਸ਼ਦ ਦੇ ਨਾਲ, ਇਹ ਸਾਡਾ ਫਿਲਹਾਲ ਇੱਕ ਐਸਾ ਪੰਜਾਬੀ ਦਾ ਵਾਹਤ ਪ੍ਰੋਗਰਾਮ ਹੈ ਜਿਹਦੇ 'ਚ ਅਸੀਂ ਜਿਹੜੇ ਸਾਡੇ ਮੁਲਕ ਦੇ ਟੈਲੈਂਟਡ ਲੋਕ ਨੇ, ਅਸੀਂ ਆਪਣੇ ਪ੍ਰੋਗਰਾਮ 'ਚ ਉਹਨਾਂ ਨੂੰ ਬੁਲਾਉਂਦੇ ਵੀ ਹਾਂ, ਔਰ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਤੁਹਾਡੇ ਅੰਦਰ ਕੋਈ ਵੀ ਟੈਲੈਂਟ ਹੈ ਔਰ ਤੁਹਾਨੂੰ ਕੋਈ ਪਲੇਟਫਾਰਮ ਨਹੀਂ ਮਿਲਿਆ, ਤਾਂ ਸਾਡੇ ਪ੍ਰੋਗਰਾਮ ਵਿੱਚ ਤੁਸੀਂ ਜ਼ਰੂਰ ਜਿਹੜਾ ਇਹ ਅਪਲਾਈ ਕਰੋ। ਅਸੀਂ ਤੁਹਾਨੂੰ, ਅਗਰ ਤੁਹਾਡੇ 'ਚ ਜਨਵਨਲੀ ਕੋਈ ਟੈਲੈਂਟ ਹੈ ਤਾਂ ਅਸੀਂ ਤੁਹਾਨੂੰ ਜ਼ਰੂਰ ਆਪਣੇ ਪ੍ਰੋਗਰਾਮ ਦੇ ਵਿੱਚ ਇਨਵਾਈਟ ਕਰਾਂਗੇ ਔਰ ਦੁਨੀਆ ਨੂੰ ਤੁਹਾਡਾ ਟੈਲੈਂਟ ਜਿਹੜਾ ਇਹ ਦਿਖਾਵਾਂਗੇ। ਅਤੇ ਡਾਕਟਰ ਸਾਹਿਬਾ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ ਕਿ ਪੀ ਆਰ ਪੀ
ਇੱਕ ਬੜੀ ਮਸ਼ਹੂਰ ਅੱਜ ਕੱਲ੍ਹ ਜਿਹੜੀ ਹੈ ਨਾ ਉਹ ਅਸਥੈਟਿਕ ਦਾ ਬੜਾ ਇੱਕ ਮਸ਼ਹੂਰ ਪ੍ਰੋਸੀਜਰ ਅਤੇ ਜਿਹਨਾਂ ਲੋਕਾਂ ਨੂੰ ਹੇਅਰ ਫਾਲ ਹੁੰਦਾ ਹੈ ਜਾਂ ਦਾਣੇ ਫੇਸ ਵਾਸਤੇ ਵੀ ਲੋਕ ਸਮਝਦੇ ਨੇ ਕਿ ਪੀ ਆਰ ਪੀ ਜਿਹੜੀ ਹੈ ਬਹੁਤ ਅੱਛੀ ਚੀਜ਼ ਹੈ, ਇਹ ਕਰਵਾਉਣੀ ਚਾਹੀਦੀ ਹੈ, ਨਹੀਂ ਕਰਵਾਉਣੀ ਚਾਹੀਦੀ, ਇਹਦਾ ਕੋਈ ਫਾਇਦਾ ਹੁੰਦਾ ਹੈ ਜਾਂ ਨਹੀਂ ਹੁੰਦਾ? ਪੀ ਆਰ ਪੀ ਕਰਾਉਣ 'ਚ ਕੋਈ ਹਰਜ ਨਹੀਂ ਹੈ, ਇਹ ਕਰਾਉਣੀ ਚਾਹੀਦੀ ਹੈ। ਇਹਨੂੰ ਮੈਂ ਤੁਹਾਨੂੰ ਇਸ ਤਰ੍ਹਾਂ ਥੋੜ੍ਹਾ ਸਿੰਪਲੀਫਾਈ ਕਰਕੇ ਦੱਸਾਂਗੀ ਕਿ ਇੱਕ ਮਾਂ ਹੈ, ਉਹਦੇ 3 ਬੱਚੇ ਨੇ, 2 ਬੱਚੇ ਆਪੇ ਖਾਣਾ ਪੀਣਾ ਖਾਂਦੇ ਨੇ ਅਤੇ ਉਹ ਹੈਲਦੀ ਨੇ ਦੇਖਣ 'ਚ, ਇੱਕ ਬੱਚਾ ਹੈ ਉਹਨੂੰ ਭੁੱਖ ਘੱਟ ਲੱਗਦੀ ਹੈ ਜਾਂ ਉਹ ਕਮਜ਼ੋਰ ਹੈ ਜਾਂ ਉਹ ਬਿਮਾਰ ਰਹਿੰਦਾ, ਅਤੇ ਮਾਂ ਦੀ ਤਵੱਜੋ ਉਸ ਬੱਚੇ ਵੱਲ ਜ਼ਿਆਦਾ ਹੁੰਦੀ ਹੈ, ਮਾਂ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਜ਼ਿਆਦਾ ਅੱਛਾ ਖਿਲਾਏ ਪਿਲਾਏ ਤਾਂ ਕਿ ਉਹ ਵੀ ਬੱਚਾ ਸਿਹਤਮੰਦ ਹੋ ਜਾਏ। ਅਤੇ ਇਸੇ ਤਰ੍ਹਾਂ ਸਿਰ 'ਚ ਵਾਲ ਗਿਰਨੇ ਦੇ ਬਹੁਤ ਸਾਰੀਆਂ ਵਜੂਹਾਤ ਨੇ, ਉਹਨਾਂ 'ਚੋਂ ਇੱਕ ਵਜ੍ਹਾ ਇਹ ਅਗਰ ਤਾਂ ਉਹ ਇਹ ਵੇ ਕਿ ਸਾਡੇ 'ਚ ਗੁਜ਼ਾ ਦੀ ਕਮੀ ਹੈ, ਨਸ਼ੋ ਨੁਮਾ ਦੀ ਕਮੀ ਹੈ, ਖੁਰਾਕ ਦੀ ਕਮੀ ਹੈ ਜਾਂ ਖੂਨ ਦੀ ਕਮੀ ਹੈ ਜਾਂ ਕੁਛ ਐਸਾ ਜ਼ਿੰਦਗੀ ਦਾ ਤਰਜ਼ ਅਮਲ ਹੈ ਜਿਹਦੀ ਵਜ੍ਹਾ ਤੋਂ ਸਾਡੇ ਸਿਰ ਨੂੰ ਪ੍ਰੋਪਰ ਖੂਨ ਨਹੀਂ ਜਾ ਰਿਹਾ ਅਤੇ ਉਹਦੇ ਨਾਲ ਵਾਲ ਗਿਰਨਾ ਸ਼ੁਰੂ ਹੋ ਗਏ ਕਮਜ਼ੋਰ ਹੋ ਕੇ, ਉਸ ਹਾਲਤ 'ਚ ਪੀ ਆਰ ਪੀ ਬਹੁਤ ਅੱਛੀ ਚੀਜ਼ ਹੈ। ਪੀ ਆਰ ਪੀ ਬਿਲਕੁਲ ਇਸੇ ਤਰ੍ਹਾਂ ਹੀ ਕਰਦੀ ਹੈ ਕਿ ਤੁਹਾਡੇ ਹੀ ਬਲੱਡ 'ਚੋਂ, ਤੁਹਾਡੀ ਜਿਸਮ 'ਚੋਂ ਬਲੱਡ ਲਿਆ, ਉਹਦੇ ਵਿੱਚੋਂ ਜ਼ਿਆਦਾ ਅੱਛੇ ਗਰੋਥ ਫੈਕਟਰਸ ਹੈਲਦੀ ਸੈਲਸ ਲੈ ਕੇ ਤੁਸੀਂ ਆਪਣੇ ਸਿਰ ਦੇ ਜਿਲਦ ਵਿੱਚ ਉਹਨਾਂ ਨੂੰ ਪਲਾਂਟ ਕਰ ਦਿੱਤਾ, ਅਤੇ ਫਿਰ ਉਹ 3 ਤੋਂ 4 ਮਹੀਨੇ ਤੱਕ ਉਹਦੇ 'ਚੋਂ ਬੀਜ ਨਿਕਲੇਗਾ, ਉਹ ਗਰੋ ਕਰਨਗੇ ਅਤੇ ਤੁਹਾਡੇ ਵਾਲ ਹੋਰ ਅੱਛੇ ਹੋ ਜਾਣਗੇ। ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕਰਵਾਉਣੀ ਚਾਹੀਦੀ ਹੈ? ਇਹ ਕਰਵਾਉਣੀ ਚਾਹੀਦੀ ਹੈ, ਇਹ ਸੇਫ ਪ੍ਰੋਸੀਜਰ ਹੈ, ਬਸ ਤੁਸੀਂ ਦੇਖਣਾ ਹੈ ਕਿ ਤੁਸੀਂ ਜਿਹਦੇ ਕੋਲ ਕਰਾ ਰਹੇ ਹੋ ਤੁਹਾਡੇ ਮੁਆਲਜ ਕਿੰਨਾ ਕੁਆਲੀਫਾਈਡ ਹੈ, ਉਹ ਸਟਰਲਾਈਜ਼ ਤਰੀਕੇ ਨਾਲ ਸਾਰਾ ਕੰਮ ਹੋ ਰਿਹਾ ਹੈ, ਅਕੋਰਡਿੰਗ ਟੂ ਦ ਲਾਜ਼ ਹੋ ਰਿਹਾ ਹੈ, ਤਾਂ ਫਿਰ ਇਹ ਬਹੁਤ ਅੱਛਾ ਪ੍ਰੋਸੀਜਰ ਹੈ, ਇਹਦੇ 'ਚ ਕੋਈ ਨੁਕਸਾਨਾਤ ਨਹੀਂ ਨੇ। ਠੀਕ ਹੈ, ਅਤੇ ਮੁਹੰਮਦ ਇਕਬਾਲ ਸਾਹਿਬ ਨੂੰ ਮੈਂ ਚਾਹਾਂਗੀ ਕਿ ਤੁਸੀਂ ਨਵੇਂ ਜਿਹੜੇ ਸ਼ਾਇਰ ਨੇ ਪੰਜਾਬੀ ਦੇ, ਕੀ ਉਹਨਾਂ ਨੂੰ ਪੈਗਾਮ ਦੇਣਾ ਚਾਹੋਗੇ, ਅਤੇ ਜਾਂਦਿਆਂ ਜਾਂਦਿਆਂ ਅਸੀਂ ਤੁਹਾਡੀ ਜਿਹੜੀ ਇਹਨਾਂ ਸ਼ਾਇਰੀ ਸੁਣਨਾ ਚਾਹਾਂਗੇ। ਜੀ ਮੈਡਮ, ਨਵੇਂ ਸ਼ਾਇਰਾਂ ਨੂੰ ਪੈਗਾਮ ਇਹ ਵੇਖ ਕੇ ਆਪਣੀ ਮਾਂ ਬੋਲੀ ਨੂੰ ਔਨ ਕਰਨ, ਇਹਦੇ ਨਾਲ ਪਿਆਰ ਕਰਦਿਆਂ ਹੋਇਆਂ ਟੋਟਲ ਇਹਦਾ ਇਹਦਾ ਜਿਹੜਾ ਹੱਕ ਹੈ ਉਹ ਅਦਾ ਕਰਨ, ਇਹਨੂੰ ਬੋਲ ਚਾਲ ਤੋਂ ਲੈ ਕੇ ਆਪਣੀ ਫੀਲਿੰਗ ਦੇ ਇਜ਼ਹਾਰ, ਜਜ਼ਬਾਤ ਦੇ ਇਜ਼ਹਾਰ ਵਾਸਤੇ ਯੂਜ਼ ਕਰਨ, ਅਤੇ ਉਹ ਵਕਤ ਦੂਰ ਨਹੀਂ ਹੋਏਗਾ ਕਿ ਵਾਰਿਸ ਸ਼ਾਹ, ਬੁੱਲੇ ਸ਼ਾਹ, ਬਾਬਾ ਫਰੀਦ, ਖਾਜਾ ਫਰੀਦ, ਉਹਨਾਂ ਦੇ ਸਹੀ ਮੈਨੇ ਅਸੀਂ ਜਾਨਸ਼ੀਨ ਬਣ ਕੇ ਇਸ ਕਲਚਰ ਨੂੰ, ਪੰਜਾਬੀ ਕਲਚਰ ਨੂੰ, ਲੈਂਗੁਏਜ ਨੂੰ, ਲੋਕਾਂ ਦੇ ਰਹਿਣ ਸਹਿਣ ਨੂੰ ਪ੍ਰਮੋਸ਼ਨ ਔਰ ਪ੍ਰੋਜੈਕਸ਼ਨ ਦੇਣ ਦਾ ਇਹ ਸਬਾਬ ਬਣ ਗਏ। ਅਤੇ ਜਾਂਦਿਆਂ ਜਾਂਦਿਆਂ ਕੋਈ ਛੋਟੀ ਜਿੰਨੀ ਜੀ ਇੱਕ ਨਜ਼ਮ ਹੈ ਜੇਲ੍ਹ ਦੀ ਦੁਨੀਆ, ਕਿਉਂਕਿ ਮੇਰੇ ਪ੍ਰੋਫੈਸ਼ਨ ਨਾਲ ਵੀ ਇਹਦਾ ਤਾਲਕ ਹੈ, ਔਰ ਥੋੜ੍ਹਾ ਜਿਹਾ ਇਹ ਤਾਰਫ ਕਰਾਏਗੀ ਕਿ ਜੇਲ੍ਹ ਦੇ ਵਿੱਚ ਕਿਹੜਾ ਕੋਈ ਅੱਛਾ ਅਸੀਂ ਕੰਮ ਕਰ ਰਹੇ ਹਾਂ। ਜਿਸ ਤਰ੍ਹਾਂ ਮੈਂ ਸਟਾਰਟ 'ਚ ਆਖਿਆ ਸੀ ਕਿ ਜੇਲ੍ਹ ਜਸਟ ਲਾਈਕ ਹੋਸਪਿਟਲ, ਕਿ ਜੁਰਮ ਬਦੀ ਗੁਨਾਹ ਤਕਸੀਰ ਹੁੰਦੇ, ਜੇਲ੍ਹ ਵਿੱਚ ਇਹ ਕੰਮ ਅਖੀਰ ਹੁੰਦੇ, ਹਰ ਬੁਰਾਈ ਦੇ ਬੜੇ ਉਸਤਾਦ ਇੱਥੇ, ਚੋਰ ਚੇਲੇ ਅਤੇ ਡਾਕੂ ਨੇ ਪੀਰ ਹੁੰਦੇ, ਅਤੇ ਪੁੱਠੇ ਰਾਹੀਂ ਫਿਰ ਚੜ ਬਰਬਾਦ ਹੋ ਕੇ, ਫਾਂਸੀ ਗਾਟ ਦੇ ਦੁਲਹੇ ਅਖੀਰ ਹੁੰਦੇ। ਦੂਸਰਾ ਪਹਿਲੂ ਇਹ ਕਿ ਸੂਰਾ ਯੂਸਫ ਭਈ ਵਿੱਚ ਕੁਰਾਨ ਦੱਸੇ, ਇਹ ਐਸੀ ਦਰਸਗਾਹ ਕਿ ਇੱਥੇ ਬੜੀ ਬੜੀ ਸ਼ਖਸੀਅਤ ਵੀ ਰਹੀਆਂ। ਬਿਲਕੁਲ, ਸੂਰਾ ਯੂਸਫ ਭਈ ਵਿੱਚ ਕੁਰਾਨ ਦੱਸੇ, ਜੁਰਮਦਾਰ ਨਹੀਂ ਸਾਰੇ ਅਸੀਰ ਹੁੰਦੇ, ਅਤੇ ਦਾਰੁਦ ਤੌਬਾ ਏ ਜੇਲ੍ਹ ਦੀ ਕਾਲ ਕੋਠੀ, ਰੋਣੇ ਸ਼ਹਿਰੀ ਦੇ ਪੁਰ ਤਸੀਰ ਹੁੰਦੇ, ਅਤੇ ਕਈ ਜਾਨਵਰ ਇੱਥੇ ਇਨਸਾਨ ਬਣਦੇ, ਕੈਦ ਵਿੱਚ ਹੀ ਰੋਸ਼ਨ ਜ਼ਮੀਰ ਹੁੰਦੇ, ਅਤੇ ਪਿਛਲੀ ਰਾਤ ਇਹ ਸਜਦਿਆਂ ਵਿੱਚ ਰੋਵਨ, ਵਜ਼ੂ ਅੱਥਰਾਂ ਨਾਲ ਕਸੀਰ ਹੁੰਦੇ, ਅਤੇ ਲੋਹਾ ਸੋਨੇ ਦੇ ਵਿੱਚ ਤਬਦੀਲ ਹੁੰਦਾ, ਪਸ਼ੇਮਾਨੀ ਦੇ ਆਂਸੂ ਅਕਸੀਰ ਹੁੰਦੇ, ਹਾਸਲ ਇਲਮ ਅਤੇ ਹਿਫਜ਼ ਕੁਰਾਨ ਕਰਕੇ। ਬੜੀ ਆਲਾ ਤਲੀਮ ਜੇਲ੍ਹਾਂ ਦੇ ਵਿੱਚ ਹੋ ਰਹੀ, ਹਰ ਤਰ੍ਹਾਂ ਦੀ ਟੈਕਨੀਕਲ, ਮਜ਼ਹਬੀ, ਦੂਸਰੀ, ਹਰ ਲਿਹਾਜ਼ ਦੀ।
ਹਾਸਲ ਇਲਮ ਅਤੇ ਹਿਫਜ਼ ਕੁਰਾਨ ਕਰਕੇ ਬਾਅਦ ਰਿਹਾਈ ਵੀ ਸਾਹਿਬ ਤੋਕੀਰ ਹੁੰਦੇ ਹੈ ਅਤੇ ਚੋਰ ਕਾਤਲ ਨੇ ਵਲੀ ਅਤੇ ਕੁਤਬ ਬਣਦੇ ਚੋਰ ਕਾਤਲ ਆਏ ਸਨ ਜਦੋਂ ਰਿਹਾਅ ਹੋਏ ਉਦੋਂ ਉਹਨਾਂ ਦਾ ਸਟੇਟਸ ਕੀ ਹੋਇਆ ਵੀ ਆਰ ਡੂਇੰਗ ਦ ਥਿੰਗਸ ਕੁਰੈਕਸ਼ਨ ਚੋਰ ਕਾਤਲ ਨੇ ਵਲੀ ਅਤੇ ਕੁਤਬ ਬਣਦੇ ਸਾਹਿਬ ਨਜ਼ਰ ਅਤੇ ਕਈ ਫਕੀਰ ਹੁੰਦੇ ਅਤੇ ਜੇਲ੍ਹ ਦੋਜ਼ਖ ਦੁਨੀਆ ਦੇ ਵਿੱਚ ਅਖਤਰ ਜੇਲ੍ਹ ਦੋਜ਼ਖ ਦੁਨੀਆ ਦੇ ਵਿੱਚ ਅਖਤਰ ਸਮਾਂ ਨੇ ਜੰਨਤ ਵੀ ਇੱਥੇ ਕਸੀਰ ਹੁੰਦੇ ਬਹੁਤ ਸ਼ੁਕਰੀਆ ਜੀ ਮੁਹੰਮਦ ਇਕਬਾਲ ਅਖਤਰ ਸਾਹਿਬ ਦਾ ਔਰ ਡਾਕਟਰ ਸ਼ਮਾਇਲ ਵਕਾਸ ਸਾਹਿਬਾ ਤੁਹਾਡਾ ਦੋਨਾਂ ਦਾ ਬਹੁਤ ਸ਼ੁਕਰੀਆ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਸਾਡੇ ਨਾਜ਼ਰੀਨ ਵੀ ਤੁਹਾਡੀਆਂ ਗੱਲਾਂ ਤੋਂ ਤੁਹਾਡੇ ਟਿਪਸ ਤੋਂ ਬੜੇ ਜਿਹੜੇ ਨੇ ਉਹ ਮਹਿਸੂਸ ਹੋਏ ਹੋਣਗੇ ਅਤੇ ਪ੍ਰੋਗਰਾਮ ਦਾ ਵਕਤ ਵੀ ਜਿਹੜਾ ਹੈ ਉਹ ਵੀ ਖਤਮ ਹੋ ਗਿਆ ਅਗਲੇ ਹਫ਼ਤੇ ਅਸੀਂ ਕੁਝ ਹੋਰ ਮਹਿਮਾਨਾਂ ਦੇ ਨਾਲ ਇਸ ਤਰ੍ਹਾਂ ਹੀ ਤੁਹਾਡੇ ਨਾਲ ਆਵਾਂਗੇ ਅਤੇ ਮੈਨੂੰ ਇਜਾਜ਼ਤ ਦਿਓ ਅੱਲਾ ਹਾਫਿਜ਼